asserting control. ਆਪਾਂ ਬੇਸਿਕਲੀ ਇਹਦੇ 'ਤੇ ਆਪਾਂ ਡਿਸਕਸ਼ਨ ਕਰਨੀ, ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਜ਼ਿੰਦਗੀ ਦੇ ਵਿੱਚ ਅਤੇ ਆਪਾਂ ਉਹਨਾਂ ਨੂੰ ਸੋਲਵ ਕਿਵੇਂ ਕਰਨਾ, ਮੈਨੇਜ ਕਿਵੇਂ ਕਰਨਾ, ਆਪਾਂ ਕਿਸ ਤਰੀਕੇ ਨਾਲ ਉਹਨੂੰ ਦੇਖੀਏ ਕਿ ਉਹ ਪ੍ਰੋਬਲਮ ਆਪਣੀ ਦੂਰ ਹੋ ਜਾਵੇ, ਵਟ ਐਵਰ ਦਾ ਪ੍ਰੋਬਲਮ ਮਾਈਟ ਬੀ। ਸੋ ਇਸ ਕਰਕੇ ਮਤਲਬ ਕਿ ਟੋਪਿਕ ਥੋੜ੍ਹਾ ਜਿਹਾ ਮੈਂ ਜਨੈਰਿਕ ਰੱਖਣਾ ਚਾਹੁੰਦਾ। ਜਦੋਂ ਆਪਾਂ ਨੂੰ ਲੈਟਸ ਸੇ ਵੀ ਆਪਾਂ ਨੂੰ ਇੱਥੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਆ ਔਰ ਆਪਾਂ ਉਹਨੂੰ ਦੇਖਣਾ ਚਾਹੁੰਦੇ ਹਾਂ ਵੀ ਇਹ ਪ੍ਰੋਬਲਮ ਆਈ ਆ ਇਹਦਾ ਹੁਣ ਕਿਵੇਂ ਕਰਨਾ। ਅਗਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਪੁਲਿਸ ਵਾਲਿਆਂ ਨਾਲ ਦੇਖੋ ਜਾਂ ਮਿਲਟਰੀ ਵਾਲਿਆਂ ਨਾਲ ਦੇਖੋ, ਉਹ ਵੀ ਇਸੇ ਤਰ੍ਹਾਂ ਹੀ ਸਿਖਾਇਆ ਜਾਂਦਾ। ਸੋ ਜਿੰਨੇ ਵੀ ਪੁਲਿਸ ਦੇ ਆਫਿਸਰਸ ਹੁੰਦੇ ਆ ਸੀਨੀਅਰ ਲੈਵਲ ਦੇ ਜਾਂ ਮਿਲਟਰੀ ਦੇ ਕਮਾਂਡਰਸ ਹੁੰਦੇ ਆ, ਉਹਨਾਂ ਨੂੰ ਵੀ ਤਕਰੀਬਨ ਇਸੇ ਤਰ੍ਹਾਂ ਹੀ ਦੱਸਿਆ ਜਾਂਦਾ ਵੀ ਇੱਕ ਪ੍ਰੋਬਲਮ ਆ। ਜਿਵੇਂ ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ, ਜੇ ਆਪਾਂ ਪੁਲਿਸ ਨੂੰ ਦੇਖੀਏ ਵੀ ਕਿਤੇ ਲੜਾਈ ਹੋ ਰਹੀ ਆ, ਪੁਲਿਸ ਆਫਿਸਰਸ ਦਾ ਪਹਿਲਾ ਕੰਮ ਹੁੰਦਾ ਵੀ ਸਿਚੁਏਸ਼ਨ ਨੂੰ ਕੰਟਰੋਲ 'ਚ ਕਰਨਾ। ਉਹਨਾਂ ਦਾ ਪਹਿਲਾ ਕੰਮ ਹੁੰਦਾ ਵੀ ਆ ਕੇ ਜੱਜਮੈਂਟ ਲਾ ਕੇ ਇਮੀਜੀਏਟਲੀ ਰੋਬ ਮਾਰ ਕੇ ਉਹਨਾਂ ਨੇ ਸਿਚੁਏਸ਼ਨ ਕੰਟਰੋਲ ਕਰਨੀ ਆ, ਚਾਹੇ ਉਹ ਕੈਨੇਡਾ ਦੀ ਪੁਲਿਸ ਆ, ਇੰਡੀਆ ਦੀ ਆ, ਕਿਤੇ ਦੀ ਵੀ ਆ। ਉਹਨਾਂ ਨੇ ਉੱਚੀ ਬੋਲ ਕੇ ਪਾਵਰਫੁੱਲ ਰੋਬ ਮਾਰ ਕੇ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਕੰਟਰੋਲ ਕਰਨਾ। ਇਹ ਉਹਨਾਂ ਦੀਆਂ ਟੈਕਨੀਕਸ ਆ। ਆਪਾਂ ਆਪਣੀਆਂ ਟੈਕਨੀਕਸ ਦੇਖਦੇ ਹਾਂ ਕਿ ਜਦੋਂ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਆਪਾਂ ਕਿਵੇਂ ਉਸ ਚੀਜ਼ ਨੂੰ ਕੰਟਰੋਲ ਕਰਦੇ ਹਾਂ ਉਸ ਸਿਚੁਏਸ਼ਨ ਨੂੰ, ਕਿਉਂਕਿ ਪ੍ਰੋਬਲਮ ਆਈ ਹੋਈ ਆ। ਸੋ ਆਹ ਜਿਹੜੀ ਸਿਚੁਏਸ਼ਨ ਆਉਂਦੀ ਆ ਇਹਨੂੰ ਸਿਚੁਏਸ਼ਨ ਨੂੰ ਆਪਾਂ ਕਿਵੇਂ ਕੰਟਰੋਲ 'ਚ ਕਰਨਾ, ਬਸ ਉੱਥੇ ਡਿਪੈਂਡ ਕਰਦਾ ਵੀ ਆਪਾਂ ਸਕਸੈਸ ਹੋਵਾਂਗੇ ਕਿ ਨਹੀਂ। ਜਦੋਂ ਪੁਲਿਸ ਆਉਂਦੀ ਆ ਕਿਸੇ ਜਗ੍ਹਾ 'ਤੇ, ਉਹਨਾਂ ਦੀਆਂ ਸਰਟਨ ਕ੍ਰਾਈਟੀਰੀਆ, ਜੇ 20 ਬੰਦੇ ਲੜਦੇ ਆ ਤਾਂ ਉਹਨਾਂ ਨੇ ਉਹਨਾਂ ਦੀ ਰੇਸ਼ੋ ਕੱਢੀ ਹੋਈ ਆ ਵੀ ਕਿੰਨੇ ਪੁਲਿਸ ਅਫਸਰ ਚਾਹੀਦੇ ਆ। ਇੱਕ ਡੋਮੈਸਟਿਕ ਵਾਸਤੇ ਜਦੋਂ 911 ਕਾਲ ਜਾਂਦੀ ਆ ਘਰ ਔਰ ਘਰੋਂ ਜਾਂਦੀ ਆ ਪੁਲਿਸ ਸਟੇਸ਼ਨ 'ਚ, ਉਦੋਂ ਉਹ 4 ਪੁਲਿਸ ਅਫਸਰ ਡਿਸਪੈਚ ਕਰਦੇ ਆ। ਉਹਨਾਂ ਨੇ ਰੇਸ਼ੋ ਕੱਢੀ ਹੋਈ ਆ ਵੀ ਅਸੀਂ ਆਪਣੇ ਪੁਲਿਸ ਅਫਸਰਸ ਨੂੰ ਡੇਂਜਰ 'ਚ ਨਹੀਂ ਪਾਉਣਾ। ਇੱਕ ਕਾਰ ਤੁਹਾਡੇ ਘਰ 'ਚ ਸਿੱਧੀ ਸਪੀਡ ਨਾਲ ਭੱਜ ਕੇ ਆਉਂਦੀ ਆ, ਦੂਸਰੀ ਕਾਰ ਇੱਕ ਕੋਨੇ 'ਤੇ ਖੜ੍ਹ ਜਾਂਦੀ ਆ ਜਾਂ ਉਸ ਏਰੀਏ 'ਚ ਉਹ ਭੇਜਦੇ ਆ ਬੈਕਅਪ ਵਾਸਤੇ। ਜਦੋਂ ਉਹ ਅੰਦਰ ਵੜਦੇ ਆ ਔਰ ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰੋਲ 'ਚ ਕਰ ਲਿਆ, ਉਹ ਫਿਰ ਉਹਨਾਂ ਨੂੰ ਦੱਸ ਦਿੰਦੇ ਆ ਸਿਚੁਏਸ਼ਨ ਇਜ਼ ਅੰਡਰ ਕੰਟਰੋਲ, ਉਹ ਜਿਹੜੀ ਪਿੱਛੇ ਕਾਰ ਖੜ੍ਹੀ ਆ ਉਹ ਚਲੇ ਜਾਂਦੀ ਆ। ਅਗਰ ਉਹਨਾਂ ਨੂੰ ਹੋਰ ਲੋੜ ਪਵੇ ਤਾਂ ਉਹ ਕਾਰ ਇਮੀਜੀਏਟਲੀ ਆ ਜੂਗੀ ਬੈਕਅਪ ਵਾਸਤੇ। ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਇੱਕ ਬੰਦੇ ਨੂੰ ਰੋਕਿਆ ਹੁੰਦਾ ਕਿਸੇ ਕਾਰ ਵਾਲੇ ਨੂੰ ਅਤੇ 3 ਪੁਲਿਸ ਦੀਆਂ ਕਾਰਾਂ ਖੜ੍ਹੀਆਂ ਹੁੰਦੀਆਂ। ਉਹਨਾਂ ਨੇ ਉਹ ਸਿਚੁਏਸ਼ਨ ਕੰਟਰੋਲ ਕਰਨੀ ਆ, ਕਿਉਂਕਿ ਉਹਨਾਂ ਨੂੰ ਸਸਪੈਕਟ ਹੋ ਗਿਆ ਵੀ ਇਹਨਾਂ ਕੋਲ ਵੈਪਨਸ ਹੋਣਗੇ, ਇਹਨਾਂ ਕੋਲ ਕੁਛ ਹੋਣਗੇ। ਇਸ ਕਰਕੇ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਉਹ ਜੱਜ ਕਰਦੇ ਆ ਵੀ ਉਹਨਾਂ ਨੇ ਕਿਸ ਤਰ੍ਹਾਂ ਕਰਨਾ। ਦੈਟਸ ਹਾਊ ਦੇ ਆਪਣਾ ਸਿਚੁਏਸ਼ਨ ਕੰਟਰੋਲ ਕਰਦੇ ਆ। ਆਪਾਂ ਇਹ ਦੇਖੀਏ ਵੀ ਆਪਾਂ ਆਪਣੀ ਸਿਚੁਏਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਅਗਰ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ। ਡਜ਼ਨਟ ਮੈਟਰ ਕਿਹੋ ਜਿਹੀ ਪ੍ਰੋਬਲਮ ਆ, ਚਾਹੇ ਉਹ ਨਸ਼ਿਆਂ ਦੀ ਪ੍ਰੋਬਲਮ ਆ, ਚਾਹੇ ਉਹ ਜੋਬ ਨਹੀਂ ਮਿਲਦੀ, ਚਾਹੇ ਆਪਣੇ ਨਾਲ ਕੋਈ ਗੁਆਂਢੀ ਮਾੜਾ ਬਿਹੇਵ ਕਰੀ ਜਾਂਦਾ ਜਾਂ ਆਪਣੇ ਕੋਈ ਘਰ ਦਾ ਬੰਦਾ ਆਪਣੇ ਨਾਲ ਕੋਈ ਮਾੜਾ ਬਿਹੇਵ ਕਰੀ ਜਾਂਦਾ, ਜਿਹੜੀ ਵੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਆ, ਚਾਹੇ ਸਾਨੂੰ ਗੁੱਸਾ ਜ਼ਿਆਦਾ ਆਉਂਦਾ, ਆਪਾਂ ਨੇ ਇਹ ਦੇਖਣਾ ਵੀ ਆਪਾਂ ਨੇ ਸਿਚੁਏਸ਼ਨ ਕਿਵੇਂ ਕੰਟਰੋਲ 'ਚ ਕਰਨੀ ਆ ਉਹ। ਜੇ ਆਪਾਂ ਸਿਚੁਏਸ਼ਨ ਕੰਟਰੋਲ 'ਚ ਨਾ ਕੀਤੀ, ਫਿਰ ਜਿਹੜੀ ਨੈਕਸਟ ਪਾਰਟ ਉਹ ਹੈਗਾ ਸੋਲਿਊਸ਼ਨ ਦਾ, ਫਿਰ ਉਹ ਨਿਕਲਣਾ ਨਹੀਂ। ਕਿਉਂਕਿ ਜਿਹੜੀ ਪ੍ਰੋਬਲਮ ਆ, ਤਾਂ ਜੇ ਇਹਦੇ ਵਿੱਚ ਪ੍ਰੋਬਲਮ ਪਈ ਹੋਈ ਆ, ਪ੍ਰੋਬਲਮ ਦਾ ਮਤਲਬ ਹੈਗਾ ਕਿ ਕੋਈ ਨਾ ਕੋਈ ਟਰਮੋਇਲ ਹੋ ਰਹੀ ਆ, ਕੋਈ ਨਾ ਕੋਈ ਅਪਹੀਵਲ ਆ, ਕੋਈ ਨਾ ਕੋਈ ਹਿਲਜੁਲ ਹੋ ਰਹੀ ਆ, ਕੋਈ ਨਾ ਕੋਈ ਇਮੋਸ਼ਨ 'ਚ ਆ, ਕੋਈ ਨਾ ਕੋਈ ਕਿਸੇ ਦੀ ਸੋਚਣੀ ਠੀਕ ਨਹੀਂ ਗੀ। ਸੋ ਪਹਿਲੀ ਚੀਜ਼ ਆ, ਤੁਸੀਂ ਦੇਖੋਗੇ ਕਿ ਜਦੋਂ ਕਾਰ ਐਕਸੀਡੈਂਟ ਹੁੰਦਾ ਆਪਾਂ ਨੂੰ ਬੜਾ ਹੁੰਦਾ ਵੀ ਇਹਨੂੰ ਛੇਤੀ ਦੇਣੇ ਕਰੋ, ਇਹਨੂੰ ਦੇਖੋ, ਇਹਦੇ ਹੈ ਨਾ। ਅਤੇ ਜਦੋਂ ਉਹ ਪੈਰਾਮੈਡਿਕਸ ਆਉਂਦੇ ਉਹ ਟੌਰ ਨਾਲ ਜੇਬ 'ਚ ਹੱਥ ਪਾ ਕੇ ਖੜ੍ਹ ਜਾਂਦਾ ਇੱਕ ਅੱਧਾ, ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਕੋਈ ਕਾਹਲੀ ਨਹੀਂ ਹੁੰਦੀ, ਬੜੇ ਆਰਾਮ ਨਾਲ ਉਹ ਕੰਮ ਕਰਦੇ ਆਪਣੇ। ਆਪਾਂ ਨੂੰ ਹੁੰਦਾ ਵੀ ਇਹ ਹਿਲਦੇ ਨਹੀਂ, ਇਹ ਕਰਦੇ ਨਹੀਂ, ਇਹ ਛੇਤੀ ਕਾਰਨ, ਇਹਨੂੰ ਸਾਹ ਕਾਰਨ, ਪਲਾਨਾ ਕਾਰਨ। ਉਹਨਾਂ ਨੇ ਪਹਿਲਾਂ ਸਿਚੁਏਸ਼ਨ ਨੂੰ ਅਸੈਸ ਕਰਨਾ ਵੀ ਸਿਚੁਏਸ਼ਨ ਕਿੰਨੀ ਕੁ ਕੰਪਲੀਕੇਟਡ ਆ। ਸੋ ਇੱਕ ਟੈਕਨੀਕ ਜਿਹੜੀ ਮੈਂ ਓਵਰ ਦੀ ਈਅਰਸ ਦੇਖਿਆ ਕਿ ਜੇ ਆਪਾਂ ਪ੍ਰੋਬਲਮ ਨੂੰ ਦੇਖ ਕੇ ਅਸੈਸ ਕਰਕੇ ਆਪਾਂ ਉਸ ਸਿਚੁਏਸ਼ਨ ਨੂੰ ਕੰਟਰੋਲ 'ਚ ਕਰ ਲਈਏ, ਫਿਰ ਆਪਾਂ ਸੋਲਿਊਸ਼ਨ 'ਤੇ ਪਹੁੰਚਣ ਨੂੰ ਥੋੜ੍ਹਾ ਜਿਹਾ ਆਪਾਂ ਨੂੰ ਈਜ਼ੀ ਹੋ ਜੂਗਾ।
ਇੱਥੇ ਆਪਾਂ ਟਾਈਮ ਨਹੀਂ ਸਪੈਂਡ ਕਰਦੇ, ਆਪਾਂ ਸਿਚੁਏਸ਼ਨ ਨੂੰ ਕੰਟਰੋਲ ਕਰਨ ਦਾ ਟਾਈਮ ਨਹੀਂ ਸਪੈਂਡ ਕਰਦੇ, ਆਪਾਂ ਨੂੰ ਬਹੁਤ ਜਲਦੀ ਹੁੰਦੀ ਆ। ਸੋ ਪ੍ਰੋਬਲਮਸ ਆਪਣੇ ਕਲਚਰ 'ਚ ਕਿਹੜੀਆਂ, ਆਪਾਂ ਬਹੁਤ ਜ਼ਿਆਦਾ ਕੁਇਕ ਫਿਕਸ ਚਾਹੁੰਦੇ ਹਾਂ, ਕੁਇਕ ਫਿਕਸ ਕੋਈ ਨਹੀਂ ਗਾ, ਦੇਰ ਇਜ਼ ਨੋ ਕੁਇਕ ਫਿਕਸ। ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ 8, 10, 15, 20 ਸਾਲ ਹੋ ਗਏ ਖਰਾਬ ਹੋਏ ਨੂੰ, ਉਹਨੂੰ ਆਪਾਂ ਕੁਇਕ ਫਿਕਸ ਨਹੀਂ ਕਰ ਸਕਦੇ। ਜੇ ਆਪਾਂ ਨੂੰ ਉਹਦਾ ਇੱਕ ਟਾਈਮ ਲੱਗੂਗਾ, ਇੱਕ ਪ੍ਰੋਸੈਸ ਆ। ਹੁਣ ਮਿਸਾਲ ਦੇ ਤੌਰ 'ਤੇ ਹਸਬੈਂਡ ਵਾਈਫ ਲੜੀ ਜਾਂਦੇ ਆ ਪਿਛਲੇ 15-20 ਸਾਲਾਂ ਤੋਂ, ਆਪਾਂ ਉਸ ਸਿਚੁਏਸ਼ਨ ਉਹਨਾਂ ਨੇ ਕੰਟਰੋਲ ਤਾਂ ਕੀਤਾ ਹੀ ਨਹੀਂ ਗਾ। ਚਾਹੀਦਾ ਤਾਂ ਇਹ ਸੀਗਾ ਵੀ ਜੇ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਆ ਤਾਂ ਉਸ ਲੜਾਈ ਦੇ ਵਿੱਚ ਬੱਚੇ ਵੀ ਪੀਸੇ ਜਾ ਰਹੇ ਆ। ਜੇ ਉਹ ਵਾਕਿਆ ਹੀ ਦੋਨੋਂ ਜਣੇ ਬੱਚਿਆਂ ਨੂੰ ਪਿਆਰ ਕਰਦੇ ਤਾਂ ਉਹਨਾਂ ਨੇ ਬੱਚਿਆਂ ਦੇ ਸਾਹਮਣੇ ਲੜਾਈ ਨਹੀਂ ਸੀ ਕਰਨੀ, ਪਰ ਕਿਉਂਕਿ ਉਹ ਉਹਨਾਂ ਨੇ ਸਿਚੁਏਸ਼ਨ ਨਹੀਂ ਕੰਟਰੋਲ 'ਚ ਕੀਤੀ, ਇਸ ਕਰਕੇ ਉਹ ਲੜ ਪੈਂਦੇ ਆ। ਸੋ ਜਿਹੜੀ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਉਹ ਬਹੁਤ ਜ਼ਰੂਰੀ ਆ, ਇਦੋਂ ਪਹਿਲਾਂ ਕਿ ਤੁਸੀਂ ਸਲਿਊਸ਼ਨ ਕੰਨੀ ਨੂੰ ਜਾਓ। ਆਹ ਇਸ ਚੀਜ਼ ਨੂੰ ਮੈਨੇਜ ਕਰਨਾ ਬਹੁਤ ਇੰਪੋਰਟੈਂਟ ਆ। ਔਰ ਬਜਾਏ ਇਸ ਦੇ ਕਿ ਆਪਾਂ ਸਿਚੁਏਸ਼ਨ ਨੂੰ ਕੰਟਰੋਲ ਕਰੀਏ, ਆਪਾਂ ਸਿਚੁਏਸ਼ਨ ਨੂੰ ਹੋਰ ਐਗਰੀਵੇਟ ਕਰ ਲੈਂਦੇ ਹਾਂ ਗੱਲਾਂ ਕਰਕੇ, ਕਮਿਊਨੀਕੇਟ ਕਰਕੇ, ਗਲਤ ਟੈਕਨੀਕਸ ਵਰਤ ਕੇ ਹੋਰ ਜ਼ਿਆਦਾ ਕੰਪਲੀਕੇਸ਼ਨਸ ਪੈਦਾ ਕਰ ਲੈਂਦੇ ਹਾਂ। ਜਿੱਥੇ ਨਹੀਂ ਪ੍ਰੋਬਲਮਸ ਆਉਣੀਆਂ ਉੱਥੇ ਵੀ ਪ੍ਰੋਬਲਮਸ ਆਉਂਦੀਆਂ, ਕਿਉਂਕਿ ਆਪਾਂ ਸਿਚੁਏਸ਼ਨ ਨੂੰ ਕੰਟਰੋਲ 'ਚ ਨਹੀਂ ਕੀਤਾ। ਚਾਹੇ ਬੱਚਾ ਸਕੂਲ ਨਹੀਂ ਜਾਂਦਾ, ਉਹਦੀ ਵੀ ਸਿਚੁਏਸ਼ਨ ਆਪਾਂ ਕੰਟਰੋਲ 'ਚ ਨਹੀਂ ਕਰਦੇ, ਫਿਰ ਉਹ ਵੱਧਦੀ ਜਾਂਦੀ ਆ, ਵੱਧਦੀ ਜਾਂਦੀ ਆ, ਵੱਧਦੀ ਜਾਂਦੀ ਆ, ਕਿ ਉਹ ਇੱਕ ਦਿਨ ਸਕੂਲੋਂ ਹੀ ਐਕਸਪੈਲ ਹੋ ਜਾਂਦਾ, ਕਿਉਂਕਿ ਸਿਚੁਏਸ਼ਨ ਨਹੀਂ ਕੰਟਰੋਲ 'ਚ ਕੀਤੀ। ਆਪਾਂ ਨੂੰ ਪਤਾ ਨਹੀਂ ਗਾ ਸਿਚੁਏਸ਼ਨ ਕੰਟਰੋਲ 'ਚ ਕਿਵੇਂ ਕਰਨੀ। ਜਿਹੜੇ ਪੁਲਿਸ ਵਾਲੇ ਆ ਜਾਂ ਮਿਲਟਰੀ ਨੇ ਕੋਈ ਸਿਚੁਏਸ਼ਨ ਉਹਨਾਂ ਨੇ ਲੈਟਸੇ ਵੀ ਉਹਨਾਂ ਨੇ ਡਿਸਾਈਡ ਕੀਤਾ ਵੀ ਅਸੀਂ ਇੱਕ ਸ਼ਹਿਰ ਜਿੱਤ ਲੈਣਾ, ਉਹਨਾਂ ਦੀ ਆਹ ਹੁਣ ਉਹਨਾਂ ਨੇ ਦੇਖਣਾ ਵੀ ਹੁਣ ਅਸੀਂ ਸਿਚੁਏਸ਼ਨ ਨੂੰ ਕਿਵੇਂ ਕੰਟਰੋਲ 'ਚ ਕਰਨਾ। ਪਹਿਲਾਂ ਬਾਅਦ ਦੇ ਵਿੱਚ ਜਿੱਤਣ ਤੋਂ ਪਹਿਲਾਂ ਅਸੀਂ ਕੀ ਕਰਨਾ ਔਰ ਜਿੱਤਣ ਤੋਂ ਬਾਅਦ ਅਸੀਂ ਕੀ ਕਰਨਾ, ਉਹਨਾਂ ਦੀ ਸਾਰੀ ਪਲਾਨਿੰਗ ਹੁੰਦੀ ਆ। ਹੁਣ ਆਪਾਂ ਇੰਨੀ ਟਾਈਮ ਲਾ ਕੇ ਪਲਾਨ ਨਹੀਂ ਕਰਦੇ ਜਿੰਨੀ ਟਾਈਮ ਲਾ ਕੇ ਬਾਕੀ ਦੀਆਂ ਜਿਹੜੀਆਂ ਸੋਸਾਇਟੀ ਦੇ ਵਿੱਚ ਜਿਹੜੀਆਂ ਫੋਰਸਿਸ ਆ ਉਹ ਕਰਦੀਆਂ, ਜਿਵੇਂ ਪੁਲਿਸ ਆ, ਜਿਵੇਂ ਆਰਮੀ ਆ, ਮਿਲਟਰੀ ਆ, ਇਹਨਾਂ ਦੀ ਸਾਰਿਆਂ ਦੀ ਇੱਕ ਐਂਟਰ ਸਟਰੈਟਜੀ ਹੁੰਦੀ ਆ, ਇੱਕ ਐਗਜ਼ਿਟ ਸਟਰੈਟਜੀ ਹੁੰਦੀ ਆ। ਦੋਨੋਂ ਚੀਜ਼ਾਂ ਇਹਨਾਂ ਦੀਆਂ ਬੜੀਆਂ ਸਟਰੋਂਗ ਹੁੰਦੀਆਂ। ਐਂਟਰ ਇਹਨਾਂ ਨੇ ਕਿਵੇਂ ਕਰਨਾ, ਐਗਜ਼ਿਟ ਕਿਵੇਂ ਕਰਨਾ। ਆਪਣੀ ਨਾ ਤਾਂ ਕੋਈ ਐਂਟਰ ਸਟਰੈਟਜੀ ਆ, ਜੇ ਮਿਸਾਲ ਦੇ ਤੌਰ 'ਤੇ ਬੱਚਾ ਸਕੂਲ ਨਹੀਂ ਜਾਂਦਾ, ਆਪਣੀ ਐਂਟਰ ਸਟਰੈਟਜੀ ਕੀ ਆ ਉਹਨੂੰ ਕਰਨ। ਆਪਣਾ ਤਾਂ ਬੜਾ ਸਿੰਪਲ ਜਿਹਾ ਫਾਰਮੂਲਾ ਆਪਾਂ ਨੇ ਸਿੱਖਿਆ ਹੋਇਆ, ਉਹ ਨਾਲ ਗੱਲ ਕਰਨੀ ਸ਼ੁਰੂ ਕਰ ਦਿਉ। ਤੂੰ ਕਿਉਂ ਨਹੀਂ ਜਾਂਦਾ, ਤੈਨੂੰ ਜਾਣਾ ਚਾਹੀਦਾ, ਤੇਰੀ ਜ਼ਿੰਦਗੀ ਬਣ ਜੂ, ਤੂੰ ਪੜ੍ਹਿਆ ਕਰ, ਤੂੰ ਪੜ੍ਹਦਾ ਕਿਉਂ ਨਹੀਂ। ਇਹ ਆਪਣੀ ਐਂਟਰ ਸਟਰੈਟਜੀ, ਐਗਜ਼ਿਟ ਸਟਰੈਟਜੀ ਆਪਣੀ ਕੀ ਆ, ਕੋਈ ਵੀ ਐਗਜ਼ਿਟ ਸਟਰੈਟਜੀ ਨਹੀਂ ਗੀ। ਆਪਾਂ ਤਾਂ ਇਹ ਅਜ਼ਿਊਮ ਕਰਦੇ ਹਾਂ ਕਿ ਅਸੀਂ ਗੱਲਬਾਤ ਕਰ ਲਈ, ਹੁਣ ਉਹ ਸਮਝ ਗਿਆ, ਹੁਣ ਉਹਨੇ ਪ੍ਰੋਬਲਮ ਸੋਲਵ ਕਰ ਲੈਣੀ ਆ, ਉਹ ਪਤਾ ਹੀ ਉਦੋਂ ਲੱਗ ਜਾਂਦਾ, 3-4 ਦਿਨਾਂ ਬਾਅਦ ਉਹ ਫਿਰ ਨਹੀਂ ਸਕੂਲ ਜਾਂਦਾ। ਸੋ ਨਾ ਤਾਂ ਆਪਣੀ ਕੋਈ ਐਂਟਰ ਸਟਰੈਟਜੀ ਆ, ਨਾ ਆਪਣੀ ਕੋਈ ਐਗਜ਼ਿਟ ਸਟਰੈਟਜੀ ਆ, ਨਾ ਕੋਈ ਸਟਰੈਟਜੀ ਪਰ ਸੇ ਆ। ਇਸ ਕਰਕੇ ਜਿਹੜੀਆਂ ਪ੍ਰੋਬਲਮਸ ਆ ਉਹ ਹੋਰ ਜ਼ਿਆਦਾ ਪਹਿਲਾਂ ਥੋੜ੍ਹੀਆਂ ਹੁੰਦੀਆਂ, ਫਿਰ ਉਹ ਹੋਰ ਕੰਪਲੈਕਸ ਹੋ ਜਾਂਦੀਆਂ, ਫਿਰ ਉਹ ਹੋਰ ਕੰਪਲੈਕਸ ਹੋ ਜਾਂਦੀਆਂ, ਫਿਰ ਉਹ ਹੋਰ ਕੰਪਲੈਕਸ ਹੋ ਜਾਂਦੀਆਂ, ਫਿਰ ਉਹ ਹੋਰ ਕੰਪਲੈਕਸ ਹੋ ਜਾਂਦੀਆਂ। ਆਪਾਂ ਆਪਣੀ ਜਿਹੜੀ ਲਾਈਫ ਆ ਕੁਛ ਇਸ ਤਰ੍ਹਾਂ ਚੱਲਦੀ ਆ। ਸੋ ਜਿਹੜੀ ਆਰਮੀ ਆ, ਮਿਲਟਰੀ ਆ, ਪੁਲਿਸ ਆ, ਇਹੋ ਜਿਹੀਆਂ ਜਿਹੜੀਆਂ ਫਾਇਰ ਵਾਲੇ ਆ, ਉਹ ਦੇਖੋ ਸਿਚੁਏਸ਼ਨ ਨੂੰ ਕਿਵੇਂ ਕੰਟਰੋਲ 'ਚ ਕਰਦੇ ਆ ਫਾਇਰ ਵਾਲੇ। ਉਹ ਜਦੋਂ ਜਾਂਦੇ ਆ ਉਹ ਕੁਛ ਨਹੀਂ, ਉਹ ਜੇ ਅੱਗ ਲੱਗੀ ਹੋਈ ਆ, ਇਹ ਨਹੀਂ ਗਾ ਵੀ ਭੱਜ ਕੇ ਜਾ ਕੇ ਪਾਣੀ ਪਾਉਣਾ ਸ਼ੁਰੂ ਕਰ ਦੇਣਾ, ਦੇ ਡੋਂਟ ਡੂ ਐਨੀਥਿੰਗ। ਉਹ ਪਹਿਲਾਂ ਅਸੈਸ ਕਰਦੇ ਆ ਵੀ ਇੱਕ ਬਿਲਡਿੰਗ ਕਿਹੋ ਜਿਹੀ ਆ, ਕੀ ਇਹਦੇ 'ਚ ਆ, ਜੇ ਖਾਸ ਕਰਕੇ ਜੇ ਕਿਸੇ ਵੇਅਰ ਹਾਊਸ ਵਗੈਰਾ ਨੂੰ ਅੱਗ ਲੱਗੀ ਹੋਵੇ, ਉਹ ਪਹਿਲਾਂ ਇਹ ਪਤਾ ਕਰਦੇ ਆ ਵੀ ਵੇਅਰ ਹਾਊਸ 'ਚ ਹੈ ਕੀ, ਐਵੇਂ ਪਾਣੀ ਪਾ ਦਈਏ, ਪਾਣੀ ਪਾਉਣਾ ਵੀ ਜ਼ਰੂਰੀ ਆ ਕਿ ਇਹਨੂੰ ਅੱਗ ਨੂੰ ਲੱਗ ਲੈਣ ਦੀਏ। ਦੇ ਹੈਵ ਟੂ ਮੇਕ ਦੈਟ ਡਿਸੀਜਨ। ਸੋ ਜਿਹੜੀ ਸਿਚੁਏਸ਼ਨ ਕੰਟਰੋਲ ਕਰਨਾ, ਇਹ ਉਸ ਆਪਾਂ ਨੇ ਕਿਉਂਕਿ ਸਿਖਾਇਆ ਨਹੀਂ, ਆਪਾਂ ਨੂੰ ਕਿਸੇ ਨੇ ਨਹੀਂ ਦੱਸਿਆ ਵੀ ਸਿਚੁਏਸ਼ਨ ਕੰਟਰੋਲ 'ਚ ਕਰਨੀ ਆ, ਇਸ ਕਰਕੇ ਆਪਾਂ ਨੂੰ ਆਉਂਦਾ ਹੀ ਨਹੀਂ, ਆਪਣੇ ਕੋਈ ਸਕਿੱਲ ਹੀ ਨਹੀਂ। ਹਾਂ, ਜਿਹੜੀਆਂ ਜਿਵੇਂ ਫਾਇਰ ਵਾਲੇ ਆ, ਪੁਲਿਸ ਵਾਲੇ ਆ, ਮਿਲਟਰੀ ਵਾਲੇ ਆ, ਇਹਨਾਂ ਨੂੰ ਸਿਖਾਇਆ ਗਿਆ ਵੀ ਸਿਚੁਏਸ਼ਨ ਕਿਵੇਂ ਕੰਟਰੋਲ 'ਚ ਕਰਨੀ ਆ। ਦੇ ਨੋ, ਤੁਸੀਂ ਆਪਣੇ ਅਗਰ ਸਕੂਲ 'ਚ ਜਾਓ, ਉਹਨਾਂ ਦੇ ਕੋਲ ਸਿਚੁਏਸ਼ਨ ਕੰਟਰੋਲ ਕਰਨ ਦੀਆਂ ਦੀਵਾਰ 'ਤੇ ਲੱਗੀਆਂ ਹੁੰਦੀਆਂ ਪ੍ਰਿੰਸੀਪਲ ਦੇ। ਇਨ ਕੇਸ ਅਗਰ ਕੋਈ ਸਕੂਲ ਦੇ ਵਿੱਚ ਗਨ ਲੈ ਕੇ ਪਹੁੰਚ ਜੇ, ਸਾਰੇ ਟੀਚਰਾਂ ਨੂੰ ਪਤਾ ਵੀ ਉਹਨਾਂ ਨੇ ਲੋਕਡਾਊਨ ਕਿਵੇਂ ਕਰਨਾ, ਉਹ ਉਹਨਾਂ ਦੀ ਐਗਜ਼ਿਟ ਸਟ੍ਰੈਟਜੀ ਆ ਲੋਕਡਾਊਨ। ਸੋ ਸਕੂਲ ਦਾ ਸਕੂਲ ਲੋਕਡਾਊਨ ਹੋ ਜਾਂਦਾ, ਉਹ ਇੰਟਰਕੋਮ 'ਤੇ ਬੋਲ ਦਿੰਦੇ ਆ, ਜਾਂ ਉਹ ਉਹਨਾਂ ਦਾ ਜਿਹੜੇ ਵੀ ਕੋਡ ਰੱਖੇ ਆ। ਤੁਸੀਂ ਹੋਸਪਿਟਲ 'ਚ ਜਾਓ, ਉਹਨਾਂ ਦਾ ਸਿਚੁਏਸ਼ਨ ਕੰਟਰੋਲ ਆ। ਤੁਸੀਂ ਸੁਣਿਆ ਹੋਣਾ ਹੋਸਪਿਟਲ 'ਚ ਕੋਡ ਬਲੂ,
ਹੈ ਨਾ, ਕਹਿੰਦੇ ਹੁੰਦੇ ਨਾ ਕੋਡ ਬਲੂ ਰੂਮ 224 ਕੋਡ ਬਲੂ, ਉਹ ਜਿਹੜਾ 224 ਦਾ ਜਿਹੜੇ ਹੁਣ ਜਿੱਥੇ ਮਤਲਬ ਕਿ ਜਿਹੜਾ ਵੀ ਕੁਛ ਆ ਜੇ ਉਹਨਾਂ ਨੇ ਕੋਡ ਬਲੂ ਹਾਰਟ ਅਟੈਕ ਦਾ ਰੱਖਿਆ ਉਹ ਹੁਣ ਭੱਜ ਕੇ ਜਾਣਗੇ ਕਿਉਂਕਿ ਕੋਡ ਬਲੂ ਹੋ ਗਿਆ ਉਸ ਦਾ, ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰੋਲ 'ਚ ਕਰਨਾ। ਆਪਣਾ ਕਿਹੜੇ ਆਪਣੇ ਕਿਹੜੀ ਉਹ ਸਿਚੁਏਸ਼ਨ ਕੰਟਰੋਲ ਕਰਨ ਦੇ ਕੋਈ ਮੈਕਨਿਜ਼ਮਸ ਆ, ਆਪਣੇ ਕੋਈ ਮੈਕਨਿਜ਼ਮਸ ਨਹੀਂ ਗਏ। ਇਸ ਕਰਕੇ ਹੁੰਦਾ ਕੀ ਆ ਕਿ ਆਪਣੀਆਂ ਛੋਟੀਆਂ ਪ੍ਰੋਬਲਮਸ ਵੱਡੀਆਂ ਹੋ ਜਾਂਦੀਆਂ ਔਰ ਆਪਾਂ ਸਿਰਫ ਇੱਕੋ ਹੀ ਟੂਲ ਵਰਤਦੇ ਹਾਂ ਉਹ ਹੈਗਾ ਟਾਕ ਦਾ, ਆਪਾਂ ਗੱਲਬਾਤ ਕਰਦੇ ਹਾਂ। ਲੇਕਿਨ ਇਹ ਕੋਈ ਜ਼ਰੂਰੀ ਨਹੀਂ ਗਾ ਵੀ ਗੱਲਬਾਤ ਆਪਣੀ ਪ੍ਰੋਬਲਮ ਸੋਲਵ ਕਰ ਲਵੇ। ਹੋਰ ਵੀ ਵਰਾਇਟੀ ਆਫ ਟੈਕਨੀਕਸ ਆਪਾਂ ਯੂਜ ਕੀਤੀਆਂ ਜਾ ਸਕਦੀਆਂ। ਸੋ ਪਹਿਲਾ ਪਾਰਟ ਇਹ ਸੀਗਾ ਕਿ ਆਪਾਂ ਨੂੰ ਪ੍ਰੋਬਲਮਸ ਆਉਣਗੀਆਂ, ਇਸ ਤਰ੍ਹਾਂ ਦਾ ਕੋਈ ਦਿਨ ਨਹੀਂ ਆਉਣਾ ਤੁਹਾਡੀ ਜ਼ਿੰਦਗੀ 'ਚ ਵੀ ਤੁਹਾਨੂੰ ਪ੍ਰੋਬਲਮਸ ਨਾ ਆਉਣ, ਇਹ ਆਉਣਗੀਆਂ। ਹੁਣ ਕੁਸ਼ਚਨ ਹੈਗਾ ਕਿ ਤੁਸੀਂ ਉਸ ਪ੍ਰੋਬਲਮ ਨੂੰ ਕਿਵੇਂ ਕੰਟਰੋਲ 'ਚ ਰੱਖਦੇ ਹੋ, ਇਹ ਆਪਾਂ ਥੋੜ੍ਹੇ ਜਿਹੇ ਦੇਖ ਲਈਏ ਵੀ ਕਿਵੇਂ ਆ। ਸੋ ਜਿਹੜੀ ਵੀ ਪ੍ਰੋਬਲਮ ਆ ਉਹਦਾ ਪਹਿਲਾ ਪਾਰਟ ਆ ਉਸ ਪ੍ਰੋਬਲਮ ਦਾ ਕਿ ਉਸ ਪ੍ਰੋਬਲਮ ਨੂੰ ਆਪਾਂ ਪਹਿਲਾਂ ਅੰਡਰਸਟੈਂਡ ਕਰੀਏ। ਜੇ ਆਪਾਂ ਨੂੰ ਐਡਿਕਸ਼ਨ ਪ੍ਰੋਬਲਮ ਆ ਆਪਾਂ ਪਹਿਲਾਂ ਇਹ ਦੇਖੀਏ ਵੀ ਐਡਿਕਸ਼ਨ ਕਿਹੋ ਜਿਹੀ ਆ ਔਰ ਇਹਦਾ ਕਿਵੇਂ ਆ, ਇਹਦਾ ਅਸਰ ਬ੍ਰੇਨ 'ਤੇ ਕੀ ਹੁੰਦਾ, ਇਹਦਾ ਅਸਰ ਮੇਰੀ ਬਾਡੀ 'ਤੇ ਕੀ ਹੁੰਦਾ, ਇਹਦਾ ਅਸਰ ਮੇਰਾ ਰਿਲੇਸ਼ਨਸ਼ਿਪ 'ਤੇ ਕੀ ਹੁੰਦਾ, ਇਹਦਾ ਅਸਰ ਮੇਰਾ ਇਕਨੋਮਿਕਸ 'ਤੇ ਕੀ ਹੁੰਦਾ, ਕੰਮ ਕਰਨ ਦੀ ਐਬਿਲਿਟੀ 'ਤੇ ਕੀ ਹੁੰਦਾ, ਇਹ ਕੀ ਕਰਦੀ ਆ। ਜੇ ਸਾਨੂੰ ਇਹਦੀ ਅੰਡਰਸਟੈਂਡਿੰਗ ਨਹੀਂ ਗੀ ਐਡਿਕਸ਼ਨ ਦੀ, ਫਿਰ ਅਸੀਂ ਇਹਦਾ ਕੋਈ ਸਲਿਊਸ਼ਨ ਨਹੀਂ ਲੱਭ ਸਕਾਂਗੇ, ਅਸੀਂ ਕੋਈ ਕੰਟਰੋਲ ਨਹੀਂ ਕਰ ਸਕਾਂਗੇ। ਸੋ ਆਪਣੇ ਜਿਹੜਾ ਐਡਿਕਸ਼ਨਸ ਦਾ ਆਪਣੇ ਕੋਈ ਬਾਹਲਾ ਡੀਪ ਲੈਵਲ ਦਾ ਗਿਆਨ ਨਹੀਂ ਗਾ ਵੀ ਇਹ ਜਿਹੜੀ ਨਸ਼ੇ ਦੀ ਆ ਇਹ ਐਕਚੁਅਲੀ ਕੀ ਕਰਦੀ ਆ। ਜਿਹੜੀ ਮਾਡਰਨ ਸਾਇੰਸ ਆ ਉਹ ਬਹੁਤ ਅੱਗੇ ਲੰਘ ਚੁੱਕੀ ਆ, ਮਾਡਰਨ ਸਾਇੰਸ ਆ ਜਿਹੜੀ ਮਤਲਬ ਕਿ ਜਿਹੜੀ ਨਵੀਆਂ ਥਿਊਰੀਆਂ ਆਉਂਦੀਆਂ, ਜਿਵੇਂ ਫੋਰ ਐਗਜ਼ਾਮਪਲ ਜਿਹੜੀਆਂ ਨਵੀਆਂ ਥਿਊਰੀਆਂ ਆਉਂਦੀਆਂ ਉਹ ਇਹ ਕਹਿੰਦੀਆਂ ਵੀ ਜਿਹੜੀ ਦਿਮਾਗ 'ਚ ਜਿਹੜੀ ਮੈਮਰੀ ਆ, ਰਾਈਟ, ਸੋ ਜਿਹੜੀ ਮੈਮਰੀ ਆ ਪੰਜ ਪਾਰਟ ਉਹਨਾਂ ਨੇ ਕਿਹਾ, ਉਹਦਾ ਕੀ ਅਸਰ ਆ ਤੁਹਾਡੇ ਤੁਹਾਡੇ ਬਿਹੇਵੀਅਰ ਦੇ ਉੱਤੇ, ਉਹਦਾ ਕੀ ਅਸਰ ਪੈਂਦਾ ਤੁਹਾਡੀ ਲਾਈਫ ਸਟਾਈਲ 'ਤੇ, ਕੀ ਅਸਰ ਪੈਂਦਾ ਮੈਮਰੀ ਦਾ, ਇਹਨੂੰ ਆਪਾਂ ਅਰੇਸ ਤਾਂ ਕਰ ਨਹੀਂ ਸਕਦੇ। ਜਿਹੜੀਆਂ ਮਾੜਿਆ ਚੀਜ਼ ਆਪਣੇ ਨਾਲ ਹੁੰਦੀ ਆ ਜਾਂ ਆਪਾਂ ਤੋਂ ਹੋ ਜਾਂਦੀ ਆ ਗਲਤੀ ਨਾਲ ਹੋ ਜਾਂਦੀ ਆ, ਇਹ ਤਾਂ ਹੈ ਨਹੀਂ ਗਾ ਵੀ ਦਿਮਾਗ 'ਚੋਂ ਆਪਾਂ ਮਿਟੇ ਲਾਂਗੇ, ਮਿਟਿਆ ਤਾਂ ਜਾ ਨਹੀਂ ਸਕਦਾ, ਉਹਨੇ ਉੱਥੇ ਰਹਿਣਾ। ਸੋ ਇਹਦਾ ਰਿਲੇਸ਼ਨਸ਼ਿਪ ਕੀ ਹੁੰਦਾ ਆਪਣੇ ਨਾਲ, ਇਹ ਇੱਕ ਤਾਂ ਸਮਝਣਾ ਬੜਾ ਜ਼ਰੂਰੀ ਆ, ਰਾਈਟ। ਸੈਕੰਡ ਹੈਗਾ ਕਿ ਆਪਾਂ ਕਿਸ ਤਰੀਕੇ ਨਾਲ ਪ੍ਰੋਬਲਮਾਂ ਸੋਲਵ ਕਰਦੇ ਹਾਂ, ਕਰਦੇ ਵੀ ਹਾਂ ਕਿ ਨਹੀਂ। ਜੇ ਕੋਈ ਬੱਚਾ 4 ਸਾਲ ਦਾ ਜਿੱਦੀ ਆ ਔਰ ਮਾਂ ਪਿਓ ਕਹਿੰਦੇ ਯਾਰ ਆ ਸਾਡਾ ਬੱਚਾ ਬੜਾ ਜਿੱਦੀ ਆ, ਉਹ ਹੁਣ 7 ਸਾਲ ਦਾ ਹੋ ਗਿਆ ਕਹਿੰਦੇ ਯਾਰ ਇਹ ਬਹੁਤ ਜਿੱਦੀ ਆ ਸਾਡਾ ਬੱਚਾ, ਫਿਰ ਉਹ 12 ਸਾਲ ਦਾ ਹੋ ਗਿਆ ਫਿਰ ਵੀ ਮਾਪੇ ਕਹਿੰਦੇ ਯਾਰ ਇਹ ਬਹੁਤ ਜਿੱਦੀ ਆ, ਫਿਰ ਉਹ 18 ਸਾਲ ਦਾ ਹੋ ਜਾਂਦਾ ਫਿਰ ਵੀ ਮਾਪੇ ਕਹਿੰਦੇ ਯਾਰ ਇਹ ਜੇ ਇਹ ਖਿਹੜੇ ਪੈ ਜੇ ਫਿਰ ਇਹ ਹਟਦਾ ਨਹੀਂ, ਕਰਕੇ ਹੀ ਹਟਦਾ। ਹੁਣ ਆਪਾਂ ਨੇ ਪ੍ਰੋਬਲਮ ਤਾਂ ਕੋਈ ਸੋਲਵ ਨਹੀਂ ਕੀਤਾ, ਆਪਾਂ ਤਾਂ ਡਿਫਾਈਨ ਕਰੀ ਜਾਂਦੇ ਹਾਂ ਵੀ ਇਹ ਜਿੱਦੀ ਬਹੁਤ ਆ, ਇਹ ਜਿੱਦੀ ਬਹੁਤ ਆ, ਜਦੋਂ 4 ਸਾਲ ਦਾ ਸੀ ਉਦੋਂ ਵੀ ਜਿੱਦੀ ਆ, ਹੁਣ ਉਹ 18 ਦਾ ਹੋ ਗਿਆ ਹੁਣ ਵੀ ਜਿੱਦੀ ਆ, ਹੋਰ ਚਾਂਸਿਸ ਆ ਕਿ ਜੇ ਉਹ 26 ਦਾ ਹੋਜੂਗਾ ਫਿਰ ਵੀ ਉਹ ਜਿੱਦੀ ਹੋਊਗਾ, ਫਿਰ 30 ਦਾ ਹੋਜੂਗਾ ਫਿਰ ਵੀ ਉਹ ਜਿੱਦੀ ਹੋਊਗਾ। ਲੇਕਿਨ ਪ੍ਰੋਬਲਮ ਨੂੰ ਆਪਾਂ ਸੋਲਵ ਨਹੀਂ ਕੀਤਾ, ਆਪਾਂ ਸਿਰਫ ਡਿਫਾਈਨ ਕੀਤਾ, ਸੋਲਵ ਤਾਂ ਕੁਝ ਕੀਤਾ ਹੀ ਨਹੀਂ, ਕਹੀ ਜਾਂਦੇ ਹਾਂ ਵੀ ਇਹ ਜਿੱਦੀ ਬਹੁਤ ਆ। ਔਰ ਤੁਸੀਂ ਦੇਖੋਗੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਕਈ ਮਾਪੇ ਹੁੰਦੇ ਆ, ਉਹ ਇਹੀ ਕਹੀ ਜਾਣਗੇ ਆਪਣੇ ਬੱਚੇ ਬਾਰੇ, ਇਹ ਤਾਂ ਪੜ੍ਹਦਾ ਨਹੀਂ ਜੀ, ਆਹ ਸਾਡਾ ਬੱਚਾ ਬੜਾ ਸਾਊ ਆ, ਇਹਨੂੰ ਦੇਖੋ ਕਿਤਾਬ ਲੈ ਕੇ ਬੈਠਾ ਰਹਿੰਦਾ, ਇਹ ਯਾਰ ਇਹਨੇ ਨਹੀਂ ਕਦੇ ਨਹੀਂ ਇਹਨੇ ਪੜ੍ਹਨਾ, ਜਾਂ ਆਹ ਬੱਚਾ ਯਾਰ ਇਹ ਟੇਕੇ ਹੀ ਨਹੀਂ ਬਹਿੰਦਾ। ਓਕੇ, ਫਿਰ ਕਰਨਾ ਹੁਣ ਕੀ ਆ, ਤੁਸੀਂ ਉਹਦੇ ਸਾਹਮਣੇ ਹੀ ਕਹੀ ਜਾਂਦੇ ਹੋ ਬੱਚੇ ਦੇ, ਇਹਦਾ ਮਤਲਬ ਤੁਸੀਂ ਉਹਨੂੰ ਰੀਇਨਫੋਰਸ ਕਰ ਰਹੇ ਹੋ ਵੀ ਮੈਂ ਤਾਂ ਢੀਠ ਹੈਗਾ ਹੀ ਹਾਂ, ਚੱਲ ਕੋਈ ਨਹੀਂ, ਮੇਰੇ ਮਾਪਿਆਂ ਨੂੰ ਵੀ ਪਤਾ ਵੀ ਮੈਂ ਢੀਠ ਹਾਂ ਅਤੇ ਮੈਂ ਕਰੀ ਜਾਵਾਂ, ਕਿਉਂਕਿ ਤੁਸੀਂ ਰੀਇਨਫੋਰਸ ਤਾਂ ਕੀ ਕਰ ਰਹੇ ਹੋ, ਤੁਸੀਂ ਉਹਦਾ ਬੈਡ ਬਿਹੇਵੀਅਰ ਹੀ ਰੀਇਨਫੋਰਸ ਕਰ ਰਹੇ ਹੋ ਨਾ। ਸੋ ਤੁਸੀਂ ਪ੍ਰੋਬਲਮ ਨਹੀਂ ਸੋਲਵ ਕਰ ਰਹੇ, ਤੁਸੀਂ ਪ੍ਰੋਬਲਮ ਨੂੰ ਐਕਚੁਅਲੀ ਤੁਸੀਂ ਸਿਰਫ ਡਿਫਾਈਨ ਕਰ ਰਹੇ ਹੋ, ਔਰ ਆਪਣਾ ਕਲਚਰ ਬਹੁਤ ਵਧੀਆ ਡਿਫਾਈਨ ਕਰਦਾ ਪ੍ਰੋਬਲਮਸ ਨੂੰ, ਬਹੁਤ ਜ਼ਿਆਦਾ ਬਹੁਤ ਵਧੀਆ ਡਿਫਾਈਨ ਕਰਦਾ। ਅਤੇ ਜੇ ਇਹਨੂੰ ਤੁਸੀਂ ਉਹਦੇ 'ਤੇ ਪੱਖ 'ਤੇ ਦੇਖਣਾ, ਸਪਿਰਚੁਅਲ ਪੱਖ 'ਤੇ ਦੇਖਣਾ, ਤੁਸੀਂ ਦੋ ਵੱਡੇ ਗੁਰੂਆਂ ਨੂੰ ਉਹਨਾਂ ਨੂੰ ਕੰਪੈਰੀਜ਼ਨ ਕਰ ਲਓ, ਇੱਕ ਭਗਤ ਕਬੀਰ ਨੂੰ ਕੰਪੇਅਰ ਕਰ ਲਓ ਗੁਰੂ ਨਾਨਕ ਦੇ ਨਾਲ। ਭਗਤ ਕਬੀਰ ਨੇ ਬਹੁਤ ਜ਼ਿਆਦਾ ਡਿਫਾਈਨ ਕੀਤਾ ਸੋਸਾਇਟੀ ਦੇ ਈਵਲਸ ਨੂੰ, ਅਗਰ ਤੁਸੀਂ ਉਹਨਾਂ ਦੀਆਂ ਭਗਤ ਕਬੀਰ ਦੀਆਂ ਰਾਈਟਿੰਗਸ ਪੜ੍ਹੋ, ਬਹੁਤ ਜ਼ਿਆਦਾ ਆ ਗੁਰੂ ਨਾਨਕ ਨਾਲੋਂ।
ਪਰ ਡਿਫਾਈਨ ਕਰਨਾ ਔਰ ਸੋਲਵ ਕਰਨਾ ਦੋ ਵੱਖਰੇ ਵੱਖਰੇ ਵਿਸ਼ੇ ਆ। ਡਿਫਾਈਨ ਕਰਨਾ ਸੌਖਾ। ਤੁਸੀਂ ਕਾਰਲ ਮਾਰਕਸ ਦਾ ਨਾਂ ਸੁਣਿਆ? ਕਾਰਲ ਮਾਰਕਸ ਦੀ ਇੱਕ ਬੜੀ ਫੇਮਸ ਕੋਟ ਆ, ਕਹਿੰਦਾ ਵੀ ਮੇਰੇ 'ਚ ਔਰ ਬਾਕੀ ਸਾਰੇ ਫਿਲੋਸਫਰਾਂ 'ਚ ਫਰਕ ਸਿਰਫ ਇੰਨਾ ਕਿ ਉਹਨਾਂ ਨੇ ਡਿਫਾਈਨ ਕੀਤਾ ਔਰ ਮੈਂ ਕੁਝ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਦੇ ਨਾਲ ਐਗਰੀ ਕਰਨਾ ਜਾਂ ਨਾ ਐਗਰੀ ਕਰਨਾ ਇੱਕ ਵੱਖਰਾ ਵਿਸ਼ਾ, ਲੇਕਿਨ ਡਿਫਾਈਨ ਕਰਨ 'ਚ ਔਰ ਸੋਲਵਿੰਗ ਕਰਨ 'ਚ ਇਹ ਫਰਕ ਆ। ਔਰ ਵਿਦਵਾਨ ਇਹ ਮੰਨਦੇ ਆ ਦੁਨੀਆ 'ਚ ਕਿ 99% ਲੋਕ ਡਿਫਾਈਨ ਕਰਨ 'ਚ ਮਾਹਰ ਆ। ਆਪਣਾ ਕਲਚਰ ਉਹਨਾਂ ਕਲਚਰਾਂ 'ਚੋਂ ਆਉਂਦਾ ਜਿਹੜੇ ਕਿ ਬਹੁਤ ਮਾਹਰ ਆ ਬੁਰਾਈਆਂ ਨੂੰ ਡਿਫਾਈਨ ਕਰਨ 'ਚ, ਖਾਸ ਕਰਕੇ ਕਿਸੇ ਹੋਰ ਦੀ ਬੁਰਾਈ ਡਿਫਾਈਨ ਕਰਨ ਦੇ ਵਿੱਚ ਤਹਿ ਲਾ ਦਿੰਦੇ ਆ। ਜੇ ਤੁਹਾਡੇ ਕੋਲ ਟੇਪ ਰਿਕਾਰਡਰ ਹੋਵੇ ਜਾਂ ਕੈਮਰੇਜ ਹੋਣ, ਤੁਸੀਂ ਉਹਨਾਂ ਦੇ ਸਾਹਮਣੇ ਰੱਖ ਦਿਉ, ਤੁਸੀਂ ਹੈਰਾਨ ਹੀ ਹੋ ਜਾਓਗੇ ਵੀ ਉਹ ਕਿੰਨੀ ਦੇਰ ਕਿਸੇ ਬੰਦੇ ਦੀ ਬੁਰਾਈ ਦੇ ਬਾਰੇ ਬੋਲ ਸਕਦੇ ਆ ਡਿਟੇਲ 'ਚ। ਲੇਕਿਨ ਜੇ ਉਹਨਾਂ ਨੂੰ ਕਹੋ ਵੀ ਹੁਣ ਹੱਲ ਕੀ ਆ, ਜਿਵੇਂ ਹੁਣ ਮਿਸਾਲ ਦੇ ਤੌਰ 'ਤੇ ਆਪਾਂ ਸਾਰਿਆਂ ਨੂੰ ਪਤਾ ਵੀ ਬੱਚੇ ਪੰਜਾਬੀ ਜ਼ਬਾਨ ਸਿੱਖ ਨਹੀਂ ਰਹੇ, ਆਪਾਂ ਨੂੰ ਪਤਾ, ਇਹ ਪੰਜਾਬ 'ਚ ਵੀ ਪਤਾ, ਆਪਾਂ ਨੂੰ ਕੈਨੇਡਾ 'ਚ ਵੀ ਪਤਾ। ਇਹਦੇ ਬਾਰੇ ਬਹੁਤ ਸਾਰੇ ਤੁਹਾਨੂੰ ਡਾਇਲੋਗਸ ਮਿਲਣਗੇ ਵੀ ਬੱਚੇ ਨਹੀਂ ਪੜ੍ਹਦੇ, ਮਾਪਿਆਂ ਦਾ ਕਸੂਰ ਆ, ਮਾਪੇ ਪੈਸੇ ਬਣਾਉਣ 'ਚ ਲੱਗੇ ਹੋਏ ਆ, ਬੱਚਿਆਂ ਨੂੰ ਸਕੂਲ ਨਹੀਂ ਪਾਉਂਦੇ, ਬੱਚਿਆਂ ਨੂੰ ਕੱਖ ਨਹੀਂ ਗਾ, ਇੱਕ ਦਿਨ ਜ਼ਬਾਨ ਖਤਮ ਹੋ ਜਾਣੀ ਆ, ਇਹੋ ਜਿਹੀਆਂ ਗੱਲਾਂ ਬੜੀਆਂ ਸੁਣਨ ਨੂੰ ਮਿਲਣਗੀਆਂ। ਜੇ ਉਸੇ ਬੰਦੇ ਨੂੰ ਤੁਸੀਂ ਪੁੱਛਿਆ ਜਾਓ ਵੀ ਤੁਸੀਂ ਕਰਨਾ ਕੀ ਆ, ਉਹ ਕਰਨਾ ਕਰਾਉਣਾ ਕੀ ਆ, ਜਿਹੜਾ ਕਿਸਮਤ 'ਚ ਹੋਊਗਾ ਹੋ ਜੂਗਾ, ਫਿਰ ਇੱਥੇ ਗੱਲ ਆ ਜਾਂਦੀ ਆ। ਸੋ ਜਿਹੜੀ ਸਲਿਊਸ਼ਨ ਆ ਇਸੇ ਤਰ੍ਹਾਂ ਹੀ ਫੈਮਿਲੀ ਦੀ ਆ। ਫੈਮਿਲੀ 'ਚ ਵੀ ਡਿਫਾਈਨ ਬਹੁਤ ਕੀਤੀ ਜਾਂਦੀ ਆ ਪ੍ਰੋਬਲਮ, ਤੂੰ ਪੜ੍ਹਿਆ ਕਰ, ਤੂੰ ਪੜ੍ਹਦਾ ਕਿਉਂ ਨਹੀਂ, ਤੂੰ ਟੈਲੀਵਿਜ਼ਨ ਦੇਖਦਾ ਰਹਿੰਦਾ, ਤੂੰ ਹੁਣ ਜਵਾਨ ਹੋ ਗਿਆ, ਤੂੰ ਹੁਣ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ, ਤੂੰ ਹੁਣ ਕਰ ਕੁਛ, ਆਹ ਡਿਫਾਈਨ ਆ। ਦੈਟਸ ਨੋਟ ਸੋਲਵਿੰਗ ਏ ਪ੍ਰੋਬਲਮ, ਇਹ ਡਿਫਾਈਨਿੰਗ ਏ ਪ੍ਰੋਬਲਮ ਆ। ਔਰ ਇਸ 'ਤੇ ਅਸੀਂ ਮਾਹਰ ਹਾਂ, ਮਾਪੇ ਬਹੁਤ ਮਾਹਰ ਆ ਡਿਫਾਈਨ ਕਰਨ 'ਤੇ ਪ੍ਰੋਬਲਮ। ਉਹਦਾ ਨੁਕਸਾਨ ਕੀ ਆ ਕਿ ਬੱਚਾ ਵੀ ਸਿੱਖ ਜਾਂਦਾ ਡਿਫਾਈਨ ਕਰਨ ਨੂੰ ਪ੍ਰੋਬਲਮ। ਬੱਚਾ ਫਿਰ ਤੁਹਾਨੂੰ ਕਹਿੰਦਾ ਤੁਸੀਂ ਵੀ ਸਾਡੇ ਨਾਲ ਪੜ੍ਹ ਕੇ ਦੇਖੋ, ਤੁਸੀਂ ਟੁੱਟੇ ਜੇ ਸਕੂਲਾਂ 'ਚ ਪੜ੍ਹਿਓ, ਇੱਥੇ ਸਾਡੇ 'ਤੇ ਪਤਾ ਕਿੰਨਾ ਪ੍ਰੈਸ਼ਰ ਆ, ਤੁਹਾਨੂੰ ਜੇ ਸਟ੍ਰੈੱਸ ਨਹੀਂ ਹੁੰਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਨੂੰ ਵੀ ਨਹੀਂ, ਕਿਉਂਕਿ ਉਹਨੇ ਸੁਣ ਲਿਆ ਕਿਵੇਂ ਡਿਫਾਈਨ ਕਰਨੀ ਆ ਪ੍ਰੋਬਲਮ, ਉਹ ਆਪਣੀਆਂ ਪ੍ਰੋਬਲਮਸ ਨੂੰ ਡਿਫਾਈਨ ਕਰਤਾ ਤੁਹਾਡੇ ਤੋਂ ਸੁਣ ਕੇ। ਔਰ ਫਿਰ ਤੁਹਾਨੂੰ ਕਿਉਂਕਿ ਸੁਣਨੀ ਹੁੰਦੀ ਇਸ ਕਰਕੇ ਤੁਸੀਂ ਕਹਿੰਦੇ ਹੋ ਤੂੰ ਹੁਣ ਬਾਹਲਾ ਬੋਲਦਾ ਮੇਰੇ ਸਾਹਮਣੇ। ਐਂਡ ਦੈਟਸ ਦ ਡਿਫੀਕਲਟੀ ਦੈਟ ਵੀ ਗੈਟ ਇਨ ਟੂ। ਤੀਜਾ ਹੈਗਾ ਆਪਣੇ 'ਚ ਫਲੈਕਸੀਬਿਲਿਟੀ ਨਹੀਂ, ਆਪਣੇ ਕਲਚਰ 'ਚ ਆਪਣੇ 'ਚ ਕੋਈ ਫਲੈਕਸੀਬਿਲਿਟੀ ਨਹੀਂ। ਆਪਣਾ ਇੱਕੋ ਹੀ, ਜੇ ਮੈਂ 12 ਸਾਲ ਦੇ ਨੇ ਕੋਈ ਸਟੇਟਮੈਂਟ ਆਪਣੇ ਦਿਮਾਗ ਦੇ ਵਿੱਚ ਧਾਰਨਾ ਕਰ ਲਈ 12 ਸਾਲ ਦੇ ਨੇ, ਮੈਂ 50 ਸਾਲ ਦਾ, 60 ਸਾਲ ਦਾ, 70 ਸਾਲ ਦਾ ਵੀ ਉਹੀ ਧਾਰਨਾ ਲੈ ਕੇ ਬੈਠਾ, ਹਾਲਾਂਕਿ ਸੋਸਾਇਟੀ ਚੇਂਜ ਹੋ ਗਈ ਆ। ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਰਾਈਟ ਮੰਨੀ ਬੈਠੇ ਹਾਂ ਵੀ ਇਹ ਠੀਕ ਆ, ਔਰ ਉਹਦਾ ਪ੍ਰੋਡੋਮੀਨੈਂਟਲੀ ਉਹ, ਜੇ ਆਪਾਂ ਫਲੈਕਸੀਬਿਲਿਟੀ ਨਹੀਂ ਹੋਵਾਂਗੇ। ਬਹੁਤ ਸਾਰੀਆਂ ਡਿਫਰੈਂਟ ਵਿਦਵਾਨਾਂ ਨੇ ਐਗਜ਼ਾਮਪਲਸ ਦਿੱਤੀਆਂ, ਜਿਹੜਾ ਜਿੰਨੀ ਜ਼ਿਆਦਾ ਤੁਸੀਂ ਠੋਸ ਸਟੈਂਡ ਲਓਗੇ ਵੀ ਨਹੀਂ ਐਂ ਹੀ ਹੋਣਾ ਚਾਹੀਦਾ, ਅਗਰ ਉਹ ਸਟੈਂਡ ਕਿਸੇ ਜ਼ਮਾਨੇ ਦੇ ਵਿੱਚ ਕਿਸੇ ਉਮਰ ਦੇ ਹਿਸਾਬ ਨਾਲ ਗਲਤ ਹੋ ਗਿਆ, ਮਾਰੇ ਜਾਊਂਗੇ। ਜੇ ਮੈਂ ਜਵਾਨੀ ਵੇਲੇ 50 ਕਿਲੋਮੀਟਰ ਭੱਜਦਾ ਸੀ, ਹੁਣ ਮੈਂ 70 ਸਾਲ ਦਾ ਹੋ ਗਿਆ, ਹੁਣ ਵੀ ਮੈਂ 50 ਕਿਲੋਮੀਟਰ ਭੱਜਾਂ ਤਾਂ ਮੈਨੂੰ ਮੇਰਾ ਖਿਆਲ 'ਚ ਨੁਕਸਾਨ ਹੀ ਹੋਊਗਾ। ਲੇਕਿਨ ਕਿਉਂਕਿ ਮੇਰੇ ਦਿਮਾਗ 'ਚ ਧਾਰਨਾ ਕੀਤੀ ਆ ਵੀ ਮੈਂ 50 ਕਿਲੋਮੀਟਰ ਭੱਜਣਾ, ਔਰ ਬਹੁਤ ਸਾਰੇ ਜਿਹੜੇ ਐਥਲੀਟ ਆ ਉਹ ਇਸੇ ਕਰਕੇ ਮਾਰੇ ਜਾਂਦੇ ਆ, ਕਿਉਂਕਿ ਜਵਾਨੀ ਜਦੋਂ ਉਹ ਬੁਢਾਪੇ 'ਚ ਆਉਂਦੇ ਆ ਉਹ ਆਪਣੀ ਜਵਾਨੀ ਚੇਤੇ ਰੱਖਦੇ ਆ ਵੀ ਜਵਾਨੀ ਵੇਲੇ ਮੈਂ ਆਹ ਭੱਜਦਾ ਸੀ, ਜਵਾਨੀ ਵੇਲੇ ਮੈਂ ਐਂ ਕਰਦਾ ਸੀ, ਉਹਨਾਂ ਨੂੰ ਇਹ ਨਹੀਂ ਚੇਤਾ ਰਹਿੰਦਾ ਵੀ ਹੁਣ ਸਰੀਰ ਉਹ ਨਹੀਂ ਰਹਿ ਗਿਆ। ਸੋ ਜਿਹੜੀ ਉਹ ਫਲੈਕਸੀਬਿਲਿਟੀ ਆ ਵੀ ਉਮਰ ਦੇ ਹਿਸਾਬ ਨਾਲ ਚੇਂਜ ਹੋਣਾ, ਟਾਈਮ ਦੇ ਅਨੁਸਾਰ ਚੇਂਜ ਹੋਣਾ, ਕਲਚਰ ਦੇ ਅਨੁਸਾਰ ਚੇਂਜ ਹੋਣਾ, ਬੱਚੇ ਦੀ ਪਰਸਨੈਲਿਟੀ ਦੇ ਅਨੁਸਾਰ ਚੇਂਜ ਹੋਣਾ, ਹਸਬੈਂਡ ਵਾਈਫ ਇੱਕ ਦੂਸਰੇ ਦੀ ਪਰਸਨੈਲਿਟੀ ਨੂੰ ਦੇਖ ਕੇ ਚੇਂਜ ਹੋਣ, ਉਹ ਆਪਣਾ ਰਹਿੰਦਾ ਨਹੀਂ। ਦੈਟ ਇਜ਼ ਨੋਟ ਦੇਅਰ ਇਨ ਆਵਰ ਕਲਚਰ, ਆਪਣੇ ਨਹੀਂ। ਆਪਾਂ ਬਹੁਤ ਰਿਜਿਡ ਹਾਂ, ਹਰ ਇੱਕ ਚੀਜ਼ 'ਚ ਆਪਣਾ ਰਿਜਿਡਨੈਸ ਆ। ਆਪਾਂ ਜਿਸ ਤਰ੍ਹਾਂ ਬਿਹੇਵ ਕਰਨਾ ਉਸੇ ਤਰ੍ਹਾਂ ਹੀ ਬਿਹੇਵ ਕਰਨਾ, ਇਹ ਸਮਝ ਕੇ ਕਿ ਮੇਰੀ ਪੋਜੀਸ਼ਨ ਰਾਈਟ ਆ, ਅਗਲੇ ਦੀ ਪੋਜੀਸ਼ਨ ਬਿਲਕੁਲ ਹੀ ਗਲਤ ਆ। ਚੌਥਾ ਹੈਗਾ ਕਿ ਆਪਾਂ ਅਟੈਂਸ਼ਨ ਕਿੰਨੀ ਦਿੰਦੇ ਹਾਂ ਕਿਸੇ ਪ੍ਰੋਬਲਮ ਨੂੰ। ਅੱਜ ਉਹ ਬਹੁਤ ਵੱਡੀ ਪ੍ਰੋਬਲਮ ਆ, ਹੁਣ ਰਾਈਟ ਨਾਓ ਇਸ ਵਕਤ ਉਹ ਬਹੁਤ ਵੱਡੀ ਪ੍ਰੋਬਲਮ ਆ। ਔਰ ਜੇ ਤੁਸੀਂ ਬੱਚਿਆਂ ਦੀ ਐਗਜ਼ਾਮਪਲ ਲਓ, ਤੁਹਾਨੂੰ ਸਾਹਮਣੇ ਆ ਜਾਊ 10 ਵਜੇ ਕਿਉਂਕਿ ਬੱਚਾ ਉੱਠਿਆ ਨਹੀਂ, ਸੈਚਰਡੇ ਦਾ ਦਿਨ ਆ,
ਬਹੁਤ ਵੱਡੀ ਪ੍ਰੋਬਲਮ ਬਣੀ ਪਈ ਆ ਮਾਂ ਵਾਸਤੇ ਕਿਉਂਕਿ ਉੱਠਿਆ ਨਹੀਂ ਉਹ ਉੱਠਣਾ ਚਾਹੀਦਾ ਉਹਨੂੰ 10 ਵਜੇ ਹੁਣ ਉਹਨੇ ਸਾਰਾ ਕੁਛ ਬੋਲ ਬੋਲ ਕੇ ਕੰਮ ਖਰਾਬ ਕਰ ਲੈਣਾ ਉਹ ਉਹਨੇ ਅਟੈਂਸ਼ਨ ਦਿੱਤੀ ਹੋਈ ਆ ਉਸ ਪ੍ਰੋਬਲਮ ਨੂੰ ਕਿਉਂਕਿ ਬੱਚੇ ਨੇ 10 ਵਜੇ ਉੱਠਿਆ ਨਹੀਂ ਬੱਚਾ ਉਹਦੇ ਨਾਲ ਲੜ ਪਿਆ ਜਾਂ ਉਹਨੂੰ ਕਹਿੰਦਾ ਗੈਟ ਆਊਟ ਆਫ ਮਾਈ ਰੂਮ ਲੀਵ ਮੀ ਅਲੋਨ ਦਿਸ ਇਜ਼ ਸੈਟਰਡੇ ਆਮ ਗੋਨਾ ਗੈਟ ਅਪ ਵੈਨ ਐਵਰ ਗੋਨਾ ਗੈਟ ਅਪ ਲੀਵ ਮੀ ਅਲੋਨ ਗੈਟ ਆਊਟ ਉਹ ਹੁਣ ਆਪਣਾ ਉਹਨੇ ਅਟੈਂਸ਼ਨ ਦਿੱਤੀ ਹੋਈ ਆ ਲੇਕਿਨ ਹੁਣ ਵੱਜ ਗਏ ਆ ਸ਼ਾਮ ਦੇ 6 ਹੁਣ ਉਹ ਪ੍ਰੋਬਲਮ ਨਹੀਂ ਰਹੀ ਕਿਉਂਕਿ ਹੁਣ ਉਹ ਉੱਠ ਖੜਿਆ ਉਹਨੇ ਵੈਕਿਊਮ ਕਰਤਾ ਹੁਣ ਮਾਂ ਖੁਸ਼ ਹੋ ਗਈ ਉਹ ਪ੍ਰੋਬਲਮ ਜਿਹੜੀ ਸੀਗੀ ਉਹ ਹੁਣ ਖਤਮ ਹੋ ਗਈ ਹੁਣ ਉਹਦੀ ਅਟੈਂਸ਼ਨ ਉੱਥੋਂ ਚਲੀ ਗਈ ਹੁਣ ਉਹਨੇ ਡਿਸਕਸ ਹੀ ਨਹੀਂ ਕਰਨਾ ਵੀ ਉਹ ਪ੍ਰੋਬਲਮ ਸੀਗੀ ਕੱਲ੍ਹ ਨੂੰ ਫੇਰ ਆਊ ਕੱਲ੍ਹ ਨੂੰ ਸੰਡੇ ਆ ਕੱਲ੍ਹ ਨੂੰ ਫੇਰ ਇਹਨੇ 12 ਵਜੇ ਉੱਠਣਾ ਜਾਂ 1 ਵਜੇ ਉੱਠਣਾ ਜਾਂ 2 ਵਜੇ ਉੱਠਣਾ ਉਹਨੇ ਡਿਸਕਸ ਨਹੀਂ ਕਰਨਾ ਕਿਉਂਕਿ ਉਹ ਟੈਂਸ਼ਨ ਖਤਮ ਹੋ ਗਈ ਜਿੱਦਣ ਹੁਣ ਫਿਰ ਅਟੈਂਸ਼ਨ ਹੋਣੀ ਆ ਉੱਦਣ ਹੀ ਅਟੈਂਸ਼ਨ ਹੋਣੀ ਆ ਅਟੈਂਸ਼ਨ ਸ਼ਾਰਟ ਪੀਰੀਅਡ 'ਤੇ ਆਪਣੀ ਕੰਸਿਸਟੈਂਟ ਅਟੈਂਸ਼ਨ ਪ੍ਰੋਬਲਮ 'ਤੇ ਨਹੀਂ ਗਈ ਸ਼ਾਰਟ ਬਰਸਟ ਸਾ ਹੁਣ ਪ੍ਰੋਬਲਮ ਆ ਗਈ ਉਹਨੂੰ ਫਿਕਸ ਕਰ ਲਓ ਇਹਦੀ ਐਗਜ਼ਾਮਪਲ ਹੋਰ ਤਰ੍ਹਾਂ ਵੀ ਦਿੱਤੀ ਜਾ ਸਕਦੀ ਆ ਜਿਹੜੇ ਥੋੜ੍ਹੇ ਜਿਹੇ ਟੈਕਨੀਕਲ ਆ ਮੈਂ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਆਇਆ ਸੀ ਉਦੋਂ ਮੇਰੇ ਕੋਲ ਕਾਰ ਹੁੰਦੀ ਸੀ ਜਿਹੜੀ ਤਕਰੀਬਨ ਹਫ਼ਤੇ 'ਚ ਇੱਕ ਵਾਰੀ ਮਕੈਨਿਕ 'ਤੇ ਜ਼ਰੂਰ ਲਿਜਾਣੀ ਪੈਂਦੀ ਸੀ ਕਿਉਂਕਿ ਪੁਰਾਣੀ ਸੀਗੀ ਅਤੇ ਮੈਂ ਉੱਥੇ ਬੜਾ ਉੱਥੇ ਬੈਠ ਕੇ ਗੌਰ ਨਾਲ ਦੇਖਣਾ ਵੀ ਉੱਥੇ ਲੋਕਾਂ ਨੇ ਆਉਣਾ ਔਰ ਉਹ ਮਕੈਨਿਕ ਨੇ ਕਹਿਣਾ ਵੀ ਭਾਅ ਜੀ ਵੀ ਤੁਸੀਂ ਬ੍ਰੇਕਾਂ ਠੀਕ ਕਰਾਉਣ ਆਏ ਹੋ ਲੇਕਿਨ ਇਹਦਾ ਮਫਲਰ ਜਾਣ ਵਾਲਾ ਇਹਨੇ ਡਿੱਗ ਪੈਣਾ ਕਿਸੇ ਦਿਨ ਅਤੇ ਉਹ ਫਿਰ ਜਦੋਂ ਉਹਨੇ ਮਕੈਨਿਕ ਨੇ ਉਹਨੇ ਕਹਿਣਾ ਨਹੀਂ ਜੀ ਤੁਸੀਂ ਮਫਲਰ ਨੂੰ ਨਹੀਂ ਟੱਚ ਕਰਨਾ ਤੁਸੀਂ ਸਰ ਬ੍ਰੇਕਾਂ ਪਾ ਦਿਓ ਅਤੇ ਉਹਨਾਂ ਨੇ ਮੇਰੇ ਕੋਲ ਬਹਿ ਜਾਣਾ ਅਤੇ ਉਹਨਾਂ ਨੇ ਆਪਸ ਵਿੱਚ ਗੱਲ ਕਰਨੀ ਯਾਰ ਇਹ ਮਕੈਨਿਕ ਦੇ ਕਾਰ ਲੈ ਆਓ ਲੁੱਟ ਕੇ ਖਾ ਜਾਂਦੇ ਆ ਇਹਨਾਂ ਨੇ ਕੁਛ ਨਾ ਕੁਛ ਨੁਕਸ ਕੱਢੀ ਤੁਰੇ ਜਾਣਾ ਮੈਂ ਬੜਾ ਹੈਰਾਨ ਹੋਣਾ ਮੈਂ ਕਹਿੰਦਾ ਵੀ ਇਹ ਮਤਲਬ ਕਿ ਉਹ ਜੇ ਉਹਨੇ ਦੇਖਿਆ ਤਾਂ ਉਹਨੇ ਐਟਲੀਸਟ ਕੋਈ ਤਾਂ ਅਸੈਸਮੈਂਟ ਕੀਤੀ ਹੋਣੀ ਆ ਨਾ ਸਿਚੁਏਸ਼ਨ ਦੀ ਕੁਛ ਤਾਂ ਉਹਨੇ ਦੇਖਿਆ ਹੋਣਾ ਤਾਂ ਹੀ ਉਹ ਕਹੀ ਜਾਂਦਾ ਵੀ ਮਫਲਰ ਖਰਾਬ ਆ ਐਵੇਂ ਕਿਵੇਂ ਕਹੀ ਜਾਂਦਾ ਉਹ ਮਫਲਰ ਖਰਾਬ ਆ ਫਿਰ ਇਸ ਤਰ੍ਹਾਂ ਜਦੋਂ ਮੈਂ ਓਵਰ ਏ ਲੌਂਗ ਪੀਰੀਅਡ ਆਫ ਟਾਈਮ ਮੈਂ ਉੱਥੇ ਵਿਚਰਿਆ ਫਿਰ ਮੈਨੂੰ ਪਤਾ ਲੱਗਿਆ ਵੀ ਉਹ ਅੱਛਾ ਉਹਨਾਂ ਦਾ ਜਿਹੜਾ ਅਟੈਂਸ਼ਨ ਸਪੈਨ ਆ ਉਹ ਫਿਕਸਡ ਆ ਉਹਨਾਂ ਨੇ ਬ੍ਰੇਕਾਂ ਠੀਕ ਕਰਾਉਣੀਆਂ ਉਹਨਾਂ ਨੇ ਬ੍ਰੇਕਾਂ ਠੀਕ ਕਰਾਉਣੀਆਂ ਜੇ ਉਹ ਕਹੀ ਵੀ ਜਾਂਦਾ ਨਾ ਵੀ ਤੇਰਾ ਆਹ ਪੈਟਰੋਲ ਦੇ ਟੈਂਕ ਦੇ ਵਿੱਚ ਗਲੀ ਆ ਪੈਟਰੋਲ ਲੀਕ ਕਰਦਾ ਉਹਨਾਂ ਨੇ ਉਹ ਨਹੀਂ ਕਰਾਉਣਾ ਉਹਨੇ ਕਹਿਣਾ ਐਵੇਂ ਮਾਰਦਾ ਕੁਛ ਨਹੀਂ ਹੋਇਆ ਪੈਟਰੋਲ ਨੂੰ ਚੱਲੀ ਤਾਂ ਜਾਂਦੀ ਆ ਐਂ ਕਰਦੇ ਹਾਂ ਸਟਾਰਟ ਹੋ ਜਾਂਦੀ ਆ ਸੋ ਗੱਲ ਖਤਮ ਸੋ ਉਹ ਜਿਹੜਾ ਅਟੈਂਸ਼ਨ ਆ ਉਹ ਐਜ਼ ਏ ਹੋਲ ਪ੍ਰੋਬਲਮ 'ਤੇ ਨਹੀਂ ਆਉਂਦੀ ਉਹ ਸਿਚੁਏਸ਼ਨ ਸਪੈਸੀਫਿਕ ਆ ਜੇ ਉੱਠਣ ਦੀ ਪ੍ਰੋਬਲਮ ਆ ਤਾਂ ਉੱਠਣ ਤੱਕ ਆ ਜਦੋਂ ਉੱਠ ਖੜਿਆ ਪ੍ਰੋਬਲਮ ਖਤਮ ਇਹ ਨਹੀਂ ਦੇਖਣਾ ਵੀ ਕੱਲ੍ਹ ਨੂੰ ਫੇਰ ਆ ਜਾਊ ਆਪਣਾ ਕਲਚਰ ਇਹਦੇ 'ਚ ਬਹੁਤ ਫਸਦਾ ਆਪਣਾ ਸ਼ਾਰਟ ਅਟੈਂਸ਼ਨ ਸਪੈਨ ਆ ਆਪਣਾ ਸ਼ਾਰਟ ਅਟੈਂਸ਼ਨ ਸਪੈਨ ਆ ਆਪਾਂ ਲੌਂਗ ਟਰਮ ਕਿਸੇ ਨੂੰ ਸੋਲਵ ਨਹੀਂ ਕਰਦੇ ਆਪਾਂ ਜਦੋਂ ਆਉਂਦੀ ਆ ਉਦੋਂ ਅਸੀਂ ਬੜੇ ਭਾਵੁਕ ਹੋਣਾ ਉਦੋਂ ਲੈਕਚਰ ਵੀ ਹੋਣਗੇ ਉਦੋਂ ਬਸ ਐਂ ਹੋਊਗਾ ਜਿਵੇਂ ਕੁਛ ਪੁੱਛੋ ਨਾ ਜੀ ਤੁਸੀਂ ਇਹਦੀ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਹਸਬੈਂਡ ਵਾਈਫ ਕਾਉਂਸਲਿੰਗ ਲਈ ਆਉਂਦੇ ਆ ਹਸਬੈਂਡ ਵਾਈਫ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਰਿਲੇਸ਼ਨਸ਼ਿਪ ਬਿਲਡ ਕਰਨ ਦੇ ਲਈ 1 ਘੰਟਾ ਹਰ ਹਫ਼ਤੇ ਕੱਢਣਾ ਔਰ 1 ਸੈੱਟ ਟਾਈਮ 'ਤੇ ਕੱਢਣਾ ਜਾਂ ਤਾਂ ਤੁਸੀਂ ਫਰਾਈਡੇ ਚੁਣ ਲਓ ਜਾਂ ਤੁਸੀਂ ਮੰਡੇ ਚੁਣ ਲਓ ਕੋਈ ਵੀ 1 ਈਵਨਿੰਗ ਚੁਣ ਲਓ 7 ਦਿਨਾਂ 'ਚ ਉਹ ਜਿਹੜਾ ਉਹ ਹਰ ਹਫ਼ਤੇ ਉਸੇ ਟਾਈਮ 'ਤੇ ਤੁਸੀਂ ਬਾਹਰ ਜਾਣਾ 1 ਘੰਟੇ ਲਈ ਉਹ ਕਹਿੰਦੇ ਜੀ ਹਾਂਜੀ ਠੀਕ ਆ ਪਹਿਲਾ ਹਫ਼ਤਾ ਚਲੇ ਜਾਣਗੇ ਦੂਜਾ ਹਫ਼ਤਾ ਚਲੇ ਜਾਣਗੇ ਤੀਜੇ ਹਫ਼ਤੇ ਜਦੋਂ ਕਾਉਂਸਲਿੰਗ ਸੈਸ਼ਨ 'ਤੇ ਵਾਪਸ ਆਉਂਦੇ ਉਹਨਾਂ ਨੂੰ ਕਹਿੰਦੇ ਹਾਂਜੀ ਕਿਵੇਂ ਚੱਲ ਰਿਹਾ ਤੁਹਾਡਾ ਟਾਈਮ ਉਹ ਕਹਿੰਦੇ ਯਾਰ ਉਹ ਪਿਛਲੇ ਹਫ਼ਤੇ ਤਾਂ ਅਸੀਂ ਗਏ ਨਹੀਂ ਮੈਂ ਕਿਹਾ ਕਿਉਂ ਨਹੀਂ ਗਏ ਉਹ ਯਾਰ ਚੇਤਾ ਹੀ ਨਹੀਂ ਰਿਹਾ ਉਹ ਬਸ ਬਿਜ਼ੀ ਜਿਹੇ ਹੋ ਗਏ ਸੀ ਇਹਦਾ ਮਤਲਬ ਜਿਹੜਾ ਉਹ ਜਿਹੜੀ ਉਹ ਟੈਂਸ਼ਨ ਆ ਵੀ ਅਸੀਂ ਆਪਣੀ ਮੈਰਿਜ ਫਿਕਸ ਕਰਨੀ ਆ ਉਹ ਉਦੋਂ ਹੀ ਸੀਗੀ ਜਦੋਂ ਐਨ ਕਿਹਾ ਮਰਨ 'ਤੇ ਇੱਕ ਗੱਲ ਪਹੁੰਚੀ ਹੋਈ ਸੀ ਉਦੋਂ ਠੀਕ ਸੀ ਉਹ ਲੇਕਿਨ ਜਦੋਂ ਹੀ ਥੋੜ੍ਹਾ ਜਿਹਾ ਫਿਕਸ ਹੁੰਦਾ ਜਦ ਹੀ ਸਾਰਾ ਕੁਛ ਬੰਦ ਕਰ ਦਿਉ ਕੋਈ ਸਾਨੂੰ ਲੋੜ ਨਹੀਂ ਗੀ ਬੋਲਣ ਦੀ ਚੰਗਾ ਕੋਈ ਸਾਨੂੰ ਟਾਈਮ ਆਊਟ ਦੀ ਨਹੀਂ ਲੋੜ ਕੋਈ ਪੇਪਰ ਲੈਣ ਦੀ ਨਹੀਂ ਲੋੜ ਕੋਈ ਬੈਠਣ ਦੀ ਨਹੀਂ ਲੋੜ ਕੁਛ ਨਹੀਂ ਕਰਨ ਦੀ ਲੋੜ ਕਿਉਂਕਿ ਹੁਣ ਠੀਕ ਆ ਆਹ ਬਹੁਤ ਨੁਕਸਾਨ ਪਹੁੰਚਾਉਂਦਾ ਆਪਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਕਿਉਂਕਿ ਆਪਣਾ ਕੋਈ ਵੀ ਕਲਚਰ ਦੇ ਵਿੱਚ ਇਹਦੇ ਲੈਕ ਆਫ ਅਟੈਂਸ਼ਨ ਦੇ ਖਾਤਰ ਆਪਾਂ ਪਲਾਨਿੰਗ ਨਹੀਂ ਕਰਦੇ ਆਪਾਂ ਭਾਵੁਕ ਹਾਂ ਜੇ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆਪਾਂ ਰਾਈਟ ਅਵੇ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਫਿਰ ਬਸ ਬਹਿ ਗਿਆ ਡਨ ਦੇਰ ਇਜ਼ ਨਥਿੰਗ ਐਲਸ ਟੂ ਬੀ ਡਨ ਫਿਰ ਕੋਈ ਆਪਾਂ ਕੰਸਿਸਟੈਂਸੀ ਨਹੀਂ ਕਰਨੀ ਰਾਈਟ ਔਰ ਜਿਹੜਾ ਫਾਈਨਲ ਪੁਆਇੰਟ ਹੈਗਾ
ਆਪਾਂ ਐਕਸਟ੍ਰੀਮ ਤੇ ਆ ਜਾਂ ਤਾਂ ਆਪਾਂ ਬਹੁਤ ਲੋ ਸਪੀਡ ਤੇ ਤੁਰਦੇ ਆ ਜਾਂ ਅਸੀਂ ਬਹੁਤ ਜ਼ਿਆਦਾ ਸਪੀਡ ਤੇ ਤੁਰਦੇ ਆ ਸਾਡੀ ਕੋਈ ਕੰਸਿਸਟੈਂਸੀ ਨਹੀਂ ਗੀ ਇਸ ਤਰ੍ਹਾਂ ਨਹੀਂ ਆਪਾਂ ਫੰਕਸ਼ਨ ਕਰਦੇ ਕੋਈ ਵੀ ਤੁਸੀਂ ਏਰੀਆ ਲੈ ਲਓ ਜ਼ਿੰਦਗੀ ਦਾ ਜੇ ਵਿਆਹ ਕਰਨਾ ਜਾਂ ਤਾਂ ਅਸੀਂ ਬਹੁਤ ਲੇਟ ਕੁੜੀ ਲੱਭਦੇ ਹਾਂ ਜਾਂ ਮੁੰਡਾ ਲੱਭਦੇ ਹਾਂ ਫਿਰ ਗੱਲਬਾਤ ਹੋਊਗੀ ਜਾਂ ਤਾਂ ਫਿਰ ਉਹ ਸਾਲ ਦੋ ਸਾਲ ਕੱਢ ਦਿੰਦੇ ਆ ਜਾਂ ਅੱਜ ਕੁੜੀ ਦੇਖੀ ਕੱਲ੍ਹ ਨੂੰ ਵਿਆਹ ਕਰ ਦੇਣਾ ਈਜ਼ਰ ਐਕਸਟ੍ਰੀਮਸ ਆ ਆਪਣੇ ਆਪਣੇ ਨੋਰਮਲ ਨੋਰਮਲਾਈਜੇਸ਼ਨ ਜਿਹੜਾ ਪੀਰੀਅਡ ਆ ਉਹ ਨਹੀਂ ਗਾ ਆਪਣਾ ਇਹ ਨਹੀਂ ਗਾ ਕੋਈ ਬੰਦਾ ਇੰਡੀਆ ਤੋਂ ਆਉਂਦਾ ਚਾਹੇ ਕੁੜੀ ਆਉਂਦੀ ਹੈ ਚਾਹੇ ਮੁੰਡਾ ਆਉਂਦਾ ਕਨੇਡਾ 'ਚ ਆਉਂਦਾ ਉਹਨੂੰ ਐਟਲੀਸਟ 6 ਮਹੀਨੇ ਚਾਹੀਦੇ ਆ ਇਸ ਕਲਚਰ ਨੂੰ ਸਮਝਣ ਦੇ ਲਈ ਹਫ਼ਤੇ ਬਾਅਦ ਕਹਿਣਗੇ ਯਾਰ ਤੂੰ ਕੰਮ 'ਤੇ ਨਹੀਂ ਜਾਂਦਾ ਚਾਹ ਉਹਨੂੰ ਅਕਲਚਰੇਸ਼ਨ ਦਾ ਉਹਨੂੰ ਕੋਈ ਟਾਈਮ ਹੀ ਨਹੀਂ ਗਾ ਦੇਰ ਇਜ਼ ਨੋ ਟਾਈਮ ਫਾਰ ਅਕਲਚਰੇਸ਼ਨ ਸੋ ਜਾਂ ਕਰਨਾ ਹੀ ਨਹੀਂ ਜਾਂ ਕਰਨਾ ਤਾਂ ਰਾਈਟ ਵੇ ਕਰਨਾ ਆਹ ਜਿਹੜੀ ਆਹ ਇਨਕਨਸਿਸਟੈਂਸੀ ਆ ਇਹ ਇਸ ਕਰਕੇ ਆ ਕਿਉਂਕਿ ਆਪਣੇ ਕਲਚਰ ਦੇ ਵਿੱਚ ਪਲਾਨਿੰਗ ਨਹੀਂ ਗੀ ਅਸੀਂ ਕੋਈ ਚੀਜ਼ ਪਲਾਨ ਨਹੀਂ ਕਰਦੇ ਸਾਡੀ ਪਲਾਨਿੰਗ ਨਹੀਂ ਤੁਸੀਂ ਵਿਆਹ ਦੀਆਂ ਪਾਰਟੀਆਂ ਦੇਖ ਲਓ ਔਰ ਹਾਲਾਂਕਿ ਆਪਾਂ ਸਾਰਿਆਂ ਨੂੰ ਕਲਚਰਲੀ ਪਤਾ ਬਈ ਆਪਣਾ ਹਰ ਇੱਕ ਚੀਜ਼ ਡਿਲੇ ਹੁੰਦਾ ਆਪਾਂ ਨੂੰ ਪਤਾ ਇਸ ਚੀਜ਼ ਦਾ ਵੀ ਹਰ ਇੱਕ ਚੀਜ਼ ਡਿਲੇ ਹੁੰਦਾ ਐਂਡ ਯੈਟ ਵੀ ਕੰਸਿਸਟੈਂਟਲੀ ਵੀ ਡੂ ਨੋਟ ਕੰਸਿਡਰ ਪਲਾਨਿੰਗ ਐਜ਼ ਪਾਰਟ ਆਫ ਕੁਛ ਵੀ ਕੋਈ ਇਵੈਂਟ ਲੈ ਲਓ ਕਿਸੇ ਦੀ ਵੀ ਮੈਂ ਅਕਸਰ ਦੇਖਿਆ ਉਹ ਲਾਸਟ ਮਿੰਟ 'ਤੇ ਕਦੇ ਕਿਸੇ ਦੀ ਉਹ ਐਕਸਟੈਂਸ਼ਨ ਵਾਇਰ ਨਹੀਂ ਨਿਕਲਦੀ ਕਦੇ ਕੋਈ ਕੁਛ ਭੁੱਲ ਆਉਂਦਾ ਕਦੇ ਕੋਈ ਕੁਛ ਭੁੱਲ ਆਉਂਦਾ ਫਿਰ ਉਹਨੂੰ ਲਾਸਟ ਮਿੰਟ 'ਤੇ ਭੇਜਦੇ ਅੱਛਾ ਜੀ ਯਾਰ ਤੇਰੇ ਕੋਲ ਕਾਰ ਆ ਉਹ ਜਾਈ ਯਾਰ ਉਹ ਐਕਸਟੈਂਸ਼ਨ ਘਰੇ ਰਹਿ ਗਈ ਜਾਂ ਭੱਜ ਕੇ ਲਿਆ ਕਿਸੇ ਨੇ ਲਿਸਟ ਨਹੀਂ ਬਣਾਈ ਹੁੰਦੀ ਵੀ ਅਸੀਂ ਕੀ ਚੀਜ਼ਾਂ ਸਾਨੂੰ ਚਾਹੀਦੀਆਂ ਦੈਟ ਇਜ਼ ਦਾ ਬਿਗ ਪ੍ਰੋਬਲਮ ਸੋ ਆਹ ਜਿਹੜੀਆਂ 5 ਚੀਜ਼ਾਂ ਆਹ ਇਹ ਆਪਣੀਆਂ ਕਲਚਰਲ ਆਪਾਂ ਨੂੰ ਇਨਹਿਬਿਟ ਕਰਦੀਆਂ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਸੋ ਜੇ ਤੁਸੀਂ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਤਾਂ ਦੈਨ ਯੂ ਹੈਵ ਟੂ ਸੋਰਟ ਆਫ ਨੋ ਤੁਸੀਂ ਬੈਠ ਕੇ ਇਹਨੂੰ ਚੰਗੀ ਤਰ੍ਹਾਂ ਦੇਖੋ ਵੀ ਮੇਰੀ ਜਿਹੜੀ ਮੈਮਰੀ ਆ ਉਹ ਮੈਨੂੰ ਕਿਵੇਂ ਰੋਕ ਰਹੀ ਆ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਕੀ ਮੈਂ ਇਹੀ ਡਾਇਲੋਗ ਸੁੱਟੀ ਜਾਂਦਾ ਉਹ ਯਾਰ ਕੀ ਫਾਇਦਾ ਜਿਹੜਾ ਹੋਣਾ ਸੀ ਉਹ ਤਾਂ ਹੋ ਹੀ ਜਾਣਾ ਔਰ ਦੈਨ ਨਥਿੰਗ ਇਜ਼ ਗੋਨਾ ਚੇਂਜ ਨਾਓ ਕਿਉਂਕਿ ਮੈਮਰੀ ਨੇ ਬਾਰ ਬਾਰ ਉਹੀ ਰਿਪੀਟ ਕਰੀ ਜਾਣਾ ਉਹੀ ਰਿਪੀਟ ਕਰੀ ਜਾਣਾ ਮੈਮਰੀ ਨੇ ਸੋ ਜੇ ਤੁਹਾਡੀ ਜੇ ਪ੍ਰੋਬਲਮ ਨੂੰ ਤੁਸੀਂ ਡਿਫਾਈਨ ਹੀ ਕਰਨਾ ਫਿਰ ਸੋਲਿਊਸ਼ਨ ਨਹੀਂ ਨਿਕਲਣਾ ਸਿਚੁਏਸ਼ਨ ਨੇ ਕੰਟਰੋਲ 'ਚ ਨਹੀਂ ਹੋਣਾ ਕਿਉਂਕਿ ਤੁਸੀਂ ਡਿਫਾਈਨ ਹੀ ਕਰੀ ਜਾਣਾ ਤੁਸੀਂ ਆਪਣੇ ਘਰ 'ਚ ਦੇਖੋ ਤੁਹਾਡੀ ਵਾਈਫ ਬੱਚਿਆਂ ਨਾਲ ਕਿਵੇਂ ਕਰਦੀ ਆ ਕਿੰਨਾ ਕੁ ਡਿਫਾਈਨ ਕਰਦੀ ਆ ਔਰ ਕਿੰਨਾ ਕੁ ਪ੍ਰੋਬਲਮ ਸੋਲਵ ਕਰਦੀ ਆ ਦੇਖੋ ਜ਼ਰਾ ਮਾੜਾ ਜਿਹਾ ਅੱਖਾਂ ਬੰਦ ਕਰਕੇ We are masters in defining. We are not masters in solving. ਅਸੀਂ ਪਿਛਲੇ ਮੇਰੇ ਖਿਆਲ 10,000 ਸਾਲ ਤੋਂ ਪ੍ਰੋਬਲਮਾਂ ਨਹੀਂ ਸੋਲਵ ਕੀਤੀਆਂ ਅਸੀਂ ਡਿਫਾਈਨ ਹੀ ਕੀਤੀਆਂ ਸਾਡੇ ਅਸੀਂ ਇੰਨੀ ਟੋਲਰੈਂਟ ਕਰ ਲਈ ਕਿ ਸਾਰਾ ਕੁਛ ਹੀ ਹੋਈ ਜਾਂਦਾ ਇੰਡੀਆ 'ਚ ਉਸ ਸਬ ਕੰਟੀਨੈਂਟ ਦੇ ਵਿੱਚ ਐਵਰੀਥਿੰਗ ਇਜ਼ ਓਕੇ ਇਸੇ ਤਰ੍ਹਾਂ ਹੀ ਆਪਾਂ ਰਿਜਿਡ ਹਾਂ ਫਲੈਕਸੀਬਲ ਨਹੀਂ ਗੇ ਨਾਟ ਫਲੈਕਸੀਬਲ ਇਸੇ ਤਰ੍ਹਾਂ ਹੀ ਅਸੀਂ ਅਟੈਂਸ਼ਨ ਨਹੀਂ ਦਿੰਦੇ ਜੇ ਅਟੈਂਸ਼ਨ ਦਿੰਦੇ ਹਾਂ ਬੜੀ ਸ਼ਾਰਟ ਪੀਰੀਅਡ ਲਈ ਆ ਲੌਂਗ ਪੀਰੀਅਡ ਤੱਕ ਅਸੀਂ ਅਟੈਂਸ਼ਨ ਨਹੀਂ ਗ੍ਰੈਬ ਕਰਦੇ ਜਦੋਂ ਪ੍ਰੋਬਲਮ ਆਉਂਦੀ ਆ ਉਦੋਂ ਅਸੀਂ ਭਾਵਕ ਹੋ ਜਾਣਾ ਉਦੋਂ ਮਾਰ ਕੇ ਤੁਸੀਂ ਦੇਖਿਆ ਕਈਆਂ ਨੂੰ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਆ ਫੋਨ ਕਰ ਦਿੰਦੇ ਆ ਪੂਰਾ ਵਾਈਫ ਨੇ ਆਪਣੇ ਬੰਦੇ ਸੱਦ ਲੈਣੇ ਆ ਹਸਬੈਂਡ ਨੇ ਆਪਣੀ ਫੈਮਿਲੀ ਸੱਦ ਲੈਣੀ ਆ ਮਾਰ ਉੱਥੇ ਕੋਈ ਜਣਾ ਚਾਹ ਬਣਾ ਰਿਹਾ ਜਿਵੇਂ ਉੱਥੇ ਵਿਆਹ ਹੋ ਰਿਹਾ ਹੁੰਦਾ ਨਾ ਹੁੰਦੀ ਹਸਬੈਂਡ ਵਾਈਫ ਦੀ ਲੜਾਈ ਸੋਲਵ ਕਰਨੀ ਆ ਉਹਨਾਂ ਨੇ ਤਾਂ ਕਿ ਉਹ ਸੈਪਰੇਟ ਨਾ ਹੋਣ ਮਾਰ ਚਾਹ ਬਣ ਰਹੀ ਆ ਬੰਦੇ ਆ ਰਹੇ ਆ ਕੀ ਹੋਇਆ ਉਹ ਯਾਰ ਇਹਨੇ ਕੁਛ ਕਹਿਤਾ ਅੱਛਾ ਬੜਾ ਮਾੜਾ ਹੋਇਆ ਉਹ ਤੂੰ ਵੀ ਨਾ ਕੁਛ ਕਰਿਆ ਕਰ ਉਹ ਕੁੜੀਏ ਤੂੰ ਵੀ ਨਾ ਤੂੰ ਉੱਚੀ ਬੋਲਿਆ ਕਰ ਮਾਰ ਉੱਥੇ ਜਲਸਾ ਲੱਗਿਆ ਹੋਇਆ ਘਰ ਦੇ ਵਿੱਚ ਉੱਥੇ ਤੋਂ ਬਾਅਦ ਘੰਟਾ 2 ਘੰਟੇ 3 ਘੰਟੇ 6 ਘੰਟੇ ਲੱਗੇ ਸਾਰਿਆਂ ਨੇ ਚਾਹ ਚੂ ਪੀਤੀ ਇੱਕ ਦੂਸਰੇ ਨੂੰ ਸਮਝਾਇਆ ਓਕੇ ਹੁਣ ਤੁਸੀਂ ਲੜਿਓ ਨਾ ਸਾਰੇ ਜਣੇ ਚਲੇ ਗਏ ਅਟੈਂਸ਼ਨ ਖਤਮ 6 ਕੁ ਮਹੀਨਿਆਂ ਬਾਅਦ ਫਿਰ ਫੋਨ ਆ ਜਾਣਾ ਹਾਂਜੀ ਕੀ ਆ ਆ ਜਾਓ ਆ ਦੇਖ ਲਓ ਆਹ ਆਹ ਕਰੀ ਜਾਂਦਾ ਚਲੋ ਜੀ ਸਾਰਾ ਕਬੀਲਾ ਫਿਰ ਉਹਨਾਂ ਦੇ ਘਰ 'ਚ ਵਟ ਇਜ਼ ਦਿਸ ਇਹਦਾ ਮਤਲਬ ਆ
ਕਿ ਸਾਡੀ ਕੰਸਿਸਟੈਂਸੀ ਤਾਂ ਕੋਈ ਨਾ ਹੋਈ। ਅਸੀਂ ਹੁਣ ਜੇ ਲੜੇ ਹਾਂ ਔਰ ਜੇ 10-12 ਬੰਦੇ ਆ ਕੇ ਸਾਨੂੰ ਸਮਝਾ ਕੇ ਗਏ ਆ, ਹੁਣ ਅਸੀਂ ਕੋਈ ਤਾਂ ਲੌਂਗ ਟਰਮ ਪਲਾਨਿੰਗ ਕਰੀਏ ਵੀ ਯਾਰ ਮੁੜੇ ਕੀ ਮਤਲਬ ਕਿ ਮਜ਼ਾਕ ਹੈਗਾ ਕਿ ਹਰ 3-4 ਮਹੀਨੇ ਬਾਅਦ ਚੱਕ ਕੇ ਅਸੀਂ ਸਾਰਿਆਂ ਨੂੰ ਬੁਲਾ ਲੈਂਦੇ ਹਾਂ। ਉਹ ਬੈਠੇ ਰਹਿੰਦੇ ਆ, ਉਹ ਬੈਠ ਕੇ ਉਹ ਕੀ ਕਰਨਗੇ ਵਿਚਾਰੇ, ਉਹ ਕੀ ਕਹਿਣਗੇ, ਦੋ ਐਡਲਟਸ ਨੂੰ ਇੱਕ ਬਾਕੀ ਦੇ ਕੀ ਸਮਝਾਉਣਗੇ। ਇਹੀ ਕਹਿਣਗੇ ਨਾ ਵੀ ਨਾ ਲੜੋ, ਕਿਉਂ ਲੜਦੇ ਹੋ, ਤੁਹਾਡੇ ਬੱਚੇ ਆ, ਤੁਹਾਡਾ ਘਰ ਵਿਕ ਜੂ, ਇਹੀ ਸਮਝਾ ਕੇ ਜਾਣਗੇ, ਹੋਰ ਕੀ ਕਰਨਗੇ ਉਹ। ਇਹ ਤਾਂ ਤੁਹਾਨੂੰ ਵੀ ਪਤਾ ਵੀ ਨਹੀਂ ਲੜਨਾ ਚਾਹੀਦਾ, ਇਹ ਤਾਂ ਤੁਹਾਨੂੰ ਵੀ ਪਤਾ ਵੀ ਲੜਨਾ ਨਹੀਂ ਚਾਹੀਦਾ। ਕਿਹੜੇ ਬੰਦੇ ਨੂੰ ਨਹੀਂ ਪਤਾ ਨਾ ਵੀ ਲੜਨ ਦੇ ਨੁਕਸਾਨ, ਐਵਰੀਬਾਡੀ ਨੋਜ਼, ਈਵਨ ਚਾਈਲਡ ਨੋਜ਼ ਵੀ ਨਹੀਂ ਲੜਨਾ ਚਾਹੀਦਾ। ਸੋ ਫਿਰ ਉਹ ਕੀ ਚੀਜ਼ ਨਵੀਂ ਕਰਦੇ ਆ, ਕੋਈ ਵੀ ਨਹੀਂ, ਲੇਕਿਨ ਉਹ ਅਟੈਨਸ਼ਨ ਆ ਔਰ ਬਹੁਤ ਸ਼ੋਰਟ ਟਰਮ 'ਤੇ ਆ, ਔਰ ਫਿਰ ਉਹ ਚਲੇ ਜਾਂਦੇ ਆ, ਫਿਰ ਤੁਸੀਂ ਇਕੱਠੇ ਹੋ ਜਾਂਦੇ ਹੋ, ਫਿਰ ਉਹ ਬਾਹਲੀ ਦੇਰ ਨਹੀਂ ਚੱਲਦਾ, ਕਿਉਂਕਿ ਪ੍ਰੋਬਲਮ ਤਾਂ ਸੋਲਵ ਵੀ ਨਹੀਂ ਨਾ ਕੀਤੀ, ਡਿਫਾਈਨ ਕੀਤੀ ਸੀ ਨਾ, ਉਹ ਵੀ ਵਿਚਾਰੇ ਆ ਕੇ ਡਿਫਾਈਨ ਕਰਦੇ ਆ ਵੀ ਤੁਸੀਂ ਲੜਿਆ ਨਾ ਕਰੋ, ਬੱਚਿਆਂ 'ਤੇ ਬਹੁਤ ਬੁਰਾ ਅਸਰ ਪੈਂਦਾ, ਜੇ ਤੁਸੀਂ ਡਿਵੋਰਸ ਕਰ ਲਉਂਗੇ ਆਹ ਉਮਰ ਕੋਈ ਡਿਵੋਰਸ ਕਰਨ ਦੀ ਆ, ਇੱਥੇ ਤਾਂ ਹੁਣ ਤੁਸੀਂ ਹਾਰਡਵਰਕ ਕੀਤਾ, ਤੁਸੀਂ ਹੁਣ ਘਰ ਬਣਾਇਆ, ਹੁਣ ਤਾਂ ਤੁਹਾਡੇ ਵਧੀਆ ਜ਼ਿੰਦਗੀ ਦੇ ਦਿਨ ਨਿਕਲਣੇ ਸੀਗੇ, ਹੁਣ ਤੁਸੀਂ ਆ ਕੇ ਲੜੀ ਜਾਂਦੇ ਹੋ, ਯਾਰ ਤੁਸੀਂ ਕੀ ਕਰਦੇ ਹੁੰਦੇ ਹੋ, ਲੋਕ ਤਰਸਦੇ ਆ ਕੈਨੇਡਾ ਨੂੰ, ਤੁਸੀਂ ਕਾਹਦੇ ਇੱਥੇ ਐਂ ਕਰਦੇ ਹੋ, ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਨੇ ਚਲੇ ਜਾਣਾ ਘਰ ਬਸ, ਐਂਡ ਯੂ ਆਰ ਸਟੱਕ, ਐਂਡ ਤੁਹਾਨੂੰ ਇਹ ਨਹੀਂ ਸਮਝ ਆਉਂਦਾ ਵੀ ਅਸੀਂ ਲੜਦੇ ਕਿਉਂ ਹਾਂ। ਓਕੇ, ਐਂਡ ਦੈਟਸ ਵੇਅਰ ਦੀ ਅਟੈਨਸ਼ਨ ਕਮਸ, ਐਂਡ ਦੈਨ ਫਾਈਨਲੀ ਕਿਹੜੀ ਸਪੀਡ 'ਤੇ ਤੁਸੀਂ ਕਰਦੇ ਹੋ, ਜਦੋਂ ਤੁਸੀਂ ਭਾਵਕ ਹੋ ਉਦੋਂ ਤੁਸੀਂ ਫੋਨ ਕਰ ਦੇਣਾ ਵੀ ਆ ਜਾਓ ਸਾਰੇ, ਜਾਂ ਫਿਰ ਉਸ ਤੋਂ ਬਾਅਦ ਫਿਰ ਖਤਮ, ਫਿਰ ਕੁਛ ਨਹੀਂ, ਫਿਰ ਉਦੋਂ ਹੀ ਫਿਰ ਅਸੀਂ ਫੋਨ ਕਰਨਾ ਜਦੋਂ ਫਿਰ ਲੜਾਈ ਹੋਊਗੀ। ਐਂਡ ਦੈਟ ਇਜ਼ ਅ ਕੰਸਿਸਟੈਂਟ ਪੈਟਰਨ, ਇਹ ਪੰਜਾਬੀ ਕਲਚਰ ਦਾ ਹੈ ਪੈਟਰਨ, ਆਪਾਂ ਨੂੰ ਇਹਦੇ ਕਰਕੇ ਪ੍ਰੋਬਲਮਸ ਆਉਂਦੀਆਂ। ਇਹ ਤੁਸੀਂ ਹੁਣ ਦੇਖ ਲੈਣਾ ਕਿ ਤੁਸੀਂ ਇਹਨਾਂ ਦੇ ਵਿੱਚ ਫਸਣਾ ਨਹੀਂ, ਯੂ ਆਰ ਨਾਟ ਕਨ ਬੀ ਵਨ ਆਫ ਦੈਮ, ਇਹ 'ਚ ਨਹੀਂ ਫਸੋ ਤੁਸੀਂ। ਸੋ ਇਹਦਾ ਆਪੋਜ਼ਿਟ ਕੀ ਆ, ਆਹ ਤਾਂ ਪ੍ਰੋਬਲਮ ਦਾ ਨਾ, ਇਹਦਾ ਆਪੋਜ਼ਿਟ ਕੀ ਆ, ਇਹਦਾ ਆਪੋਜ਼ਿਟ ਬੜਾ ਸਿੰਪਲ ਆ। ਪਹਿਲਾ ਪਾਰਟ ਇਹਦਾ ਇਹ ਆ ਇਹਦਾ ਕਿ ਆਪਾਂ ਇੱਕ ਪਲਾਨ ਬਣਾਈਏ, ਇਹ ਪਲਾਨ ਬਹੁਤ ਸਾਰੀਆਂ ਇਹਨਾਂ ਚੀਜ਼ਾਂ ਨੂੰ ਡਿਸਟਰੋਏ ਕਰਦੀ ਆ, ਕਿਉਂਕਿ ਹੁਣ ਆਪਾਂ ਨੂੰ ਸੋਚਣ 'ਤੇ ਮਜਬੂਰ ਹਾਂ, ਹੁਣ ਆਪਾਂ ਨੇ ਡਿਫਾਈਨ ਨਹੀਂ ਕਰਨਾ, ਹੁਣ ਆਪਾਂ ਨੇ ਕੁਛ ਸੋਲਵ ਕਰਨਾ, ਇਸੇ ਕਰਕੇ ਪਲਾਨ ਬਣਾਉਣੇ ਆ। ਤੁਸੀਂ ਮਿਲਟਰੀ ਦਾ, ਤੁਸੀਂ ਕਦੇ ਜਨਰਲਸ ਨੂੰ ਦੇਖੋ, ਉਹਨਾਂ ਨੇ ਹਮਲਾ ਕਰਨਾ ਹੁੰਦਾ, ਦੇਖੋ ਕਿਵੇਂ ਖੜ੍ਹੇ ਹੁੰਦੇ ਆ ਸਾਰੇ ਜਨਰਲਸ, ਮਾਰ ਕੇ ਉੱਥੇ ਉਹ ਕਈ ਵਾਰੀ ਉਹ ਨਕਸ਼ੇ ਹੁੰਦੇ ਆ, ਕਈ ਵਾਰੀ ਉਹ ਨਕਸ਼ੇ ਨਹੀਂ ਹੁੰਦੇ, ਤਾਂ ਫਿਰ ਉਹਨਾਂ ਨੇ ਐਕਚੁਅਲੀ ਉਹ ਜੀ ਪਹਾੜੀ ਕਿੱਥੇ ਆ ਅਤੇ ਉਹ ਸਾਰਾ ਕੁਝ ਬਣਾਇਆ ਹੁੰਦਾ, ਅਤੇ ਫਿਰ ਉਹ ਖੜ੍ਹ ਕੇ ਦੇਖਦੇ ਆ ਵੀ ਹੁਣ ਅਸੀਂ ਕੀ ਕਰਨਾ, ਆਖਰ ਤਾਂ ਉਹ ਪਲਾਨ ਬਣਾਉਂਦੇ ਹੀ ਆ। ਜੇ ਹੋਸਟੇਜਿਸ ਹੋ ਜਾਣ ਬੈਂਕ ਦੇ ਵਿੱਚ, ਉਹਨਾਂ ਨੇ ਡਾਕਾ ਮਾਰਿਆ ਅਤੇ ਉਹ ਬੰਦੇ ਨੇ 5-7 ਬੰਦੇ ਫੜ ਲਏ, ਅਤੇ ਉਸ ਤੋਂ ਬਾਅਦ ਪੁਲਿਸ ਨੂੰ ਆ ਜਾਂ ਕਾਲ ਆ ਜਾਂਦੀ ਆ ਵੀ ਉਹ ਫਲਾਨੇ ਉੱਥੇ ਹੋਸਟੇਜਿਸ, ਉਹਨਾਂ ਨੇ ਬੈਂਕ ਨੂੰ ਲੈ ਲਿਆ, ਉਹ ਵੀ ਤਾਂ ਪਲਾਨ ਬਣਾਉਂਦੇ ਹੀ ਆ ਵੀ ਅਸੀਂ ਹੁਣ ਕੀ ਕਰਨਾ, ਵੀ ਕਿੰਨੇ ਬੰਦੇ ਆ, 4 ਬੰਦੇ ਆ, 5 ਬੰਦੇ ਆ, ਉਹਨਾਂ ਕੋਲ ਕਿਹੜੇ ਹਥਿਆਰ ਆ, ਕੀ ਕਰਨਾ, ਕਿਹੋ ਜਿਹੀ ਉਹ ਮਾਨਸਿਕ ਦਿਸ਼ਾ ਦੇ ਵਿੱਚ ਆ ਉਹ ਬੰਦਾ ਜਿਹੜਾ ਗੰਨ ਲਈ ਬੈਠਾ ਅਤੇ ਕਹਿੰਦਾ ਮੈਂ ਸਾਰੇ ਮਾਰ ਦੂੰ, ਉਹ ਵੀ ਤਾਂ ਪਲਾਨ ਬਣਾਉਂਦੇ ਹੀ ਆ, ਫਿਰ ਆਪਾਂ ਕਿਉਂ ਨਹੀਂ ਪਲਾਨ ਬਣਾਉਂਦੇ? ਜੇ ਪਲਾਨ ਬਣਾਉਣੀ ਹਿਊਮਨ ਬੀਂਗਸ ਦਾ ਇੱਕ ਹਿੱਸਾ, ਤਾਂ ਆਪਾਂ ਕਿਉਂ ਨਹੀਂ ਫਿਰ ਪਲਾਨ ਬਣਾਉਂਦੇ? ਜਿਹੜੇ ਤੁਹਾਡੇ 'ਚੋਂ ਕਿਹੜੇ ਮਸ਼ੀਨਿਸਟ ਆ, ਕਿਹੜੇ ਮਸ਼ੀਨਿਸਟ, ਉਹ ਵੀ ਤਾਂ ਇੱਕ ਬਲੂ ਪ੍ਰਿੰਟ ਲੈ ਕੇ ਆਉਂਦਾ ਫੋਰਮੈਨ ਤੁਹਾਡੇ ਕੋਲ ਵੀ ਆਹ ਪਾਰਟ, ਜਾਂ ਜਿਹੜੇ ਵੈਲਡਿੰਗ ਕਰਦੇ ਆ ਉਹਨਾਂ ਦਾ ਵੀ ਇੱਕ ਬਲੂ ਪ੍ਰਿੰਟ ਹੁੰਦਾ ਵੀ ਕਿਹੜੀ ਵੈਲਡਿੰਗ ਕਿੱਥੇ ਕਰਨੀ ਆ, ਉਹ ਵੀ ਤਾਂ ਪਲਾਨ ਬਣਾ ਕੇ ਲਿਆਉਂਦੇ ਆ ਵੀ ਇਹ ਪੁਰਜਾ ਕਿਵੇਂ ਕਿਹਦੇ 'ਚ ਫਿੱਟ ਹੋਊਗਾ, ਕਿੰਨਾ ਕਿੰਨਾ ਕੁਛ ਚਾਹੀਦਾ, ਉਹਦੀ ਵੀ ਤਾਂ ਪਲਾਨ ਆ, ਹਰ ਇੱਕ ਚੀਜ਼ ਦੀ ਪਲਾਨ ਆ, ਕੋਈ ਵੀ ਪਲਾਨ ਦੇ ਬਿਨਾਂ ਨਹੀਂ ਕੰਮ ਹੋ ਰਿਹਾ ਆਪਣਾ। ਘਰ ਬਣਾਉਣਾ ਉਹਨਾਂ ਦੇ ਕੋਲ ਵੀ ਤਾਂ ਇੱਕ ਨਕਸ਼ਾ ਜਿਹਾ ਹੁੰਦਾ, ਮੈਨੂੰ ਨਹੀਂ ਲੱਗਦਾ ਵੀ ਆਪਣੇ ਇਸ ਕੰਪਲੈਕਸ ਜ਼ਿੰਦਗੀ ਦੇ ਵਿੱਚ ਕੋਈ ਵੀ ਐਸਾ ਫੈਕਟਰ ਹੈਗਾ ਜਿਹਦੇ 'ਚ ਪਲਾਨਿੰਗ ਨਾ ਹੋਵੇ। ਆਰਕੀਟੈਕਟ ਦੀ ਬਿਲਡਿੰਗ ਬਣਾਉਣੀ ਆ, ਬ੍ਰਿਜ ਬਣਾਉਣਾ, ਤੁਸੀਂ ਫੈਕਟਰੀਆਂ ਚੱਲਦੀਆਂ, ਕੁਛ ਵੀ, ਮੈਨੂੰ ਮੇਰੇ ਖਿਆਲ 'ਚ ਕੁਛ ਵੀ ਤੁਸੀਂ ਲੈ ਲਓ, ਹਰ ਇੱਕ ਦੀ ਇੱਕ ਪਲਾਨ ਆ, ਫਿਰ ਆਪਾਂ ਕਿਉਂ ਨਹੀਂ ਪਲਾਨ ਬਣਾਉਂਦੇ? ਵਾਈ ਆਰ ਵੀ ਨੋਟ ਮੇਕਿੰਗ ਏ ਪਲਾਨ ਵੀ ਅਸੀਂ ਆਪਣੇ ਬੱਚੇ ਨੂੰ ਕਿਵੇਂ ਰੇਜ਼ ਕਰਨਾ, ਜਾਂ ਹੁਣ ਇਹ 10 ਸਾਲ ਦਾ, ਇਹਨੇ ਕੱਲ੍ਹ ਨੂੰ 16 ਸਾਲ ਦਾ ਵੀ ਹੋਣਾ, ਮੈਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਉਹ ਜੇ ਮੈਨੂੰ ਮੁਸ਼ਕਲਾਂ ਆਉਣਗੀਆਂ ਤਾਂ ਮੈਂ ਕੀ ਕਰੂੰਗਾ, ਆਪਾਂ ਕਿਉਂ ਫਿਰ ਕਿਉਂ ਨਹੀਂ ਪਲਾਨ ਬਣਾਉਂਦੇ? ਵਾਈ ਇਜ਼ ਇਟ ਦੈਟ ਵੀ ਆਰ ਨੋਟ, ਕਿਉਂ? ਕਿਉਂਕਿ ਆਪਾਂ ਇਹਨਾਂ 'ਚ ਫਸੇ ਹੋਏ ਹਾਂ, ਆਪਾਂ ਨੂੰ ਹੁਣ ਉੱਥੇ ਨਿਕਲਣਾ ਪੈਣਾ, ਵੀ ਨੀਡ ਟੂ ਗੈਟ ਆਊਟ ਆਫ ਹੀਅਰ। ਆਹ ਇੱਕ ਜ਼ਿੰਦਗੀ ਉਦੋਂ ਤੱਕ ਮੇਰਾ ਖਿਆਲ 'ਚ ਤੁਰ ਸਕਦੀ ਸੀ ਜਦੋਂ ਤੱਕ ਆਪਾਂ ਐਡਵਾਂਸਡ ਸਿਵਿਲਾਈਜੇਸ਼ਨ 'ਚ ਨਹੀਂ ਸੀ ਰਹਿੰਦੇ, ਉਹ ਤਾਂ ਠੀਕ ਸੀਗਾ, ਕੋਈ ਫਿਰ ਇੰਨੀ ਕੋਈ ਕਾਲੀ ਨਹੀਂ ਸੀਗੀ, ਹੋ ਜੂਗਾ ਹੌਲੀ ਹੌਲੀ ਸਿੱਖ ਜਾਂਗੇ, ਲੇਕਿਨ ਹੁਣ ਇਸ ਵਕਤ ਵਿਦਆਊਟ ਪਲਾਨਿੰਗ ਕੁਛ ਵੀ ਨਹੀਂ ਹੋਣਾ।
ਹੁਣ ਤਾਂ ਇੱਥੇ ਤਾਂ ਇਹ ਫਿਕਰ ਹੁੰਦਾ ਵੀ 65 ਸਾਲ ਤੋਂ ਬਾਅਦ ਕੀ ਆਪਾਂ ਨੂੰ ਪੈਨਸ਼ਨ ਮਿਲੂਗੀ ਵੀ ਕਿ ਨਹੀਂ ਇਹੀ ਤੁਹਾਨੂੰ ਸੁਣਨ ਚਾਹੁੰਦਾ ਵੀ ਪਤਾ ਨਹੀਂ ਕੈਨੇਡਾ ਗੌਰਮੈਂਟ ਦੇ ਕੋਲ ਪੈਸੇ ਹੀ ਮੁੱਕ ਜਾਣੇ ਨਾਲ ਪੈਨਸ਼ਨ ਨਹੀਂ ਵੀ ਤੁਸੀਂ ਆਪਣੀ ਜੋੜਨਾ ਸ਼ੁਰੂ ਕਰ ਦਿਓ ਇਹ ਨਾ ਹੋਵੇ ਵੀ ਬੁਢਾਪੇ 'ਚ ਰੁਲ ਜਾਈਏ ਹੈ ਨਾ ਇਹੀ ਹੁੰਦਾ ਨਾ ਉਹ ਵੀ ਤਾਂ ਆਪਾਂ ਨੂੰ ਕਹਿੰਦੇ ਆ ਵੀ ਕੁਛ ਪਲਾਨ ਕਰ ਲਓ ਕੁਛ ਪੈਸੇ ਪੂਸੇ ਸੇਵ ਕਰ ਲਓ ਆਪਣੀ RRSP RESP ਦਾ ਕਿੰਨਾ ਹੁੰਦਾ ਉਹ ਵੀ ਤਾਂ ਪਲਾਨਿੰਗ ਹੀ ਆ ਵੀ ਬੱਚਾ ਜਦੋਂ ਜੰਮਦਾ ਉਦੋਂ ਹੀ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੇ ਆ ਵੀ ਤੁਸੀਂ ਲੈ ਲਓ RESP $20 ਦੇਈ ਜਾਇਓ ਜਦੋਂ ਇਹ ਮਤਲਬ ਕਿ ਯੂਨੀਵਰਸਿਟੀ ਜਾਣ ਜੋਗਾ ਹੋ ਗਿਆ 19-20 ਸਾਲ ਦੇ ਵਿੱਚ ਉਦੋਂ ਤੁਸੀਂ ਉਹ RESP ਦੇ ਜਿਹੜੇ ਪੈਸੇ ਆਏ ਉਹਦੇ ਨਾਲ ਤੁਸੀਂ ਉਹਨੂੰ ਯੂਨੀਵਰਸਿਟੀ ਭੇਜ ਦਿਓ ਬੱਚੇ ਨੂੰ ਉਹ ਵੀ ਤਾਂ ਪਲਾਨਿੰਗ ਹੀ ਆ ਪਰ ਆਪਾਂ ਕਿੱਥੇ ਪਲਾਨਿੰਗ ਕਰਦੇ ਹਾਂ ਵੇਅਰ ਇਜ਼ ਇਟ ਆਵਰ ਪਲਾਨਿੰਗ ਚਾਹੇ ਉਹ ਫਾਈਨੈਂਸ਼ੀਅਲ ਪਲਾਨਿੰਗ ਆ ਚਾਹੇ ਉਹ ਬੱਚਿਆਂ ਦੀ ਪਲਾਨਿੰਗ ਆ ਹਸਬੈਂਡ ਵਾਈਫ ਦੀ ਪਲਾਨਿੰਗ ਆ ਘਰ ਪੇ ਆਫ ਕਰਨਾ ਕਿ ਨਹੀਂ ਇਹ ਕੀ ਕਰਨਾ ਕਿੱਥੇ ਮੂਵ ਹੋਣਾ ਕਿੱਥੇ ਘਰ ਲੈਣਾ ਕਿਵੇਂ ਲੈਣਾ ਕਿਉਂ ਲੈਣਾ ਆਪਣਾ ਕੁਛ ਨਹੀਂ ਗਾ ਬੇਬੀ ਸਿਟਰ 'ਤੇ ਛੱਡਣੇ ਆ ਕਿ ਨਹੀਂ ਛੱਡਣੇ ਮਾ ਗ੍ਰੈਂਡ ਪੇਰੈਂਟਸ ਕੋਲ ਛੱਡਣੇ ਆ ਕਿ ਨਹੀਂ ਛੱਡਣੇ ਆਪਣੇ ਕੋਲ ਕੁਛ ਨਹੀਂ ਗਾ ਲੈਕ ਵੀ ਡੋਂਟ ਪਲਾਨ ਆਪਣਾ ਚੱਲੀ ਜਾਂਦਾ ਆਰਾਮ ਆਸਰੇ ਉਹ ਆਰਾਮ ਇਸੇ ਕਰਕੇ ਮੇਰਾ ਖਿਆਲ 'ਚ ਬਹੁਤ ਜ਼ਿਆਦਾ ਬਿਜ਼ੀ ਹਨ ਕਿਉਂਕਿ ਸਾਰੇ ਉਹਦੇ 'ਤੇ ਬੋਝ ਪਾਈ ਬੈਠੇ ਆ ਉਹ ਵਿਚਾਰਾ ਉੱਤੇ ਦੁਖੀ ਹੋਇਆ ਬੈਠਾ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਪਲਾਨ ਕਰੀਏ ਆਹ ਚੀਜ਼ਾਂ ਤੋਂ ਨਿਕਲਣ ਦੀ ਖਾਤਰ ਪਲਾਨਿੰਗ ਬਹੁਤ ਇੰਪੋਰਟੈਂਟ ਆ ਦੈਟਸ ਵਨ ਦੂਸਰੀ ਚੀਜ਼ ਜਿਹੜੀ ਇੰਪੋਰਟੈਂਟ ਆ ਉਹ ਇਹ ਆ ਕਿ ਆਪਾਂ ਅੰਡਰਸਟੈਂਡ ਕਰੀਏ ਵੀ ਪ੍ਰੋਬਲਮ ਕੀ ਆ ਆਪਾਂ ਅੰਡਰਸਟੈਂਡ ਨਹੀਂ ਕਰਦੇ ਪ੍ਰੋਬਲਮ ਆਪਾਂ ਸੋਲਿਊਸ਼ਨ ਕਰਨੀ ਨੂੰ ਭੱਜ ਪੈਂਦੇ ਹਾਂ ਆਪਾਂ ਪ੍ਰੋਬਲਮ ਨੂੰ ਅੰਡਰਸਟੈਂਡ ਨਹੀਂ ਕਰਦੇ ਪ੍ਰੋਬਲਮ ਕਈ ਵਾਰੀ ਮਲਟੀ ਲੇਅਰਡ ਹੁੰਦੀ ਆ ਜੇ ਆਪਣੀ ਐਡਿਕਸ਼ਨ ਪ੍ਰੋਬਲਮ ਆ ਉਹਦੇ ਨਾਲ ਆਪਣਾ ਗੁੱਸਾ ਨਿਕਲਦਾ ਗੁੱਸੇ ਦੇ ਵਿੱਚੋਂ ਆਪਾਂ ਵਾਈਫ ਦੇ ਨਾਲ ਲੜਦੇ ਹਾਂ ਤਾਂ ਕਿਹੜੀਆਂ ਪ੍ਰੋਬਲਮਸ ਹੋ ਗਈਆਂ ਤਿੰਨ ਪ੍ਰੋਬਲਮਸ ਹੋ ਗਈਆਂ ਇੱਕ ਵਾਈਫ ਦੇ ਨਾਲ ਲੜਾਈ ਝਗੜਾ ਹੋ ਗਿਆ ਇੱਕ ਗੁੱਸਾ ਆਉਣਾ ਹੋ ਗਿਆ ਇੱਕ ਆਪਣੀ ਸ਼ਰਾਬ ਹੋ ਗਈ ਹੁਣ ਕਿਹੜੀ ਨੂੰ ਪਹਿਲਾਂ ਡੀਲ ਕਰਨਾ ਕੰਪਲੈਕਸ ਆ ਸ਼ਰਾਬ ਦੇ ਨਾਲ ਲੀਗਲ ਪ੍ਰੋਬਲਮਸ ਵੀ ਹੋ ਸਕਦੀਆਂ ਸ਼ਰਾਬ ਦੇ ਨਾਲ ਹੈਲਥ ਪ੍ਰੋਬਲਮਸ ਵੀ ਹੋ ਸਕਦੀਆਂ ਸ਼ਰਾਬ ਦੇ ਨਾਲ ਤੁਹਾਨੂੰ ਹੋਰ ਕਈ ਪ੍ਰੋਬਲਮਸ ਵੀ ਹੋ ਸਕਦੀਆਂ ਸੋ ਤੁਹਾਡੇ 'ਤੇ ਡਿਪੈਂਡ ਕਰਦਾ ਕਈ ਬੰਦੇ ਸ਼ਰਾਬ ਪੀ ਕੇ ਬੜੇ ਕੁਆਇਟ ਹੋ ਜਾਂਦੇ ਆ ਕਈ ਬੰਦੇ ਸ਼ਰਾਬ ਪੀ ਕੇ ਗੁੱਸੇਖੋਰੇ ਹੋ ਜਾਂਦੇ ਆ ਸੋ ਡਿਪੈਂਡ ਕਰਦਾ ਹਰ ਇੱਕ ਬੰਦਾ ਡਿਫਰੈਂਟ ਪਰਸਨੈਲਿਟੀ ਲੈ ਕੇ ਆਉਂਦਾ ਸੋ ਇਹ ਨਹੀਂ ਕਹਿ ਸਕਦੇ ਵੀ ਇੱਕ ਯੂਨੀਫਾਰਮ ਆ ਹਰ ਇੱਕ ਦਾ ਡਿਫਰੈਂਟ ਆ ਪਰ ਆਪਾਂ ਪ੍ਰੋਬਲਮ ਨੂੰ ਅੰਡਰਸਟੈਂਡ ਤਾਂ ਕਰ ਲਈਏ ਵੀ ਕਿੰਨੀ ਕੁ ਵੱਡੀ ਆ ਇਹ ਉਹਦੇ 'ਤੇ ਤਾਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ ਉਹ ਤਾਂ ਗੱਲ ਇਹੀ ਕਹਿੰਦੇ ਵੀ ਸ਼ਰਾਬ ਛੱਡ ਦਿਓ ਜੇ ਸ਼ਰਾਬ ਛੱਡਣੀ ਵੀ ਆ ਤਾਂ ਫਿਰ ਵੀ ਤਾਂ ਕੋਈ ਪਲਾਨ ਬਣਾਉਣੀ ਪਊ ਵੀ ਛੱਡਣੀ ਕਿਵੇਂ ਆ ਆਪਣਾ ਤਾਂ ਹੈਡ ਹੀ ਨਹੀਂ ਉਸ ਪਾਸੇ ਨੂੰ ਜਾਂਦਾ ਹੀ ਨਹੀਂ ਗਾ ਵੀ ਸਾਨੂੰ ਕੋਈ ਪਲਾਨ ਚਾਹੀਦੀ ਆ ਵੀ ਜਸਟ ਡੋਂਟ ਗੋ ਦੇਅਰ ਤੁਸੀਂ ਦੇਖ ਲਓ ਇੱਥੇ ਆਪਣਾ ਕਰਕੇ ਇੱਕ ਬੱਚਾ 16 ਸਾਲ ਦਾ ਸਕੂਲ ਨਹੀਂ ਜਾਂਦਾ ਸਕੂਲ ਸਕਿੱਪ ਕਰਦਾ ਇਹ ਪ੍ਰੋਬਲਮ ਆ ਤੁਸੀਂ ਹੁਣ ਦੱਸੋ ਕਿਉਂ ਨਹੀਂ ਜਾਂਦਾ ਅਤੇ ਕਿਵੇਂ ਉਹਨੂੰ ਵਾਪਸ ਭੇਜੋਗੇ ਸਕੂਲ ਜੇ ਮੈਂ ਕਹਾਂ ਵੀ ਤੁਸੀਂ ਗੱਲ ਨਹੀਂ ਕਰ ਸਕਦੇ ਬੱਚੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਸਕੂਲ ਜਾਇਆ ਕਰ ਇਹ ਨਹੀਂ ਕਹਿਣਾ ਮਾਪੇ ਮੇਰੇ ਕਨੀ ਐਂ ਦੇਖਦੇ ਆ ਜਿਵੇਂ ਪਤਾ ਨਹੀਂ ਮੈਂ ਕੀ ਕੁਸ਼ਚਨ ਪੁੱਛਦਾ ਹੁੰਦਾ ਕਿਉਂਕਿ ਉਹਨਾਂ ਵਾਸਤੇ ਇਹ ਕਹਿਣਾ ਬੜਾ ਸੌਖਾ ਵੀ ਤੂੰ ਸਕੂਲ ਜਾ ਤੇਰੀ ਜ਼ਿੰਦਗੀ ਖਰਾਬ ਹੋ ਜੂ ਅਸੀਂ ਤੈਨੂੰ ਕੀ ਕਹਿੰਦੇ ਹਾਂ ਅਸੀਂ ਸਿਰਫ ਇਹੀ ਕਹਿੰਦੇ ਹਾਂ ਨਾ ਵੀ ਤੂੰ ਸਕੂਲ ਜਾ ਉਹਨਾਂ ਦੇ ਭਾਣੇ ਦੈਟ ਵਿਲ ਸੋਲਵ ਦਾ ਪ੍ਰੋਬਲਮ ਪਰ ਉਹਨੇ ਪ੍ਰੋਬਲਮ ਅੰਡਰਸਟੈਂਡ ਹੀ ਨਹੀਂ ਕੀਤੀ ਵੀ ਉਹ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਪਤਾ ਕੀਤਾ ਵੀ ਕਿਉਂ ਨਹੀਂ ਜਾਂਦਾ ਉਹ ਦੇ ਡੋਂਟ ਵਾਂਟ ਟੂ ਡੂ ਇਟ ਹਾਰਡ ਆ ਇਹ ਕਿਉਂਕਿ ਆਪਾਂ ਅੰਡਰਸਟੈਂਡ ਨਹੀਂ ਪ੍ਰੋਬਲਮ ਕਰਦੇ ਆਪਣਾ ਸੋਲਿਊਸ਼ਨ ਵੀ ਨਹੀਂ ਲੱਭਦਾ ਸਾਰੀ ਉਮਰ ਨਿਕਲ ਜਾਂਦੀ ਆ ਸਾਰੀ ਉਮਰ ਨਿਕਲ ਜਾਂਦੀ ਆ ਬੰਦਿਆਂ ਦੀ ਸੋਲਿਊਸ਼ਨ ਲੱਭਦੇ ਦੀ ਔਰ ਉਹਨਾਂ ਨੂੰ ਸੋਲਿਊਸ਼ਨ ਨਹੀਂ ਨਜ਼ਰ ਆਉਂਦਾ ਕਿਉਂਕਿ ਪ੍ਰੋਬਲਮ ਨਹੀਂ ਆਈਡੈਂਟੀਫਾਈ ਹੋਈ ਇਸ ਕਰਕੇ ਸੋਲਿਊਸ਼ਨ ਨਹੀਂ ਨਜ਼ਰ ਆ ਰਿਹਾ ਸੋ ਆਹ ਜੇ ਤੁਸੀਂ ਦੇਖੋ ਤਾਂ ਇਹਦੇ ਆਪੋਜ਼ਿਟ ਆਹ ਵਾਲੀ ਪਲਾਨ ਬਣਾਉਣੀ ਬੜੀ ਜ਼ਰੂਰੀ ਆ ਸੋ ਪਹਿਲਾਂ ਪਲਾਨ ਬਣਾਓ ਫਿਰ ਪ੍ਰੋਬਲਮ ਨੂੰ ਅੰਡਰਸਟੈਂਡ ਕਰੋ ਰਾਈਟ ਫਿਰ ਤੁਸੀਂ ਆਪਣੀ ਸੋਸ਼ਲ ਸਪੋਰਟ ਕ੍ਰੀਏਟ ਕਰੋ ਸੋਸ਼ਲ ਸਪੋਰਟ ਤੁਹਾਡੀ ਕਿਹੜੀ ਆ ਸੋਸ਼ਲ ਸਪੋਰਟ ਦਾ ਮਤਲਬ ਹੈਗੀ ਆ ਕਿ ਤੁਹਾਡੀ ਫੈਮਿਲੀ ਹੋ ਸਕਦੀ ਆ ਤੁਹਾਡੇ ਕੋਈ ਫਰੈਂਡਸ ਹੋ ਸਕਦੇ ਆ ਤੁਹਾਡੇ ਕੋਈ ਰਿਲੇਟਿਵਸ ਹੋ ਸਕਦੇ ਆ ਕੋਈ ਨਾ ਕੋਈ ਬੰਦਾ ਜਿਹੜੀ ਤੁਹਾਡੀ ਹੈਲਪ ਕਰੇ ਇਸ ਪ੍ਰੋਬਲਮ ਨੂੰ ਅੰਡਰਸਟੈਂਡ ਕਰਨ 'ਤੇ ਜਿਹਦੇ ਵਿੱਚੋਂ ਫਾਈਨਲੀ ਸੋਲਿਊਸ਼ਨ ਨਿਕਲੂਗਾ ਆਹ ਆਪਣੇ ਸਪੋਰਟ ਨਹੀਂ ਗੀ ਕਿਉਂਕਿ ਆਪਾਂ ਪ੍ਰੋਬਲਮ ਨੂੰ ਲਮਕਾ ਹੀ ਨਹੀਂ ਲੈਂਦੇ ਹਾਂ ਔਰ ਮਤਲਬ ਕਿ ਮੇਰਾ ਇਹ ਜ਼ਿੰਦਗੀ ਦਾ ਐਕਸਪੀਰੀਅੰਸ ਆ ਕਿ ਹਸਬੈਂਡ ਵਾਈਫ ਦੇ ਲੜਾਈ ਦੇ ਵਿੱਚ
ਜਿਨ੍ਹਾਂ ਦੀ ਲੜਾਈ ਕੋਈ 25-30 ਸਾਲ ਚੱਲਦੀ ਆ, ਉਹਨਾਂ ਨੂੰ ਜੇ ਪੁੱਛੋ ਵੀ ਬਈ ਹੁਣ ਤੁਹਾਡੇ ਕੋਲ ਕੋਈ ਆਉਂਦਾ, ਉਹ ਕਹਿਣਗੇ ਨਹੀਂ ਜੀ ਹੁਣ ਤਾਂ ਕੋਈ ਨਹੀਂ ਆਉਂਦਾ, ਸਾਰੇ ਦੁਖੀ ਹੋ ਗਏ ਆ ਕੇ। ਹੁਣ ਉਹਨਾਂ ਦੀ ਸੋਸ਼ਲ ਸਪੋਰਟ ਖਤਮ ਹੋ ਗਈ, ਨਾ ਤਾਂ ਕੁੜੀ ਦੇ ਮਾਪੇ ਆਉਂਦੇ ਆ, ਉਹ ਕਹਿੰਦੇ ਤੂੰ ਮਰ, ਤੂੰ ਕਿਹੜਾ ਤੂੰ ਕਹਿਣਾ ਮੰਨਣਾ ਸਾਡਾ, ਨਾ ਹੀ ਮੁੰਡੇ ਦੇ ਮਾਪੇ ਆਉਂਦੇ, ਉਹ ਕਹਿੰਦੇ ਤੂੰ ਵੀ ਬੇਵਕੂਫੀ ਐਵੇਂ ਲੜੀ ਜਾਣਾ, ਛੱਡਣਾ ਛੱਡ ਉਹਨੂੰ ਅਤੇ ਰਹਿਣਾ ਰਹਿ। ਇਹਦਾ ਮਤਲਬ ਸਾਰੇ ਹੀ ਦੁਖੀ ਹੋ ਗਏ, ਸੋਸ਼ਲ ਸਪੋਰਟ ਹੀ ਖਤਮ ਹੋ ਗਈ। ਐਂਡ ਵਿਦਆਊਟ ਸੋਸ਼ਲ ਸਪੋਰਟ ਉਸ ਪ੍ਰੋਬਲਮ ਨੂੰ ਕਿਵੇਂ ਤੁਸੀਂ ਆਈਡੈਂਟੀਫਾਈ ਕਰਕੇ ਸੋਲਵ ਕਰੋਗੇ? ਸੋਸ਼ਲ ਸਪੋਰਟ ਹੀ ਹੈ ਨਹੀਂ, ਨਾ ਕੋਈ ਦੋਸਤ ਰਹਿ ਗਿਆ। ਤੁਸੀਂ ਫੋਨ ਕਰਦੇ ਹੋ ਵੀ ਆ ਸਾਡੀ ਲੜਾਈ ਹੋਈ ਜਾਂਦੀ, ਉਹ ਕਹਿੰਦੇ ਆ ਕੋਈ ਨਵੀਂ ਗੱਲ ਤਾਂ ਨਹੀਂ ਗੀ, ਇਹ ਤਾਂ ਪੁਰਾਣੀ ਹੋਈ ਆ, ਇਹ ਤਾਂ ਮੈਂ 20 ਵਾਰੀ ਸੁਣ ਚੁੱਕਿਆ, ਕੋਈ ਹੋਰ ਦੱਸ। ਨਹੀਂ ਕਹਿੰਦਾ ਬਹੁਤ ਜ਼ਿਆਦਾ ਲੜਾਈ ਹੋਈ ਯਾਰ, ਇਹ ਤਾਂ ਪਹਿਲਾਂ ਵੀ ਤੁਹਾਡੀ ਹੋਈ ਸੀ, ਇਹ ਕੋਈ ਨਵੀਂ ਥੋੜ੍ਹੀ ਆ। ਉਹ ਵੀ ਵਿਚਾਰੇ ਸੁਣਨ ਨੂੰ ਹਟ ਜਾਂਦੇ, ਉਹ ਕਹਿੰਦੇ ਵੀ ਯਾਰ ਕੀ ਕਰੀ ਜਾਂਦੇ ਆ ਤੂੰ। ਸੋ ਸੋਸ਼ਲ ਸਪੋਰਟ ਖਤਮ ਹੋ ਜਾਂਦੀ ਆ, ਨਥਿੰਗ ਹੈਪਨਸ, ਫਿਰ ਕੁਛ ਨਹੀਂ ਹੋਣਾ। ਸੋ ਜੇ ਆਪਣੀ ਪਲਾਨਿੰਗ ਨਹੀਂ ਗੀ, ਆਪਾਂ ਪ੍ਰੋਬਲਮ ਨੂੰ ਅੰਡਰਸਟੈਂਡ ਨਹੀਂ ਕੀਤਾ, ਆਪਣੀ ਕੋਈ ਸੋਸ਼ਲ ਸਪੋਰਟ ਨਹੀਂ ਗੀ, ਫਿਰ ਚੌਥੇ ਪੁਆਇੰਟ 'ਤੇ ਆਉਂਦੀ ਹੈਗੀ ਆ ਪ੍ਰੋਫੈਸ਼ਨਲ ਹੈਲਪ। ਅਸੀਂ ਇਹ ਵੀ ਨਹੀਂ ਲੈਣੀ, ਜੇ ਲੈਣੀ ਆ ਤਾਂ ਟੁੱਟੇ ਜੇ ਦਿਲ ਨਾਲ ਲੈਣੀ ਆ, ਹੈਲਪ ਨਹੀਂ ਲੈਣੀ ਅਸੀਂ। ਉਹਦਾ ਰੀਜ਼ਨ ਇਹ ਆ ਕਿ ਸਾਨੂੰ ਤਿੰਨ ਚੀਜ਼ਾਂ ਮਾਰਦੀਆਂ, ਤਿੰਨ ਚਾਰ ਨਹੀਂ ਤਿੰਨ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਮਾਰਦੀਆਂ? ਇੱਕ ਤਾਂ ਸਾਨੂੰ ਮਾਰਦੀ ਹੈ ਸ਼ਰਮ, ਦੂਜਾ ਮਾਰਦਾ ਸਾਨੂੰ ਗਿਲਟ, ਤੀਜਾ ਮਾਰਦਾ ਸਾਨੂੰ ਸੋਸਾਇਟੀ, ਵੀ ਇਹ ਪਤਾ ਨਹੀਂ ਕੀ ਕਹਿਣਗੇ ਸਾਨੂੰ। ਆ ਤਿੰਨ ਚੀਜ਼ਾਂ ਸਾਨੂੰ ਪ੍ਰੋਫੈਸ਼ਨਲ ਹੈਲਪ ਲੈਣ ਹੀ ਨਹੀਂ ਦਿੰਦਾ। ਸਾਰੀ ਦੁਨੀਆ ਨੂੰ ਪਤਾ ਹੁੰਦਾ ਵੀ ਇਹਨਾਂ ਦਾ ਬੱਚਾ ਵਿਗੜਿਆ ਹੋਇਆ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਇਹਨਾਂ ਦਾ ਬੱਚਾ ਵਿਗੜਿਆ ਹੋਇਆ, ਸਾਨੂੰ ਹੀ ਨਹੀਂ ਪਤਾ ਵੀ ਸਾਡਾ ਬੱਚਾ ਵਿਗੜਿਆ ਹੋਇਆ। ਬਾਕੀ ਸਾਰਿਆਂ ਨੂੰ ਪਤਾ, ਲੇਕਿਨ ਅਸੀਂ ਇਹ ਮੰਨੀ ਬੈਠੇ ਹਾਂ ਕਿ ਨਹੀਂ ਨਹੀਂ ਨਹੀਂ। ਅਸੀਂ ਜੇ ਕੋਈ ਪੁੱਛੋ ਵੀ ਹਾਂਜੀ ਤੁਹਾਡਾ ਬੱਚਾ ਕਿਵੇਂ ਆ, ਠੀਕ ਆ ਜੀ, ਬਿਲਕੁਲ ਬਿਲਕੁਲ ਠੀਕ ਆ ਜੀ, ਐਨ ਫਸਟ ਕਲਾਸ ਆ, ਕਿਉਂ ਅਸੀਂ ਸੱਚ ਕਿਉਂ ਨਹੀਂ ਬੋਲਦੇ? ਕਿਉਂ? ਕਿਉਂਕਿ ਸ਼ਰਮ ਆਉਂਦੀ ਆ, ਗਿਲਟ ਆ, ਅਤੇ ਸੋਸਾਇਟੀ 'ਚ ਅਸੀਂ ਆਪਣਾ ਕੋਈ ਸਟੇਟਸ ਰੱਖਣਾ ਹੈ ਨਹੀਂ ਗਾ, ਪਰ ਰੱਖਣਾ। ਇਹਨਾਂ ਤਿੰਨ ਚੀਜ਼ਾਂ ਕਰਕੇ ਅਸੀਂ ਪ੍ਰੋਫੈਸ਼ਨਲ ਹੈਲਪ ਨਹੀਂ ਲੈਣੀ। ਹੁਣ ਉੱਥੇ ਖੜੀ ਆ ਪ੍ਰੋਬਲਮ, ਅਸੀਂ ਮੰਨੀ ਬੈਠੇ ਹਾਂ ਵੀ ਪਤਾ ਨਹੀਂ ਅਸੀਂ ਸੋਲਵ ਕਰ ਲਈ ਗੱਲਾਂ ਗੁੱਲਾਂ ਕਰਕੇ, ਪਰ ਕੀਤਾ ਕੁਛ ਨਹੀਂ। ਤੁਹਾਡਾ ਨੈਨ ਸਿੰਘ ਹੈ। ਸੋ ਚਾਰ ਚੀਜ਼ਾਂ, ਪਲਾਨ, ਅੰਡਰਸਟੈਂਡ, ਇਹ ਇਹਨਾਂ ਦੀ ਅਕਾਊਂਟਰਿੰਗ ਆ। ਇਹ ਹੁਣ ਤੁਸੀਂ ਦੇਖ ਲਓ ਵੀ ਆਹ ਚਾਰ ਚੀਜ਼ਾਂ ਤੁਸੀਂ ਲਾਗੂ ਕਰ ਸਕਦੇ ਹੋ ਕਿਹਨੂੰ? ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ, ਤਾਂ ਕਿ ਆਪਾਂ ਪ੍ਰੋਬਲਮ ਨੂੰ ਸਮਝ ਲਈਏ, ਤਾਂ ਕਿ ਆਪਾਂ ਫਿਰ ਹੁਣ ਸਲਿਊਸ਼ਨ ਕਰਨੀ ਨੂੰ ਜਾਈਏ। ਇਹਦੇ ਬਿਨਾਂ ਨਹੀਂ ਹੋਣਾ, ਇਹਦੇ ਬਿਨਾਂ ਨਹੀਂ। ਤੁਸੀਂ ਜ਼ੋਰ ਲਾ ਲਓ, ਯੂ ਹੈਵ ਟੂ ਹੈਵ ਇਟ। ਸੋ ਆਪਾਂ ਨੂੰ ਹਰ ਇੱਕ ਨੂੰ ਪ੍ਰੋਬਲਮ ਆਉਣਗੀਆਂ, ਆਪਾਂ ਇਹ ਦੇਖੀਏ ਵੀ ਆਪਾਂ ਨੇ ਸਿਚੁਏਸ਼ਨ ਕੰਟਰੋਲ 'ਚ ਕਿਵੇਂ ਰੱਖਣੀ ਹੈ, ਤਾਂ ਕਿ ਪ੍ਰੋਬਲਮ ਵੱਡੀ ਨਾ ਹੋ ਜੇ, ਆਪਾਂ ਨੇ ਇਹ ਦੇਖਣਾ। ਸੋ ਇੱਥੇ ਜੇ ਆਪਾਂ ਦੇਖੀਏ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਸਿਚੁਏਸ਼ਨ ਕੰਟਰੋਲ 'ਚ ਕਰਨਗੀਆਂ, ਕਿਹੜੀਆਂ ਚੀਜ਼ਾਂ ਐਸੀਆਂ ਜਿਹੜੀਆਂ ਸਿਚੁਏਸ਼ਨ ਕੰਟਰੋਲ 'ਚ ਕਰਨਗੀਆਂ। ਇੱਕ, ਜਿਹੜੀਆਂ ਸਰਟਨ ਚੀਜ਼ਾਂ ਜਿਹੜੀਆਂ ਟੈਸਟ ਕੀਤੀਆਂ ਹੋਈਆਂ 10,000 ਸਾਲ 'ਚ, ਇੱਕ ਚੀਜ਼ ਤਾਂ ਇਹ ਆ ਕਿ ਅਗਰ ਆਪਾਂ ਆਪਣੇ ਇਮੋਸ਼ਨਸ ਨੂੰ ਕੰਟਰੋਲ 'ਚ ਰੱਖੀਏ ਨਾ, ਇਮੋਸ਼ਨਸ ਨੂੰ, ਸਿਚੁਏਸ਼ਨ ਕੰਟਰੋਲ 'ਚ ਰਹਿੰਦੀ ਆ। ਜੇ ਅਸੀਂ ਭਾਵੁਕ ਹੋ ਗਏ, ਐਂਗਰੀ ਹੋ ਗਏ, ਜਾਂ ਬਹੁਤ ਜ਼ਿਆਦਾ ਰੋਣ ਲੱਗ ਗਏ, ਜਾਂ ਅਸੀਂ ਗਿਲਟੀ ਦੀਆਂ ਸਟੇਟਮੈਂਟਸ ਦਿੱਤੀਆਂ, ਸਾਡੀ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਜੂ। ਐਗਜ਼ਾਮਪਲ, ਇੱਕ 16 ਸਾਲ ਦਾ ਮੁੰਡਾ ਬਾਹਰ ਚੱਲਿਆ, ਮਾਂ ਖਿੜਕੀ 'ਚੋਂ ਦੇਖਦੀ ਆ ਕਿ ਬਾਹਰ ਸੜਕ 'ਤੇ ਕਾਰ ਖੜ੍ਹੀ ਆ, ਔਰ ਉਹਦੇ 'ਚ ਉੱਚੀ ਮਿਊਜ਼ਿਕ ਲੱਗਿਆ, ਔਰ ਉਹ ਲੱਗਦਾ ਉਹਨੂੰ ਮਾਂ ਨੂੰ ਕਿ ਸਾਰੇ ਬੱਚੇ ਗਲਤ ਸੁਸਾਇਟੀ ਦੇ ਆ, ਲੇਕਿਨ ਉਹਦਾ ਮੁੰਡਾ ਹੁਣ ਬਾਹਰ ਨੂੰ ਚੱਲਿਆ ਅਤੇ ਉਹ ਰੋਂਦੀ ਆ ਮੁੰਡੇ ਦੇ ਸਾਹਮਣੇ ਵੀ ਪੁੱਤ ਤੂੰ ਇਕੱਲਾ ਹੀ ਇਕੱਲਾ ਮੁੰਡਾ, ਤੂੰ ਆਏ ਨਾ ਕਰ, ਦੇਖ ਤੂੰ ਪਿਛਲੀ ਵਾਰੀ ਵੀ ਗਿਆ ਸੀ, ਤੂੰ ਆਇਆ ਹੀ 2 ਵਜੇ ਆ, ਆਏ ਨਾ ਕਰ, ਤੇਰਾ ਐਕਸੀਡੈਂਟ ਹੋ ਜੂ, ਪੁੱਤ ਤੂੰ ਨਾ ਜਾ। ਉਹ ਰੋਣ ਵੀ ਲੱਗ ਜਾਂਦੀ ਆ,
ਉਹ ਕਹਿੰਦਾ ਓਕੇ ਬਾਏ ਮਾਮ ਉਹ ਬਾਹਰ ਚਲੇ ਜਾਂਦੀ ਆ ਇਹਦਾ ਮਤਲਬ ਤੁਸੀਂ ਉਸ ਸਿਚੁਏਸ਼ਨ ਨੂੰ ਕੰਟਰੋਲ ਹੀ ਨਹੀਂ ਕਰ ਸਕੇ ਰੋਣਾ ਸਿਚੁਏਸ਼ਨ ਦਾ ਕੰਟਰੋਲ ਕਰਨਾ ਨਹੀਂਗਾ ਰੋਣਾ ਤਾਂ ਉਸ ਸਿਚੁਏਸ਼ਨ ਨੂੰ ਹੋਰ ਵੀ ਐਗਰੇਵੇਟ ਕਰਦਾ ਤੁਸੀਂ ਕੰਟਰੋਲ ਨਹੀਂ ਕੀਤੀ ਸਿਚੁਏਸ਼ਨ ਔਰ ਆਪਣੇ ਇਸ ਚੀਜ਼ ਨੂੰ ਖਾਸ ਮੰਨਿਆ ਜਾਂਦਾ ਵੀ ਜੇ ਹੋਰ ਕੋਈ ਵਾਹ ਨਾ ਚੱਲੇ ਰੋਣ ਲੱਗ ਜਾਓ ਜੇ ਹੋਰ ਕੋਈ ਕੋਈ ਟੈਕਨੀਕ ਟੂਲ ਟਾਲ ਕੰਮ ਨਾ ਕੀਤਾ ਰੋਣ ਲੱਗ ਜਾਓ ਐਜ ਇਫ ਦੈਟਸ ਗੋਨਾ ਸੋਲਵ ਅ ਪ੍ਰੋਬਲਮ ਉਹ ਸਿਚੁਏਸ਼ਨ ਨੂੰ ਕੰਟਰੋਲ ਨਹੀਂ ਕਰਦਾ ਰੋਣਾ ਡਜ਼ ਨਾਟ ਸੋ ਇਹਦਾ ਮਤਲਬ ਹੈਗਾ ਕਿ ਜਿਹੜੀਆਂ ਤੁਹਾਡੀਆਂ ਇਮੋਸ਼ਨਸ ਆ ਚਾਹੇ ਉਹ ਗੁੱਸੇ ਵਾਲੀਆਂ ਚਾਹੇ ਉਹ ਬਾਹਲੀਆਂ ਪਿਆਰ ਵਾਲੀਆਂ ਉਹ ਸਿਚੁਏਸ਼ਨ ਨੂੰ ਕੰਟਰੋਲ ਨਹੀਂ ਕਰਨ ਦਿੰਦੀਆਂ ਇਮੋਸ਼ਨਸ ਨਹੀਂ ਕੰਟਰੋਲ ਕਰਨ ਦਿੰਦੀਆਂ ਸੋ ਯੂ ਨੀਡ ਦੈਟ ਤੀਜੀ ਚੀਜ਼ ਆ ਕਿ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਟਾਕ ਹੀ ਕਾਫੀ ਨਹੀਂ ਗਾ ਪੁਲਿਸ ਟਾਕ ਨਹੀਂ ਕਰਦੀ ਕੀ ਕਰਦੀ ਆ ਪੁਲਿਸ ਜਦੋਂ ਆਉਂਦੀ ਆ ਐਗਜੈਕਟਲੀ ਪੁਲਿਸ ਗੱਲ ਨਹੀਂ ਕਰਦੀ ਉਹ ਆ ਕੇ ਪਹਿਲਾਂ ਕਹਿੰਦੀ ਆ ਯੂ ਸਿਟ ਯੂ ਮੈਮ ਗੋ ਇਨ ਦੈਟ ਰੂਮ ਉਹਨਾਂ ਨੇ ਹੁਣ ਕੰਟਰੋਲ ਕਰਤੀ ਸਿਚੁਏਸ਼ਨ ਉਹਨਾਂ ਨੇ ਐਕਸ਼ਨ ਕੀਤਾ ਉਹਨਾਂ ਨੇ ਉਸ ਸਿਚੁਏਸ਼ਨ ਦੇ ਉੱਤੇ ਆਪਣੀ ਅਥੋਰਿਟੀ ਕਾਇਮ ਕੀਤੀ ਉਹਨਾਂ ਨੇ ਰੋਬ ਨਾਲ ਕੀਤੀ ਸੋ ਅਥੋਰਿਟੀ ਜੇ ਤੁਸੀਂ ਕਾਇਮ ਕਰਨੀ ਆ ਦੋ ਹੀ ਤਰੀਕੇ ਆ ਅਥੋਰਿਟੀ ਕਾਇਮ ਕਰਨ ਦੇ ਇੱਕ ਤਰੀਕਾ ਪੁਲਿਸ ਵਾਲਿਆਂ ਦਾ ਕਿਉਂਕਿ ਪੁਲਿਸ ਵਾਲਿਆਂ ਕੋਲ ਨੇ ਦੂਜਾ ਨਹੀਂ ਉਹਨਾਂ ਨੂੰ ਸਿਖਾਉਂਦੇ ਉਹਨਾਂ ਦਾ ਬੜਾ ਸਿੰਪਲ ਤਰੀਕਾ ਉਹਨਾਂ ਨੇ ਰੋਬ ਮਾਰਨਾ ਜੇ ਬਾਹਲਾ ਹੀ ਉਹਨਾਂ ਨੇ ਡਰਾਉਣਾ ਹੋਵੇ ਤਾਂ ਉਹ ਐਂ ਕਰਕੇ ਇੱਥੇ ਗੰਨ 'ਤੇ ਹੱਥ ਰੱਖ ਲੈਂਦੇ ਆ ਉਹ ਹੁਣ ਤੁਹਾਨੂੰ ਦੱਸ ਰਹੇ ਆ ਵੀ ਮੈਂ ਅਥੋਰਿਟੀ 'ਚ ਹਾਂ ਤੂੰ ਬਾਹਲਾ ਆਕੜਨਾ ਰਾਈਟ ਉਹਨੇ ਆਪਣੀ ਅਥੋਰਿਟੀ ਕਾਇਮ ਕਰਨੀ ਆ ਉਹਨੇ ਸਿਚੁਏਸ਼ਨ ਕੰਟਰੋਲ 'ਚ ਰੱਖਣੀ ਆ ਇੱਕ ਹੋਰ ਵੀ ਤਰੀਕਾ ਹੈਗਾ ਸਿਚੁਏਸ਼ਨ 'ਚ ਆਪਣੀ ਅਥੋਰਿਟੀ ਜਮਾਉਣ ਦਾ ਉਹ ਹੈਗਾ ਪਿਆਰ ਦਾ ਸੋ ਤੁਸੀਂ ਦੋ ਤਰ੍ਹਾਂ ਆਪਣੀ ਅਥੋਰਿਟੀ ਜਮਾ ਸਕਦੇ ਹੋ ਸੋ ਇਕੱਲੀ ਟਾਕ ਦੀ ਗੱਲ ਨਾ ਕਰੋ ਨਹੀਂ ਠੀਕ ਸੋ ਇਕੱਲੀ ਤੁਸੀਂ ਟਾਕ ਦੀ ਗੱਲ ਨਾ ਕਰੋ ਤੁਸੀਂ ਆਪਣੀ ਅਥੋਰਿਟੀ ਵੀ ਜਮਾਉਣੀ ਆ ਸੋ ਜਿਹੜੀ ਅਥੋਰਿਟੀ ਆ ਇਹ ਦੋ ਹਿੱਸਿਆਂ 'ਚ ਵੰਡ ਸਕਦੇ ਹੋ ਇੱਕ ਤਾਂ ਹੈਗੀ ਆ ਪਿਆਰ ਦੇ ਨਾਲ ਇੱਕ ਹੈਗੀ ਆਪਣੀ ਰੋਗ ਨੂੰ ਕੀ ਕਹਾਂਗੇ ਅਥੋਰਿਟੀ ਫੋਰਸ ਹੈ ਨਾ ਲੈਟਸ ਏ ਫੋਰਸ ਯੂਜ਼ ਕਰਦੇ ਆ ਪੁਲਿਸ ਵਾਲੇ ਰੋਗ ਮਾਰਦੇ ਆ ਓਕੇ ਆਪਾਂ ਨੇ ਆਪਣੀ ਅਥੋਰਿਟੀ ਸੋ ਆਪਣੇ ਕੋਲ ਜੇ ਆਪਾਂ ਨੇ ਸਿਚੁਏਸ਼ਨ ਕੰਟਰੋਲ 'ਚ ਕਰਨੀ ਆ ਆਪਣਾ ਬੱਚਾ ਸਕੂਲ ਨਹੀਂ ਜਾਂਦਾ 16 ਸਾਲ ਦਾ ਮੁੰਡਾ ਸਕੂਲ ਨਹੀਂ ਜਾਂਦਾ ਕਹਿੰਦਾ ਨਹੀਂ ਜਾਂਦਾ ਹੁਣ ਉਹ ਜਿਹੜੀ ਸਿਚੁਏਸ਼ਨ ਬਣ ਗਈ ਉਹ ਕਨਫਰੰਟੇਸ਼ਨ ਵਾਲੀ ਉਹ ਤੁਸੀਂ ਹਾਰ ਜਾਓਗੇ ਕਿਉਂਕਿ ਤੁਸੀਂ ਸਿਚੁਏਸ਼ਨ ਨੂੰ ਕੰਟਰੋਲ 'ਚ ਨਹੀਂ ਕੀਤਾ ਤੁਸੀਂ ਉਹਦੇ ਨਾਲ ਤੁਸੀਂ ਬਹਿਸ ਪਏ ਉਹ ਤਾਂ ਚਾਹੁੰਦਾ ਹੀ ਆ ਵੀ ਜਿਹੜਾ ਬੰਦਾ ਗਲਤ ਹੋਊਗਾ ਉਹ ਸਿਚੁਏਸ਼ਨ ਨੂੰ ਕੰਟਰੋਲ 'ਚ ਨਹੀਂ ਆਉਣ ਦਊਗਾ ਉਹ ਨਹੀਂ ਚਾਹੁੰਦਾ ਵੀ ਸਿਚੁਏਸ਼ਨ ਕੰਟਰੋਲ 'ਚ ਹੋਵੇ ਕਿਉਂਕਿ ਫਸ ਜੂ ਨਾ ਹੀ ਗਲਤ ਬੰਦਾ ਕਦੇ ਤੁਹਾਡੇ ਕੁਐਸਚਨਾਂ ਦੇ ਆਂਸਰ ਦਊਗਾ ਉਹਨੇ ਆਂਸਰ ਨਹੀਂ ਦੇਣਾ ਗਲਤ ਬੰਦੇ ਨੇ ਜੇ ਮੈਂ ਪਕੜਿਆ ਜਾਵਾਂ ਜੇ ਤੁਸੀਂ ਮੈਨੂੰ ਫੜ ਲਓ ਤੁਸੀਂ ਮੈਨੂੰ ਪੁੱਛੋ ਤੂੰ ਕੱਲ੍ਹ 6 ਵਜੇ ਕਿੱਥੇ ਸੀ ਮੈਂ ਕਹੂੰਗਾ ਮੈਂ ਆਂਸਰ ਨਹੀਂ ਕਰਨਾ ਕਿਉਂਕਿ ਮੈਨੂੰ ਪਤਾ ਜੇ ਮੈਂ ਜਿਹੜਾ ਵੀ ਕੁਛ ਕਹੂੰਗਾ ਇਹਦਾ ਮਤਲਬ ਤੁਹਾਨੂੰ ਪਤਾ ਮੈਂ 6 ਵਜੇ ਕਿੱਥੇ ਸੀ ਰਾਈਟ ਹੁਣ ਉਹ ਵੀ ਸਮਾਰਟ ਆ ਸਮਾਰਟ ਅਗਲੇ ਬੱਚੇ ਵੀ ਕਿਹੜਾ ਘੱਟ ਸਮਾਰਟ ਹੁੰਦੇ ਆ ਉਹਨਾਂ ਨੇ ਤੁਹਾਡੇ ਕੁਐਸਚਨ ਦਾ ਆਂਸਰ ਨਹੀਂ ਕਰਨਾ ਉਹ ਪਤਾ ਕੀ ਕਹਿਣਗੇ ਤੁਹਾਨੂੰ ਵਾਈ ਆਰ ਯੂ ਯੈਲਿੰਗ ਐਟ ਮੀ ਕਰੋ ਹੁਣ ਆਂਸਰ ਕਰ ਲਓ ਉਹਨੇ ਕਹਿਤਾ ਤੁਹਾਨੂੰ ਵਾਈ ਆਰ ਯੂ ਯੈਲਿੰਗ ਐਟ ਮੀ ਹੁਣ ਉਹਨਾਂ ਨੇ ਤੁਹਾਨੂੰ ਉਲਝਾ ਲਿਆ ਜੇ ਤੁਸੀਂ ਕਹੋ ਜੇ ਤੁਸੀਂ ਫਸ ਗਏ ਜੇ ਤੁਸੀਂ ਇਹ ਟੈਕਨੀਕ ਵਰਤੀ ਨੋ ਆਈ ਐਮ ਨਾਟ ਯੈਲਿੰਗ ਐਟ ਯੂ ਆਈ ਐਮ ਆਸਕਿੰਗ ਯੂ ਅ ਕੁਐਸਚਨ ਨੋ ਯੂ ਆਰ ਯੈਲਿੰਗ ਹੁਣ ਉਹਨਾਂ ਨੇ ਤੁਹਾਨੂੰ ਫਸਾਤਾ ਜੇ ਤੁਸੀਂ ਉਸ ਗੱਲ ਦਾ ਆਂਸਰ ਹੀ ਨਾ ਕਰੋ ਉਹਨੂੰ ਕਹੇ ਆਈ ਐਮ ਵੁੱਡ ਲਾਈਕ ਟੂ ਨੋ ਰਾਈਟ ਕਰ ਦਿਓ ਵੇਅਰ ਵਰ ਯੂ ਐਟ 6 o'clock ਆਂਸਰ ਨਾਓ ਦੇ ਡੋਂਟ ਹੈਵ ਐਨੀਥਿੰਗ ਦੇ ਕੈਨ ਸਟਿਲ ਵਾਕ ਆਊਟ ਉਹ ਸਟਿਲ ਕਹਿ ਸਕਦੇ ਆਈ ਡੋਂਟ ਵਾਂਟ ਟਾਕ ਟੂ ਯੂ ਦੇ ਕੈਨ ਸਟਿਲ ਵਾਕ ਪਰ ਜਿਹੜਾ ਇਸ਼ੂ ਆ
ਉਹ ਆਪਣਾ ਇਹ ਆ ਕਿ ਆਪਾਂ ਨੇ ਸਿਚੁਏਸ਼ਨ ਨੂੰ ਕੰਟਰੋਲ 'ਚ ਕਿਵੇਂ ਕਰਨਾ ਤਾਕ ਤੋਂ ਇਲਾਵਾ, ਕਿਉਂਕਿ ਜੇ ਜਿੰਨੀ ਅਸੀਂ ਗੱਲਬਾਤ ਕਰਦੇ ਹਾਂ ਰਾਈਟ ਟਾਕ ਔਰ ਉਹ ਭਾਵਕ ਹੋ ਕੇ ਨਿਕਲਦੀ ਆ ਉਹਦਾ ਕੋਈ ਵੈਲਿਊ ਨਹੀਂ ਰਹਿ ਜਾਂਦੀ, ਨਾ ਵਾਈਫ ਦੇ ਉੱਤੇ ਵੈਲਿਊ ਰਹਿੰਦੀ ਆ, ਨਾ ਹਸਬੈਂਡ ਉੱਤੇ ਵੈਲਿਊ ਰਹਿੰਦੀ ਆ, ਨਾ ਪੇਰੈਂਟਸ 'ਤੇ, ਨਾ ਦੋਸਤਾਂ 'ਤੇ, ਨਾ ਮਿੱਤਰਾਂ 'ਤੇ, ਨਾ ਬੱਚਿਆਂ 'ਤੇ, ਕੋਈ ਵੀ ਇਮੋਸ਼ਨਲ ਟਾਕ ਦੀ ਕੋਈ ਵੈਲਿਊ ਨਹੀਂ ਗੀ। ਡਜ਼ਨਟ ਵਰਕ, ਡਜ਼ ਨਾਟ ਵਰਕ। ਸੋ ਦੈਟ ਆਲਸੋ ਡਜ਼ਨਟ ਕਮ। ਸੋ ਜੇ ਤੁਸੀਂ ਸਿਚੁਏਸ਼ਨ ਨੂੰ ਕੰਟਰੋਲ 'ਚ ਕਰਨਾ, ਥਰਡ ਚੀਜ਼ ਜਿਹੜੀ ਸਿਚੁਏਸ਼ਨ ਕੰਟਰੋਲ 'ਚ ਹੁੰਦੀ ਆ, ਯੂ ਹੈਵ ਟੂ ਸਮ ਹਾਓ ਪਲੈਨ ਦੀ ਆਊਟਕਮ। ਔਰ ਆਊਟਕਮ ਚਾਰ ਹਿੱਸਿਆਂ 'ਚ ਆਪਾਂ ਪਲਾਨ ਕਰ ਸਕਦੇ ਹਾਂ। ਆ ਚਾਰ ਹਿੱਸੇ ਆ। ਇੱਕ ਹਿੱਸਾ ਇਹ ਆ ਕਿ ਆਪਾਂ ਆਪਾਂ ਕਮਿਊਨੀਕੇਸ਼ਨ ਵਧੀਆ ਕਰੀਏ, ਆਪਾਂ ਕੰਟਰੋਲ 'ਚ ਰਹੀਏ ਜਦੋਂ ਆਪਾਂ ਨੇ ਕਮਿਊਨੀਕੇਟ ਕਰਨਾ। ਸੈਕੰਡ ਹੈਗਾ ਆਪਾਂ ਪ੍ਰੋਬਲਮਸ ਨੂੰ ਸੋਲਵ ਕਰੀਏ ਅਗਲੇ ਨੂੰ ਇਨਕਲੂਡ ਕਰਕੇ। ਥਰਡ ਹੈਗਾ ਆਪਣੀਆਂ ਜਿਹੜੀਆਂ ਬਾਉਂਡਰੀਜ਼ ਆ ਅਤੇ ਆਪਣੀਆਂ ਐਕਸਪੈਕਟੇਸ਼ਨਸ ਆ, ਬਾਉਂਡਰੀਜ਼ ਆ ਇਹ ਕਲੀਅਰ ਹੋਣੀਆਂ ਚਾਹੀਦੀਆਂ, ਆਪਣੀਆਂ ਐਕਸਪੈਕਟੇਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ। ਆ ਚਾਰ ਹਿੱਸਿਆਂ ਦੇ ਵਿੱਚ ਅਗਰ ਆਪਾਂ ਹਿਊਮਨ ਰਿਲੇਸ਼ਨਸ ਨੂੰ ਦੇਖੀਏ, ਹਿਊਮਨ ਰਿਲੇਸ਼ਨਸ ਨੂੰ, ਆ ਚਾਰ ਹਿੱਸਿਆਂ ਕਰਕੇ ਟੁੱਟ ਜਾਂਦਾ ਹਿਊਮਨ ਰਿਲੇਸ਼ਨਸ, ਚਾਹੇ ਉਹ ਬੱਚਿਆਂ ਦਾ ਮਾਪਿਆਂ ਦੇ ਨਾਲ ਆ, ਹਸਬੈਂਡ ਦਾ ਵਾਈਫ ਦੇ ਨਾਲ ਆ, ਵਾਈਫ ਦਾ ਹਸਬੈਂਡ ਦੇ ਨਾਲ ਆ, ਕਿਸ ਦਾ ਕਿਹਦੇ ਨਾਲ ਆ, ਰੀਅਲੀ ਡਜ਼ਨਟ ਮੈਟਰ। ਆ ਜੇ ਚਾਰ ਚੀਜ਼ਾਂ ਵੀਕ ਆ, ਆਪਣਾ ਰਿਲੇਸ਼ਨਸ਼ਿਪ ਟੁੱਟ ਜਾਂਦਾ। ਸੋ ਤੁਹਾਨੂੰ ਪਹਿਲਾਂ ਦੇਖਣਾ ਪਊਗਾ ਤੁਸੀਂ ਗੱਲਬਾਤ ਕਿਵੇਂ ਕਰਦੇ ਹੋ। ਹੁੰਦੀ ਵੀ ਆ ਕਈ ਵਾਰੀ ਇੰਨਾ ਜ਼ਿਆਦਾ ਖਰਾਬ ਹੋਇਆ ਹੁੰਦਾ ਰਿਲੇਸ਼ਨਸ਼ਿਪ ਕਿ ਗੱਲ ਹੀ ਨਹੀਂ ਹੋ ਸਕਦੀ, ਕਈ ਵਾਰੀ ਮਹੀਨਾ ਮਹੀਨਾ ਨਹੀਂ ਬੋਲਦਾ। ਕਈ ਵਾਰੀ ਇਹੋ ਜਿਹੇ ਕੇਸ ਆਉਂਦੇ ਆ ਜਿਹਦੇ 'ਚੋਂ ਕਹਿੰਦੇ ਆ ਵੀ ਫਾਦਰ ਆਪਣੇ ਮੁੰਡੇ ਨਾਲ ਤਾਂ ਬੋਲਦਾ ਹੀ ਨਹੀਂ ਜੀ। ਮੈਂ ਕਿਹਾ ਫਿਰ ਕੌਣ ਗੱਲ ਕਰਦਾ, ਮੈਨੂੰ ਕਰਦੀ ਆ ਥੋੜ੍ਹੀ ਬਹੁਤੀ, ਮੁੰਡਾ ਤਾਂ ਗੱਲ ਹੀ ਨਹੀਂ ਕਰਦਾ ਮਾਪਿਆਂ ਨਾਲ। ਓਕੇ, ਇਹਦਾ ਮਤਲਬ ਕਮਿਊਨੀਕੇਸ਼ਨ ਟੁੱਟ ਗਈ ਉਸ ਰਿਲੇਸ਼ਨਸ਼ਿਪ 'ਚ। ਹੁਣ ਪਹਿਲਾਂ ਕੁਛ ਵੀ ਕਰਨ ਤੋਂ ਪਹਿਲਾਂ ਆਹ ਅਸਟੈਬਲਿਸ਼ ਕਰਨੀ ਪਊ, ਫਿਰ ਕੁਛ ਬਣੂਗੀ, ਅਦਰਵਾਈਜ਼ ਨਾਟ। ਸੈਕੰਡ ਹੈਗੀ ਆ ਕਿ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਓ ਮਾਈ ਗੋਡ ਇਹ ਤਾਂ ਪਿਛਲੇ 10-15 ਸਾਲਾਂ ਤੋਂ ਇਹਨਾਂ ਦੀ ਤਾਂ ਇਹ ਚੱਲੀ ਆਉਂਦੀ ਆ ਟਸਲ। ਥਰਡ ਪੁਆਇੰਟ ਹੈਗਾ ਕਿ ਆਪਾਂ ਆਪਣੀਆਂ ਬਾਉਂਡਰੀਜ਼ ਕਲੀਅਰ ਨਹੀਂ ਰੱਖਦੇ। ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦਾ ਕੀ ਕੰਮ ਆ, ਉਹਨਾਂ ਦਾ ਕੰਮ ਬੱਚਿਆਂ ਦੀ ਪਰਵਰਿਸ਼ ਕਰਨਾ ਨੀਗਾ, ਲੇਕਿਨ ਆਪਣੇ ਕਲਚਰ ਦੇ ਵਿੱਚ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਇੰਟਰਫੀਅਰ ਕਰਦੇ ਆ ਬੱਚਿਆਂ ਦੀ ਪਰਵਰਿਸ਼ ਦੇ ਵਿੱਚ। ਦੇ ਆਰ ਇੰਟਰਫੀਅਰਿੰਗ, ਦੇ ਆਰ ਨਾਟ ਸਪੋਜ਼ ਟੂ ਇੰਟਰਫੀਅਰ। ਉਹਨਾਂ ਦਾ ਕੰਮ ਆ ਖੇਲਣਾ, ਇੰਜੋਏ ਕਰਨਾ ਆਪਣੇ ਗ੍ਰੈਂਡ ਚਿਲਡਰਨ ਦੇ ਨਾਲ, ਉਹਨਾਂ ਦਾ ਕੰਮ ਬੱਚਿਆਂ ਦੀ ਪਰਵਰਿਸ਼ ਕਰਨਾ ਨਹੀਂ ਗਾ। ਜੇ ਤੁਸੀਂ ਪਰਵਰਿਸ਼ ਕਰਨੀ ਸ਼ੁਰੂ ਕਰਤੀ ਗ੍ਰੈਂਡ ਪੇਰੈਂਟਸ ਨੇ ਬੱਚੇ ਦੀ, ਤੁਸੀਂ ਬਾਉਂਡਰੀਜ਼ ਵਾਇਲੇਟ ਕਰ ਰਹੇ ਹੋ ਉਸ ਬੱਚੇ ਦੀਆਂ ਵੀ ਅਤੇ ਆਪਣੀਆਂ ਵੀ। ਔਰ ਆਪਣੇ ਕਲਚਰ 'ਚ ਆਮ ਹੀ ਹੁੰਦਾ, ਕੋਈ ਨੋਰਮਲੀ ਸਮਝਿਆ ਜਾਂਦਾ, ਇਹਨੂੰ ਕੋਈ ਬਾਹਲੀ ਤਵੱਜੋ ਹੀ ਨਹੀਂ ਦਿੱਤੀ ਜਾਂਦੀ, ਉਹ ਕਹਿੰਦੇ ਨਹੀਂ ਨਹੀਂ ਕੁਛ ਨਹੀਂ ਹੁੰਦਾ। ਚੌਥਾ ਹੈਗਾ ਕਿ ਦੋਨੋਂ ਜਿਹੜੇ ਤੇਰਾ ਜਿਹੜੇ ਮਰਜ਼ੀ ਆ ਹਿਊਮਨ ਰਿਲੇਸ਼ਨਸ, ਉਹਨਾਂ ਦੀਆਂ ਐਕਸਪੈਕਟੇਸ਼ਨਸ ਆ ਇੱਕ ਦੂਸਰੇ ਤੋਂ, ਉਹ ਕਲੀਅਰ ਹੋਣੀਆਂ ਚਾਹੀਦੀਆਂ ਵੀ ਮੈਂ ਕੀ ਐਕਸਪੈਕਟ ਕਰਦਾ ਆਪਣੇ ਬੱਚਿਆਂ ਤੋਂ ਅਤੇ ਮੇਰੇ ਬੱਚੇ ਮੇਰੇ ਤੋਂ ਕੀ ਐਕਸਪੈਕਟ ਕਰਦੇ ਆ। ਉਹਨਾਂ ਦੋਨਾਂ ਨੂੰ ਅਪਰਚੁਨਿਟੀ ਮਿਲਣੀ ਚਾਹੀਦੀ ਆ ਕਮਿਊਨੀਕੇਟ ਕਰਨ ਦੀ, ਆਪਣੀਆਂ ਇਹ ਕਮਿਊਨੀਕੇਸ਼ਨਸ ਕਲੀਅਰ ਨਹੀਂ। ਆਪਣੇ ਜਿਹੜੇ ਪੇਰੈਂਟਸ ਆ ਉਹ ਤਾਂ ਬੱਚੇ ਨੂੰ ਦੱਸ ਦਿੰਦੇ ਆ, ਪਰ ਬੱਚਾ ਜਦੋਂ ਦੱਸਦਾ ਉਦੋਂ ਕਹਿੰਦੇ ਨਹੀਂ 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 ਇਹ ਨਹੀਂ ਕੁਛ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਬੱਚੇ ਬਹੁਤੇ ਲਾਈਕ ਨਹੀਂ ਕਰਦੇ ਇੰਡੀਆ ਜਾਣਾ, ਬਹੁਤੇ ਨਹੀਂ ਲਾਈਕ ਕਰਦੇ ਇੰਡੀਆ ਜਾਣਾ। ਉਹ ਕਹਿੰਦੇ ਕਿਊਬਾ ਚੱਲੋ, ਜਿਹੜੇ ਪੇਰੈਂਟਸ ਆ ਉਹ ਕਿਊਬਾ ਜਾਣਾ ਨਹੀਂ ਲਾਈਕ ਕਰਦੇ, ਉਹ ਇੰਡੀਆ ਜਾਣਾ ਲਾਈਕ ਕਰਦੇ ਆ। ਬੱਚੇ ਇੰਡੀਆ ਨਹੀਂ ਲਾਈਕ ਕਰਦੇ, ਉਹ ਕਿਊਬਾ ਜਾਣਾ ਲਾਈਕ ਕਰਦੇ ਆ। ਹੁਣ ਦੋਨਾਂ ਦੀਆਂ ਐਕਸਪੈਕਟੇਸ਼ਨਸ ਡਿਫਰੈਂਟ ਹੋ ਗਈਆਂ, ਹੁਣ ਤੁਸੀਂ ਸੋਲਵ ਕਰੋ ਕਿਵੇਂ ਕਰਨਾ।
ਪੇਰੈਂਟ ਬੱਚੇ ਚਾਹੁੰਦੇ ਆ ਵੀ ਸਾਨੂੰ ਸਕੀਇੰਗ ਜਾਂ ਸਕੇਟਿੰਗ 'ਤੇ ਲੈ ਕੇ ਜਾਓ, ਪੇਰੈਂਟਸ ਕਹਿੰਦੇ ਆ ਵੀ ਅਸੀਂ ਠੰਡਾ ਬਾਹਰ ਨਹੀਂ ਜਾਣਾ। ਹੁਣ ਐਕਸਪੈਕਟੇਸ਼ਨਸ ਡਿਫਰੈਂਟ ਹੋ ਗਈਆਂ, ਸੋਲਵ ਕਰੋ। ਸੋ ਹਿਊਮਨ ਰਿਲੇਸ਼ਨ ਦੇ ਆ ਚਾਰ ਜਿਹੜੇ ਪੁਆਇੰਟ ਆ, ਇੱਕ ਇਹਨਾਂ 'ਚੋਂ ਇੱਕ ਵੀ ਇੱਧਰ ਉੱਧਰ ਹੋ ਗਿਆ ਹਿਊਮਨ ਰਿਲੇਸ਼ਨਸ ਦਾ, ਤਾਂ ਤੁਹਾਡੀ ਪ੍ਰੋਬਲਮ ਆ ਜਾਊਗੀ, ਲੜਾਈ ਹੋ ਜਾਊਗੀ ਤੁਹਾਡੀ, ਉਹ ਕਿਸੇ ਨਾਲ ਵੀ ਹੋ ਸਕਦੀ ਆ। ਸੋ ਆਹ ਮਤਲਬ ਕਿ ਆਹ ਜਿਹੜਾ ਸੀਗਾ ਇਹ ਆਪਾਂ ਨੇ ਟੌਪਿਕ ਸੀਗਾ ਵੀ ਆਪਾਂ ਕਿਵੇਂ ਕੰਟਰੋਲ 'ਚ ਰਹਿ ਸਕਦੇ ਹਾਂ ਇਨ ਆਰਡਰ ਫਾਰ ਅਸ ਟੂ ਬੀ ਏਬਲ ਟੂ ਸੋਲਵ ਸਮਥਿੰਗ। ਕੰਟਰੋਲ 'ਚ ਰਹਿਣਾ ਉਸ ਸਿਚੁਏਸ਼ਨ ਦੇ, ਜਿਵੇਂ ਪੈਰਾਮੈਡਿਕਸ ਆਉਂਦੇ ਆ ਅਤੇ ਤੁਸੀਂ ਕਹਿੰਦੇ ਹੋ ਵੀ ਮੇਰੇ ਦਰਦ ਹੋ ਰਿਹਾ, ਉਹ ਪਹਿਲਾਂ ਆ ਕੇ ਉਹਨਾਂ ਨੂੰ ਸਰਟਨ ਚੀਜ਼ਾਂ ਤੁਹਾਨੂੰ ਕੁਸ਼ਚਨ ਪੁੱਛਦੇ ਆ, ਉਸ ਤੋਂ ਬਾਅਦ ਉਹ ਜਿਹੜਾ ਵੀ ਕੁਛ ਉਹਨਾਂ ਨੇ ਜਿਵੇਂ ਵੀ ਉਹਨਾਂ ਨੇ ਚੈੱਕ ਕਰਨਾ, ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਜਾਂ ਕੁਛ ਕਰਨਾ, ਜਾਂ ਉਹਨਾਂ ਨੇ ਡਾਕਟਰ ਨੂੰ ਫੋਨ ਕਰਨਾ ਵੀ ਇਹਨੂੰ ਆਹ ਪ੍ਰੋਬਲਮ ਆ, ਅਤੇ ਉਹ ਕਹਿੰਦਾ ਇਹਨੂੰ ਆਹ ਆਹ ਇਹਨੂੰ ਦਵਾਈ ਦੇ ਦਿਓ ਜਾਂ ਵਟ ਐਵਰ ਦੇ ਕਹਿੰਦਾ ਡੂ ਦੇ ਕਹਿੰਦਾ ਡੋ ਵਟ ਐਵਰ ਦੇ ਡਿਸਾਈਡਡ, ਉਹ ਇਹਦਾ ਮਤਲਬ ਉਹਨਾਂ ਨੇ ਉਸ ਸਿਚੁਏਸ਼ਨ ਕੰਟਰੋਲ 'ਚ ਕਰ ਲਈ। ਹੁਣ ਆਪਣੇ ਆਪਾਂ ਨੂੰ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਆਉਂਦੀਆਂ, ਵੀ ਨੀਡ ਟੂ ਨੋ ਹਾਊ ਟੂ ਬੀ ਇਨ ਕੰਟਰੋਲ ਆਫ ਦੈਟ ਸਿਚੁਏਸ਼ਨ, ਵੀ ਨੀਡ ਟੂ ਬੀ ਆਕ ਮੈਂ ਵਧਾ ਲੈਂਦੇ ਹਾਂ। ਸੋ ਬਜਾਏ ਇਸ ਦੇ ਕਿ ਪ੍ਰੋਬਲਮਸ ਘਟਣ, ਓਵਰ ਏ ਪੀਰੀਅਡ ਆਫ ਟਾਈਮ ਉਹ ਵੱਧ ਜਾਂਦੀ ਆ ਉਹ ਪ੍ਰੋਬਲਮ, ਰਾਈਟ। ਸੋ ਉਹਦੇ 'ਚ ਮੇਰਾ ਜਿੱਥੇ ਤੱਕ ਖਿਆਲ ਆ ਕਿ ਆਪਾਂ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਕਿ ਜਿਹੜੀਆਂ ਆਪਾਂ ਟੈਕਨੀਕਸ ਯੂਜ਼ ਕਰਦੇ ਹਾਂ ਗੱਲਬਾਤ ਕਰਨ ਦੀ ਜਾਂ ਪ੍ਰੋਬਲਮ ਨੂੰ ਅਸੈਸ ਕਰਨ ਦੀ ਜਾਂ ਪ੍ਰੋਬਲਮ ਨੂੰ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ, ਅਗਰ ਉਹ ਸਿਚੁਏਸ਼ਨ ਵਰਸ ਕਰਦਾ ਇਹਦਾ ਮਤਲਬ ਸਾਡੀ ਉਹ ਟੈਕਨੀਕ ਗਲਤ ਆ। ਔਰ ਇੱਕ ਟਾਈਮ ਆਉਣਾ ਚਾਹੀਦਾ ਜਦੋਂ ਆਪਾਂ ਨੂੰ ਬ੍ਰੇਕਾਂ ਲਾ ਕੇ ਰੋਕ ਲੈਣਾ ਚਾਹੀਦਾ, ਅਤੇ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਵਾਰ ਵਾਰ ਡਿਸਕਸ਼ਨ ਕਰੀ ਜਾਂਦੇ ਹਾਂ ਲੇਕਿਨ ਸਾਡੀ ਪ੍ਰੋਬਲਮ ਵਰਸ ਹੋਈ ਜਾਂਦੀ ਹੈ, ਅਤੇ ਕੋਈ ਚੀਜ਼ ਨਵੀਂ ਆਉਣੀ ਚਾਹੀਦੀ ਹੈ, ਕੋਈ ਨਵਾਂ ਪਰਸਪੈਕਟਿਵ ਆਉਣਾ ਚਾਹੀਦਾ, ਕੋਈ ਨਵੀਂ ਚੀਜ਼ ਆਉਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਆਪਣਾ ਰਿਲੇਸ਼ਨਸ਼ਿਪ ਜਿੰਨਾ ਕੁ ਖਰਾਬ ਆ ਉੱਥੇ ਕੁ ਤੱਕ ਹੀ ਸੀਮਿਤ ਰੱਖੀਏ, ਉਹ ਹੁਣ ਉਹਨੂੰ ਇੰਪਰੂਵ ਕਰੀਏ, ਨਾ ਕਿ ਅਸੀਂ ਆਪਣੀਆਂ ਟੈਕਨੀਕਸ ਕਰਕੇ ਉਸ ਨੂੰ ਵਰਸ ਕਰ ਲਈਏ। ਸੋ ਇੱਕ ਤਾਂ ਇਹ ਚੀਜ਼ ਦੇ ਬਾਰੇ ਆਪਾਂ ਨੂੰ ਥੋੜ੍ਹਾ ਜਿਹਾ ਕਲੀਅਰਲੀ ਆਪਾਂ ਨੂੰ ਦੇਖ ਲੈਣਾ ਚਾਹੀਦਾ ਕਿ ਜਿਹੜੇ ਆਪਣਾ ਹਿਊਮਨ ਰਿਲੇਸ਼ਨਸ਼ਿਪ ਆ ਉਹ ਆ, ਅਗਰ ਉਹ ਚਾਰ ਚੀਜ਼ਾਂ 'ਚ ਆ, ਜੇ ਕਮਿਊਨੀਕੇਸ਼ਨ ਆਪਣੀ ਉਸ ਪ੍ਰੋਬਲਮ ਨੂੰ ਵਰਸ ਕਰਦੀ ਆ ਤਾਂ ਫਿਰ ਇਹਦਾ ਮਤਲਬ ਕਮਿਊਨੀਕੇਸ਼ਨ ਆਪਾਂ ਨੂੰ ਚੇਂਜ ਕਰਨੀ ਪਊਗੀ। ਜੇ ਆਪਣੀਆਂ ਟੈਕਨੀਕਸ ਪ੍ਰੋਬਲਮ ਸੋਲਵ ਕਰਨ ਦੀਆਂ ਪ੍ਰੋਬਲਮ ਨੂੰ ਵਰਸ ਕਰਦੀਆਂ ਤਾਂ ਆਪਾਂ ਨੂੰ ਰੀਡਿਫਾਈਨ ਕਰਨਾ ਪੈਣਾ ਵੀ ਉਹ ਕਿਸ ਤਰੀਕੇ ਨਾਲ ਆ, ਰਾਈਟ। ਸੋ ਕੁਛ ਚੀਜ਼ਾਂ ਜਿਹੜੀਆਂ ਆਪਾਂ ਜਿਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਵਿਚਾਰ ਕਰ ਸਕਦੇ ਹਾਂ, ਥੋੜ੍ਹਾ ਜਿਹਾ ਸੋਚ ਸਕਦੇ ਹਾਂ, ਇਹ ਆਪਾਂ ਹੁਣ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੀ ਗੱਲ ਕਰ ਲੈਂਦੇ ਹਾਂ। ਪਹਿਲਾਂ ਹੈਗੀਆਂ ਕਿ ਜਿਹੜੀਆਂ ਆਪਣੀਆਂ ਅੰਡਰਸਟੈਂਡਿੰਗਸ ਆ, ਜਿਹੜਾ ਆਪਣਾ ਬਿਲੀਫ ਸਿਸਟਮ ਆ, ਜਿਹੜੀਆਂ ਆਪਣੀਆਂ ਐਕਸਪੈਕਟੇਸ਼ਨਸ ਆ, ਅਗਰ ਹਸਬੈਂਡ ਵਾਈਫ ਦੀਆਂ ਡਿਫਰੈਂਟ ਆ ਦੋ ਚੀਜ਼ਾਂ, ਉਸ ਅਗਰ ਉਹ ਵੱਖਰੀਆਂ ਵੱਖਰੀਆਂ ਔਰ ਬਹੁਤ ਜ਼ਿਆਦਾ ਵੱਖਰੀਆਂ ਵੱਖਰੀਆਂ, ਉਹ ਟੈਨਸ਼ਨ ਅਤੇ ਕੌਨਫਲਿਕਟ ਨੂੰ ਜਨਮ ਦੇਣਗੀਆਂ। ਥੋੜ੍ਹਾ ਜਿਹਾ ਵਖਰੇਵਾਂ ਥੋੜ੍ਹੀ ਟੈਨਸ਼ਨ ਜਨਮ ਦਊਗੀ, ਬਹੁਤ ਜ਼ਿਆਦਾ ਵਖਰੇਵਾਂ ਬਹੁਤ ਜ਼ਿਆਦਾ ਕੌਨਫਲਿਕਟ ਨੂੰ ਜਨਮ ਦਊਗੀ। ਇਸ ਕਰਕੇ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਜਿਹੜਾ ਪਹਿਲਾਂ ਜਿਹੜੀ ਆਪਣੀ ਐਕਸਪੈਕਟੇਸ਼ਨਸ ਹੈਗੀਆਂ, ਜਾਂ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਲਾਈਕਸ ਡਿਸਲਾਈਕਸ ਆ, ਜਾਂ ਤੁਸੀਂ ਕਹਿ ਦਿਓ ਕਿ ਸਾਡਾ ਬਿਲੀਫ ਸਿਸਟਮ ਆ, ਇਹ ਸਾਰੀਆਂ ਚੀਜ਼ਾਂ ਟੈਨਸ਼ਨ ਜਨਰੇਟ ਕਰਨਗੀਆਂ, ਡਿਪੈਂਡਿੰਗ ਔਨ ਕਿੰਨਾ ਕੁ ਤੁਹਾਡਾ ਡਿਫਰੈਂਸ ਆ, ਟੈਨਸ਼ਨ ਜਨਰੇਟ ਕਰਨਗੀਆਂ। ਥੋੜ੍ਹੀਆਂ ਜਿਹੀਆਂ ਜਿਹੜੀਆਂ ਟੈਨਸ਼ਨ ਆ ਉਹ ਆਪਾਂ ਮੈਨੇਜ ਕਰ ਸਕਦੇ ਹਾਂ, ਉਹਦੇ ਨਾਲ ਰਹਿ ਸਕਦੇ ਹਾਂ ਥੋੜ੍ਹੀ ਜਿਹੀ ਟੈਨਸ਼ਨ ਨਾਲ। ਮਿਸਾਲ ਦੇ ਤੌਰ 'ਤੇ ਤੁਸੀਂ ਆਪਣੇ ਤੁਹਾਡੀ ਕੋਈ ਸਟੱਡੀ ਰੂਮ ਆ, ਸਟੱਡੀ ਰੂਮ 'ਚ ਤੁਸੀਂ 5-7 ਬੁੱਕਾਂ ਕਿਨਾਰੇ 'ਤੇ ਰੱਖੀਆਂ, ਔਰ ਵਾਈਫ ਨਹੀਂ ਚਾਹੁੰਦੀ ਵੀ ਤੁਸੀਂ ਮਤਲਬ ਕਿ ਬੁੱਕਾਂ ਕਿਨਾਰੇ 'ਤੇ ਰੱਖੋ, ਅਤੇ ਉਹ ਐਡਜਸਟ ਕਰ ਸਕਦੇ ਹੋ, ਕੋਈ ਨਹੀਂ ਚੱਲ 5-7 ਬੁੱਕਾਂ ਹੀ ਆ, ਇਟਸ ਨੋਟ ਆਲ ਓਵਰ ਦਾ ਪਲੇਸ, ਇਟਸ ਓਕੇ, ਉਸ ਟੈਨਸ਼ਨ ਨੂੰ ਆਪਾਂ ਮੈਨੇਜ ਕੀਤਾ ਜਾ ਸਕਦਾ। ਪਰ ਕਈ ਚੀਜ਼ਾਂ ਟੈਨਸ਼ਨ 'ਚ ਮੈਨੇਜ ਨਹੀਂ ਹੋ ਸਕਦੀਆਂ, ਜਿਵੇਂ ਹੁਣ ਆਪਾਂ ਹੋਵੇ ਵੀ ਆਪਾਂ ਨੂੰ ਇਹ ਲੱਗੇ ਵੀ ਕੋਈ ਬੰਦਾ ਆਪਣੇ ਘਰ ਦੇ ਵਿੱਚ ਪੁਆੜਾ ਪਾ ਰਿਹਾ ਅਤੇ ਉਹਦੇ ਨਾਲ ਤੂੰ ਨਾ ਬੋਲ, ਲੇਕਿਨ ਉਹ ਫਿਰ ਵੀ ਕੰਟੀਨਿਊਸ ਬੋਲੇ, ਉਹ ਟੈਨਸ਼ਨ ਦੇ ਨਾਲ ਰਹਿਣਾ ਮੁਸ਼ਕਲ ਹੋ ਜਾਂਦਾ, ਕਿਉਂਕਿ ਦੈਟਸ ਏ ਬਿਗਰ ਟੈਨਸ਼ਨ, ਦੈਟਸ ਨੋਟ ਏ ਮਾਈਨਰ ਐਕਸਪੈਕਟੇਸ਼ਨ ਲਾਈਕਸ ਡਿਸਲਾਈਕ ਜਾਂ ਬਿਲੀਫ ਸਿਸਟਮ, ਦੈਟਸ ਏ ਮੇਜਰ ਵਨ। ਹੁਣ ਉਹਨੂੰ ਹੁਣ ਜਿਹੜੇ ਜੇ ਆਪਾਂ ਉਸ ਚੀਜ਼ ਨੂੰ ਸੋਲਵ ਨਹੀਂ ਕਰ ਸਕਦੇ, ਉਸ ਹੁਣ ਟੈਨਸ਼ਨ ਨੇ ਵਧਣਾ, ਰਾਈਟ। ਸੋ ਸੈਕਿੰਡ ਪਾਰਟ ਜਿਹੜਾ ਆਉਂਦਾ
ਉਹ ਇਹ ਆਉਂਦਾ ਕਿ ਅਗਰ ਤੁਹਾਡਾ ਵਿਆਹਤਾ ਜੀਵਨ ਦੇ ਵਿੱਚ ਤੁਹਾਨੂੰ ਟਰੱਸਟ ਨਹੀਂ ਗਾ ਅਤੇ ਜਾਂ ਤੁਹਾਨੂੰ ਫੇਥ ਨਹੀਂ ਗਾ ਵੀ ਮੇਰੀ ਵਿਆਹਤਾ ਜੀਵਨ ਜਾਂ ਮੇਰਾ ਜਿਹੜਾ ਜੀਵਨ ਸਾਥੀ ਆ ਉਹ ਟਰੱਸਟ ਵਰਦੀ ਨਹੀਂ ਗਾ ਜਾਂ ਸਾਡੇ ਰਿਸ਼ਤੇ ਦੇ ਵਿੱਚ ਹੀ ਕੁਛ ਨਹੀਂ ਗਾ ਦੈਨ ਤੁਹਾਡੀ ਜਿਹੜੀ ਲੜਾਈ ਆ ਉਹ ਜ਼ਰੂਰਤ ਨਾਲੋਂ ਜ਼ਿਆਦਾ ਹੋਊਗੀ ਕਿਉਂਕਿ ਹੁਣ ਜਿਹੜੇ ਫੰਡਾਮੈਂਟਲ ਲੜਾਈ ਹੋਣੀ ਸ਼ੁਰੂ ਹੋ ਗਈ ਜਿਹੜੀ ਕਿ ਵਿਆਹਤਾ ਜੀਵਨ ਦੀ ਬੁਨਿਆਦ ਨੂੰ ਚੈਲੇਂਜ ਕਰਦੀ ਆ ਹੁਣ ਇਸ ਆਹ ਜਿਹੜੀ ਚੀਜ਼ ਆ ਇਹ ਤੁਸੀਂ ਇਕੱਲੇ ਨਹੀਂ ਸੋਲਵ ਕਰ ਸਕਦੇ ਯੂ ਨੀਡ ਹੈਲਪ ਟਰੱਸਟ 'ਤੇ ਜਿੱਥੇ ਗੱਲ ਆ ਜਾਂਦੀ ਆ ਹਸਬੈਂਡ ਵਾਈਫ ਦਾ ਜੇ ਟਰੱਸਟ ਖਤਮ ਹੋ ਜੇ ਚਾਹੇ ਉਹ ਜੈਨੂਇਨ ਟਰੱਸਟ ਖਤਮ ਹੋ ਗਿਆ ਜਿਵੇਂ ਅਫੇਅਰ ਹੋ ਗਿਆ ਕਿਸੇ ਦਾ ਉਹ ਜੈਨੂਇਨ ਟਰੱਸਟ ਆ ਜਾਂ ਤੁਹਾਨੂੰ ਸ਼ੱਕ ਆ ਵੀ ਇਹਦਾ ਅਫੇਅਰ ਆ ਉਹਦੇ ਨਾਲ ਜਦੋਂ ਵੀ ਟਰੱਸਟ ਦੀ ਗੱਲ ਆਊਗੀ ਤੁਸੀਂ ਇਕੱਲੇ ਨਹੀਂ ਸੋਲਵ ਕਰ ਸਕਦੇ ਕਿਉਂਕਿ ਟਰੱਸਟ ਅਤੇ ਫੇਥ ਇਮੋਸ਼ਨਸ ਨੂੰ ਹਾਈ ਕਰਦਾ ਤੁਹਾਨੂੰ ਗੁੱਸਾ ਆਊਗਾ ਹੀ ਆਊਗਾ ਤੁਸੀਂ ਨੋਰਮਲ ਨਹੀਂ ਗੱਲ ਕਰ ਸਕਦੇ ਤੁਹਾਨੂੰ ਲੱਗੂਗਾ ਵੀ ਤੁਸੀਂ ਨੋਰਮਲ ਗੱਲ ਕਰਦੇ ਹੋ ਪਰ ਤੁਹਾਡੇ ਸੈਂਟੈਂਸ ਸਟਰਕਚਰ ਤੁਹਾਡੀ ਵੋਕੈਬਲਰੀ ਤੁਹਾਡਾ ਦੇਖਣ ਦਾ ਅੰਦਾਜ਼ ਕਹਿਣ ਦਾ ਬੋਲਣ ਦਾ ਸਰਕੈਸਿਜ਼ਮ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੁੱਟ ਕਰੋਗੇ ਬੇਸਿਕਲੀ ਤੁਹਾਡਾ ਐਂਗਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਫਲੈਕਟ ਕਰੂਗਾ ਸੋ ਜਦੋਂ ਟਰੱਸਟ ਅਤੇ ਫੇਥ ਦੀ ਹਸਬੈਂਡ ਦੇ ਵਿੱਚ ਗੱਲਬਾਤ ਆਉਂਦੀ ਆ ਤੁਸੀਂ ਆਪ ਨਹੀਂ ਇਹਨੂੰ ਸੋਲਵ ਕਰ ਸਕਦੇ ਅਗਰ ਤੁਸੀਂ ਇਹਨੂੰ ਇਹ ਤੁਸੀਂ ਸੋਚਦੇ ਹੋ ਜਿਹੜੀ ਕਿ ਵੱਡੀ ਸੋਸਾਇਟੀ ਦੇ ਵਿੱਚ ਪ੍ਰੋਬਲਮ ਆ ਉਹ ਇਹ ਹੈਗੀ ਕਿ ਕੀ ਐਜੂਕੇਸ਼ਨ ਦੇ ਨਾਲ ਅਗਰ ਮੈਨੂੰ ਐਜੂਕੇਸ਼ਨ ਮਿਲ ਜਾਵੇ ਕਿ ਸਮੋਕਿੰਗ ਕਰਨ ਨਾਲ ਕੈਂਸਰ ਹੁੰਦਾ ਤੁਹਾਡਾ ਕੀ ਖਿਆਲ ਆ ਕਿ ਮੈਂ ਸਮੋਕਿੰਗ ਛੱਡ ਦੂੰਗਾ ਨਹੀਂ ਨਾ ਕੁਛ ਹੋਰ ਵੀ ਚਾਹੀਦਾ ਸਮੋਕਿੰਗ ਛੱਡਣ ਲਈ ਸੋ ਹੈ ਨਾ ਖਾ ਕੋਈ ਵੀ ਕੁਛ ਵੀ ਹੋ ਸਕਦਾ ਪਰ ਆਹ ਜਿਹੜੀ ਸੋਸਾਇਟੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਕਿ ਐਜੂਕੇਸ਼ਨ ਨਾਲ ਇਹ ਕਹਿਣ ਨਾਲ ਵੀ ਝੂਠ ਨਹੀਂ ਬੋਲੀਦਾ ਕਰਪਸ਼ਨ ਨਹੀਂ ਕਰੀਦੀ ਹੇਰਾਫੇਰੀ ਨਹੀਂ ਕਰੀਦੀ ਕਿਸੇ ਦਾ ਮਨ ਨਹੀਂ ਦੁਖਾਈਦਾ ਇਹ ਸਾਰੀਆਂ ਚੀਜ਼ਾਂ ਐਜੂਕੇਸ਼ਨ ਦੇ ਬਾਵਜੂਦ ਵੀ ਸੋਸਾਇਟੀ 'ਚ ਹੋ ਰਹੀਆਂ ਇਹਦਾ ਮਤਲਬ ਆਹ ਇਨਫ ਨਹੀਂ ਗੀ ਪਰ ਆਪਾਂ ਕਿਉਂਕਿ ਟਰੱਸਟ ਔਰ ਫੇਥ ਵਾਈਫ ਅਤੇ ਰਿਲੇਸ਼ਨਸ਼ਿਪ 'ਚ ਹੈ ਨਹੀਂ ਆਪਾਂ ਹਜੇ ਵੀ ਐਜੂਕੇਟ ਕਰਨ 'ਤੇ ਤੁਲੇ ਹਾਂ ਸੋ ਐਜੂਕੇਸ਼ਨ ਅਲੋਨ ਡਸ ਨਾਟ ਸੋਲਵ ਅ ਪ੍ਰੋਬਲਮ ਇੱਕ ਸੈਕਿੰਡ ਪ੍ਰੋਬਲਮ ਆ ਜਿਹੜਾ ਇੰਟੀਮੇਟ ਰਿਲੇਸ਼ਨਸ਼ਿਪ ਹੁੰਦਾ ਜਿਵੇਂ ਹਸਬੈਂਡ ਵਾਈਫ ਦਾ ਇੰਟੀਮੇਟ ਰਿਲੇਸ਼ਨਸ਼ਿਪ ਆ ਉਹਦੇ 'ਚ ਇੱਕ ਬੰਦਾ ਦੂਜੇ ਨੂੰ ਐਜੂਕੇਟ ਹੀ ਨਹੀਂ ਕਰ ਸਕਦਾ ਕਿਉਂਕਿ ਉਹਨੇ ਮੰਨਣਾ ਨਹੀਂ ਉਹਨੇ ਨਹੀਂ ਮੰਨਣਾ ਇਹ ਤਾਂ ਬਾਹਰੋਂ ਹੀ ਆ ਸਕਦੀ ਐਜੂਕੇਸ਼ਨ ਆਪ ਨਹੀਂ ਐਜੂਕੇਟ ਕੀਤਾ ਜਾ ਸਕਦਾ ਵਾਈਫ ਹਸਬੈਂਡ ਨੂੰ ਨਹੀਂ ਕਰ ਸਕਦੀ ਅਤੇ ਹਸਬੈਂਡ ਵਾਈਫ ਨੂੰ ਐਜੂਕੇਟ ਨਹੀਂ ਕਰ ਸਕਦਾ ਕਿਉਂਕਿ ਇਮੋਸ਼ਨਸ ਜੁੜੀਆਂ ਉਸੇ ਤਰ੍ਹਾਂ ਹੀ ਜਿਵੇਂ ਇੱਕ ਸਰਜਨ ਆ ਉਹ ਆਪਣੇ ਬੱਚੇ ਦਾ ਓਪਰੇਸ਼ਨ ਨਹੀਂ ਕਰਦਾ ਕੋਈ ਹੋਰ ਸਰਜਨ ਆ ਕੇ ਉਹਦੇ ਬੱਚੇ ਦਾ ਓਪਰੇਸ਼ਨ ਕਰੂ ਅਸੀਂ ਆਪ ਕਾਉਂਸਲਰਸ ਹਾਂ ਅਸੀਂ ਆਪਣੀ ਵਾਈਫ ਦੀ ਕਾਉਂਸਲਿੰਗ ਨਹੀਂ ਕਰ ਸਕਦੇ ਅਸੀਂ ਆਪਣੀ ਮੈਰਿਜ ਆਪੇ ਨਹੀਂ ਬਚਾ ਸਕਦੇ ਸੰਬੜੀ ਹੈਲਥ ਹੈਜ਼ ਟੂ ਡੂ ਮੈਰਿਜ ਕਾਉਂਸਲਿੰਗ ਵਿਦ ਅਸ ਕਿਉਂਕਿ ਇਮੋਸ਼ਨਸ ਜੋ ਆਹ ਨਿਊਟਰਲ ਨਹੀਂ ਰਹਿਣ ਦਿੰਦੀਆਂ ਇਮੋਸ਼ਨਸ ਡਸ ਨਾਟ ਅਲਾਓ ਅਸ ਟੂ ਬੀ ਨਿਊਟਰਲ ਇਨ ਆਰਡਰ ਫੋਰ ਅਸ ਟੂ ਸੋਲਵ ਅ ਪ੍ਰੋਬਲਮ ਵੀ ਨੀਡ ਟੂ ਰਿਮੇਨ ਨਿਊਟਰਲ ਇਸ ਕਰਕੇ ਬਾਹਰਲਾ ਬੰਦਾ ਹੀ ਕਰ ਸਕਦਾ ਸੋ ਅਗਰ ਤੁਹਾਡਾ ਟਰੱਸਟ ਅਤੇ ਫੇਥ ਆ ਔਰ ਤੁਸੀਂ ਇਹ ਟੈਕਨੀਕ ਯੂਜ਼ ਕਰਦੇ ਹੋ ਕਿ ਮੈਂ ਐਜੂਕੇਟ ਕਰ ਲੂੰਗਾ ਅਗਲੇ ਬੰਦੇ ਨੂੰ ਇਟਸ ਨਾਟ ਗੋਨਾ ਵਰਕ ਦੈਟ ਟੈਕਨੀਕ ਡਸ ਨਾਟ ਵਰਕ ਤੁਸੀਂ ਨਹੀਂ ਐਜੂਕੇਟ ਕਰ ਸਕਦੇ ਕਿਉਂਕਿ ਅਗਰ ਐਜੂਕੇਸ਼ਨ ਨਾਲ ਦੁਨੀਆ ਸੁਧਰਦੀ ਹੁੰਦੀ ਤਾਂ ਫਿਰ ਤਾਂ ਮੇਰੇ ਖਿਆਲ 'ਚ ਪਿਛਲੇ 5-10 ਹਜ਼ਾਰ ਸਾਲ ਤੋਂ ਧਰਮ ਸਾਰੇ ਇਹੀ ਕਹਿ ਰਹੇ ਵੀ ਝੂਠ ਨਾ ਬੋਲੋ ਹੇਰਾਫੇਰੀ ਨਾ ਕਰੋ ਕਿਸੇ ਦਾ ਦੁੱਖ ਕਿਸੇ ਦਾ ਮਨ ਨਾ ਦਿਖਾਓ ਧੋਖਾ ਨਾ ਕਰੋ ਫਰੇਬ ਨਾ ਕਰੋ ਯੇ ਨਾ ਕਰੋ ਵੋ ਨਾ ਕਰੋ ਇਹ ਤਾਂ ਮਤਲਬ ਕਿ ਯੂਨੀਵਰਸਲੀ ਐਕਸੈਪਟਡ ਹੈਗਾ ਐਂਡ ਯੈਟ ਦੀਸ ਥਿੰਗਸ ਹੈਪਨ ਸੋ ਇਹਦਾ ਮਤਲਬ ਆਹ ਚੀਜ਼ ਦਾ ਕੋਈ ਵੈਲਿਊ ਨਹੀਂ ਰਹਿ ਗਈ ਕਰੋਗੇ ਤੁਹਾਨੂੰ ਨੁਕਸਾਨ ਪਹੁੰਚੂਗਾ ਕੁਛ ਹੋਰ ਚਾਹੀਦਾ ਉਹ ਜਿਹੜਾ ਕੁਛ ਹੋਰ ਆ ਮੇਰੀ ਇਹ ਰਿਕਮੈਂਡੇਸ਼ਨ ਆ ਤੁਸੀਂ ਆਪ ਨਾ ਕਰੋ ਤੁਸੀਂ ਪ੍ਰੋਫੈਸ਼ਨਲ ਦੀ ਮਦਦ ਲੈ ਲਓ ਅਗਰ ਉਹ ਨਹੀਂ ਵੀ ਤੁਹਾਡੇ ਨਾਲ ਚੱਲਣਾ ਚਾਹੁੰਦੀ ਕੋਈ ਗੱਲ ਨਹੀਂ ਤੁਸੀਂ ਇਕੱਲੇ ਜਾਓ
ਤੁਸੀਂ ਪਹਿਲਾਂ ਅੰਡਰਸਟੈਂਡ ਕਰੋ ਵੀ ਪ੍ਰੋਬਲਮ ਕੀ ਆ, ਅੰਡਰਸਟੈਂਡ ਕਰੋ। ਕੋਈ ਪ੍ਰੋਫੈਸ਼ਨਲ ਨੂੰ ਕਹੋ ਵੀ ਆਹ ਮੇਰੀ ਸਿਚੁਏਸ਼ਨ ਆ, ਐਂ ਕਰਕੇ ਮੈਂ ਸੋਚਦਾ, ਐਂ ਕਰਕੇ ਅਗਲੀ ਸੋਚਦੀ ਆ, ਆਹ ਜਦੋਂ ਮੈਂ ਡਾਇਲੋਗ ਕਰਦਾ ਆਹ ਡਾਇਲੋਗ ਉਹਦੇ ਆਉਂਦੇ ਆ, ਵਟ ਡੂ ਯੂ ਥਿੰਕ ਇਜ਼ ਦਾ ਪ੍ਰੋਬਲਮ। ਉਹ ਹੋ ਸਕਦਾ ਉਹ ਪ੍ਰੋਬਲਮ ਕਵੇ ਵੀ ਤੇਰੀ ਆ, ਤੇਰੀ ਵਾਈਫ ਦੀ ਪ੍ਰੋਬਲਮ ਹੀ ਹੈ ਨੀਗੀ, ਅਤੇ ਤੇਰੀ ਸੋਚਣੀ ਚਾਹ। ਐਂਡ ਯੂ ਹੈਵ ਟੂ ਬੀ ਓਪਨ ਮਾਈਂਡਡ ਇਨਫ ਟੂ ਨੋ ਲਿਸਨ ਟੂ ਦੈਟ ਪਰਸਨ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਕਿ ਆਪਾਂ ਐਕਸਪੈਕਟੇਸ਼ਨਸ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖੀਏ ਕਿ ਇਹ ਸਾਡੀ ਇਹ ਕੋਰ ਫਾਊਂਡੇਸ਼ਨ ਆ, ਇਹਦੇ ਕਰਕੇ ਲੜਾਈ ਹੁੰਦੀ ਹੈ, ਕਿਉਂਕਿ ਉਹਦੀਆਂ ਐਕਸਪੈਕਟੇਸ਼ਨ ਆਪਣੀਆਂ ਐਕਸਪੈਕਟੇਸ਼ਨ ਨਾਲੋਂ ਡਿਫਰੈਂਟ ਆ, ਉਹਦੀਆਂ ਲਾਈਕਸ ਡਿਸਲਾਈਕਸ ਆਪਣੀਆਂ ਲਾਈਕਸ ਡਿਸਲਾਈਕ ਨਾਲੋਂ ਡਿਫਰੈਂਟ ਆ, ਉਹ ਇੱਕ ਡਿਫਰੈਂਟ ਇੰਡੀਵਿਜੁਅਲ ਆ। ਇਸੇ ਤਰ੍ਹਾਂ ਹੀ ਆਪਣੀਆਂ ਬਾਉਂਡਰੀਜ਼ 'ਤੇ ਆਪਣਾ ਕੰਟਰੋਲ ਆ। ਆਪਾਂ ਨੂੰ ਬਹੁਤ ਅਜੀਬ ਕਿਸਮ ਦੀ ਲੱਗਦਾ ਜਦੋਂ ਅਗਲਾ ਬੰਦਾ ਡਿਫਰੈਂਟਲੀ ਬਿਹੇਵ ਕਰਦਾ ਸੋਸਾਇਟੀ ਦੇ ਵਿੱਚ, ਉਹਦੇ ਜਿਹੜੇ ਰਿਲੇਸ਼ਨਸ਼ਿਪ ਆ, ਉਹਦੀਆਂ ਜਿਹੜੀਆਂ ਬਾਉਂਡਰੀਜ਼ ਆ, ਜਿਵੇਂ ਮਿਸਾਲ ਦੇ ਤੌਰ 'ਤੇ ਕਿਹੜੀਆਂ ਬਾਉਂਡਰੀਜ਼ ਆ। ਫਾਰ ਐਗਜ਼ਾਮਪਲ, ਇੱਕ ਮਦਰ ਦਾ ਰਿਲੇਸ਼ਨਸ਼ਿਪ ਉਹਦੀ ਡਾਟਰ ਦੇ ਨਾਲ ਇੱਕ ਡਿਸਟੈਂਸ 'ਤੇ ਆ, ਇਹਨੂੰ ਹੈਲਦੀ ਬਾਉਂਡਰੀ ਕਿਹਾ ਜਾਂਦਾ, ਇਹ ਹੈਲਦੀ ਆ। ਜਦੋਂ ਐਂ ਕਰਕੇ ਓਵਰਲੈਪ ਹੋ ਜੇ, ਆਹ ਮਦਰ ਆ ਅਤੇ ਆਹ ਡਾਟਰ ਆ, ਜਦੋਂ ਇਹਨਾਂ ਦਾ ਰਿਲੇਸ਼ਨਸ ਓਵਰਲੈਪ ਹੋ ਜੇ, ਇਹ ਹੁਣ ਨੁਕਸਾਨਦਾਇਕ ਆ, ਇਹ ਹੈਲਦੀ ਨਹੀਂ ਗਾ। ਇਹਦਾ ਮਤਲਬ ਇਹਨੇ ਇਹਦੀ ਬਾਉਂਡਰੀ ਵਾਇਲੇਟ ਕਰ ਲਈ, ਉਹਨੇ ਉਹਦੀ ਬਾਉਂਡਰੀ ਵਾਇਲੇਟ ਕਰ ਲਈ, ਯੂ ਹੈ ਵਾਇਲੇਟਡ ਦੈਟ ਬਾਉਂਡਰੀ। ਸੋ ਬਾਉਂਡਰੀਜ਼ ਜਿਹੜੀਆਂ ਆਪਣੀਆਂ ਬਣੀਆਂ ਹੋਈਆਂ, ਆਪਣੀਆਂ ਸਰਟਨ ਰਿਸਪੋਂਸੀਬਿਲਿਟੀਜ਼ ਦੇ ਆਧਾਰ 'ਤੇ ਬਾਉਂਡਰੀਜ਼ ਬਣੀਆਂ ਹੋਈਆਂ। ਆਪਾਂ ਫਾਦਰ ਵੀ ਹਾਂ, ਆਪਾਂ ਨੂੰ ਪਤਾ ਆਪਣੀ ਬਾਉਂਡਰੀਜ਼ ਆਪਣੇ ਬੱਚੇ ਦੇ ਨਾਲ ਕੀ ਆ, ਵੀ ਨੋ ਵਟ ਆਵਰ ਬਾਉਂਡਰੀ ਇਸ। ਆਪਾਂ ਨੂੰ ਆਪਣੀ ਵਾਈਫ ਦੇ ਨਾਲ ਪਤਾ, ਆਪਾਂ ਨੂੰ ਆਪਣੇ ਬੌਸ ਦੇ ਨਾਲ ਪਤਾ, ਆਪਾਂ ਨੂੰ ਪੁਲਿਸ ਅਫਸਰ ਦੇ ਨਾਲ ਆਪਣੀ ਬਾਉਂਡਰੀ ਦਾ ਪਤਾ, ਆਪਾਂ ਨੂੰ ਬਾਉਂਡਰੀਜ਼ ਪਤਾ। ਲੇਕਿਨ ਜਦੋਂ ਉਹ ਬਾਉਂਡਰੀਜ਼ ਵਾਇਓਲੇਟ ਹੁੰਦੀਆਂ, ਜਿਵੇਂ ਮਿਸਾਲ ਦੇ ਤੌਰ 'ਤੇ ਅਗਰ ਤੁਸੀਂ CBC ਨੂੰ ਸੁਣ ਰਹੇ ਸੀ, ਉਹ ਕਹਿ ਰਹੇ ਆ 1% ਡਾਕਟਰ ਆ ਜਿਹੜੇ ਆਪਣੀਆਂ ਬਾਉਂਡਰੀਜ਼ ਵਾਇਲੇਟ ਕਰਦੇ ਆ ਅਤੇ ਆਪਣੀ ਕਲਾਇੰਟਸ ਨਾਲ ਡੇਟਿੰਗ 'ਤੇ ਜਾਂਦੇ ਆ ਕੈਨੇਡਾ 'ਚ। ਇਹਦਾ ਮਤਲਬ ਡਾਕਟਰ ਦੀ ਬਾਉਂਡਰੀ ਆ ਅਤੇ ਆ ਪੇਸ਼ੈਂਟ ਦੀ ਬਾਉਂਡਰੀ ਆ, ਉਹਨੇ ਓਵਰਲੈਪ ਕਰਤਾ, ਇਟਸ ਨੋਟ ਅਲਾਊਡ। ਤੁਹਾਡੇ ਖਿਆਲ 'ਚ ਕਿਉਂ ਨਹੀਂ ਅਲਾਓ ਕਰਦੇ? ਹਾਂ, ਤੁਸੀਂ ਟ੍ਰੀਟ ਕਿਵੇਂ ਕਰੋਗੇ? ਜੇ ਇੱਕ ਸੋਸ਼ਲ ਵਰਕਰ ਆ, ਉਹਦੇ ਕੋਲ ਕੋਈ ਕਲਾਇੰਟ ਆਇਆ ਅਤੇ ਉਹਦੇ ਨਾਲ ਹੀ ਉਹ ਇਨਵੋਲਵ ਹੋ ਜਾਵੇ, ਫਿਰ ਕਿਵੇਂ ਉਹ ਠੀਕ ਕਰੂਗਾ? ਨਾਟ ਕੈਨ ਵਰਕ, ਹੈ ਨਾ। ਸੋ ਆਹ ਜਿਹੜੀਆਂ ਬਾਉਂਡਰੀਜ਼ ਆ, ਇਹ ਆਪਾਂ ਨੂੰ ਲੱਗਦਾ ਵੀ ਮਦਰ ਤਾਂ ਡਾਟਰ ਇੱਕੋ ਹੀ ਆ, ਕੋਈ ਨਹੀਂ ਕੀ ਹੋਇਆ, ਨੋ ਯੂ ਕੈਂਟ, ਯੂ ਹੈਵ ਟੂ ਮੇਨਟੇਨ ਯੂਅਰ ਬਾਉਂਡਰੀ। ਆਪਣੀਆਂ ਬਾਉਂਡਰੀਜ਼ ਓਵਰਲੈਪ ਕਰਦੀਆਂ, ਪ੍ਰੋਬਲਮ ਆ। ਹਸਬੈਂਡ ਵਾਈਫ ਦਾ ਜਿਹੜਾ ਅਸਲੀ ਰਿਲੇਸ਼ਨਸ਼ਿਪ ਆ, ਉਹ ਆਏ ਆ, ਆਹ ਹਸਬੈਂਡ ਆ, ਆਹ ਵਾਈਫ ਆ, ਇਹਦੇ 'ਚ ਜਗ੍ਹਾ ਹੋਣੀ ਚਾਹੀਦੀ ਆ। ਇਹਨੂੰ ਕਹਿੰਦੇ ਆ ਬਰੀਦਿੰਗ ਰੂਮ, ਸਾਹ ਲੈਣ ਦਾ। ਜੇ ਤੁਸੀਂ ਇਹ ਓਵਰਲੈਪ ਕਰ ਲਿਆ, ਆਹ ਓਵਰਲੈਪ ਹੋ ਗਿਆ, ਤੁਹਾਡਾ ਰਿਲੇਸ਼ਨਸ਼ਿਪ ਟ੍ਰਬਲ 'ਚ ਆ। ਇਹਦਾ ਮਤਲਬ ਤੁਸੀਂ ਡਿਪੈਂਡੈਂਟ ਰਿਲੇਸ਼ਨਸ਼ਿਪ 'ਚੋਂ, ਜਿਹੜਾ ਡਿਪੈਂਡੈਂਟ ਰਿਲੇਸ਼ਨਸ਼ਿਪ ਹੁੰਦਾ, ਚਾਹੇ ਉਹ ਬੱਚੇ ਦੇ ਨਾਲ ਹੋ ਸਕਦਾ, ਪੇਰੈਂਟਸ ਦਾ, ਭੈਣ ਭਰਾ ਦਾ ਹੋ ਸਕਦਾ, ਹਸਬੈਂਡ ਵਾਈਫ ਦਾ ਹੋ ਸਕਦਾ, ਚਾਚੇ ਭਾਣਜੀ ਦਾ ਹੋ ਸਕਦਾ, ਐਨੀ ਕਾਇੰਡ ਆਫ ਹਿਊਮਨ ਰਿਲੇਸ਼ਨਸ਼ਿਪ, ਅਗਰ ਉਹ ਓਵਰਲੈਪ ਕਰ ਗਿਆ, ਅਨਹੈਲਦੀ ਆ, ਕਿਉਂਕਿ ਉਹਦੀਆਂ ਉਹਨੇ ਜ਼ਰੂਰਤ ਨਾਲੋਂ ਜ਼ਿਆਦਾ ਉਹਦੀ ਲਾਈਫ ਦੇ ਵਿੱਚ ਕੰਟਰੋਲ ਕਰਨਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਉਹ ਯਾਰ ਉਹਨੇ ਤਾਂ ਸਲਾਹ ਦਿੱਤੀ ਸੀ, ਫਿਰ ਆਪਾਂ ਸਲਾਹ ਦਿੰਦੇ ਹਾਂ ਅਗਲੇ ਨੂੰ ਵੀ ਤੂੰ ਐਂ ਕਰ ਲਾ, ਤੂੰ ਐਂ ਕਰ ਲਾ। ਹੁਣ ਜੇ ਇੱਕ ਬੰਦਾ, ਇੱਕ ਡਾਟਰ, ਇੱਕ ਡਾਟਰ ਆਪਣੀ ਮਦਰ ਨੂੰ ਫੋਨ ਕਰਕੇ ਘਰ ਦੀ ਗੱਲ ਦੱਸਦੀ ਆ, ਤਾਂ ਫਿਰ ਮਦਰ ਨੇ ਚੁੱਪ ਤਾਂ ਰਹਿਣਾ ਨਹੀਂ, ਉਹਨੇ ਕੋਈ ਤਾਂ ਸਲਾਹ ਦੇਣੀ ਆ, ਉਹ ਸਲਾਹ ਦਾ ਕੁਛ ਤਾਂ ਅਸਰ ਹੋਊਗਾ ਹੀ। ਜੇ 100% ਨਾ ਹੋਇਆ ਤਾਂ 70% ਹੋਊਗਾ, 60% ਹੋਊਗਾ, ਬਾਹਲਾ ਘੱਟ ਹੋਇਆ ਤਾਂ 10% ਹੋਊਗਾ, ਹੋਊਗਾ ਤਾਂ ਸਹੀ 90% ਹੋਊਗਾ।
ਰਾਈਟ ਹੁੰਦਾ ਨਾ ਸੋ ਜਿੰਨਾ ਮਰਜ਼ੀ ਤੁਸੀਂ ਪਰਸਨ ਇਹਦਾ ਮਤਲਬ ਹੈਗਾ ਕਿ ਜਿਹੜਾ ਜਿਹੜੀ ਹੈਲਦੀ ਬਾਉਂਡਰੀਜ਼ ਆ ਜਿਹੜੀਆਂ ਆਹ ਇੱਕ ਇੱਕ ਰਿਲੇਸ਼ਨਸ਼ਿਪ ਆ ਉਹਦੇ 'ਚ ਬਾਉਂਡਰੀ ਮੇਨਟੇਨ ਕਰਨਾ ਬੜਾ ਜ਼ਰੂਰੀ ਆ ਮੈਂ ਤੁਹਾਨੂੰ ਮਿਸਾਲ ਦਿੰਦਾ ਜਦੋਂ ਬੱਚਾ 21 ਸਾਲ ਦਾ ਹੋ ਜੇ ਔਰ ਅਗਰ ਤੁਸੀਂ ਉਹਦੀ ਸਹੀ ਪਰਵਰਿਸ਼ ਕੀਤੀ ਆ ਉਹਨੂੰ ਗਾਈਡੈਂਸ ਦੀ ਲੋੜ ਨਹੀਂ ਪੈਣੀ ਚਾਹੀਦੀ ਉਹ ਤੁਹਾਡੇ ਕੋਲ ਆਵੇ ਉਹ ਤੁਹਾਨੂੰ ਕਹੇ ਵੀ ਡੈਡ ਡੂ ਯੂ ਥਿੰਕ ਇਟਸ ਓਕੇ ਫਾਰ ਮੀ ਟੂ ਬਾਈ ਅ ਕਾਰ ਆਈ ਐਮ ਡਿਬੇਟਿੰਗ ਅਬਾਊਟ ਇਟ ਜਾਂ ਆਮ ਥਿੰਕਿੰਗ ਅਬਾਊਟ ਬਾਇੰਗ ਅ ਕਾਰ ਵਟ ਡੂ ਯੂ ਥਿੰਕ ਤੁਸੀਂ ਆਪਣਾ ਉਹਨੂੰ ਪਰਸਪੈਕਟਿਵ ਦੇ ਦਿਓ ਉਹ ਕਰੇ ਨਾ ਕਰੇ ਉਹਦੀ ਮਰਜ਼ੀ ਆ ਲੇਕਿਨ ਅਗਰ ਉਹਨੇ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਨਹੀਂ ਕਹਿਣਾ ਵੀ ਮੈਂ ਸੁਣਿਆ ਸੀਗਾ ਤੇਰੀ ਮਾਂ ਕੋਲੋਂ ਪਤਾ ਲੱਗਿਆ ਤੂੰ ਕਾਰ ਖਰੀਦਦਾ ਕਿੰਨੇ ਦੀ ਖਰੀਦਦਾ ਉਹ ਯਾਰ 12 ਨਹੀਂ ਲੈ ਕਈ 12,000 ਦੀ ਤੂੰ ਕਾਹਦੇ ਖਰੀਦੇਗਾ ਉਹ 3,000 ਦੀ ਫਲਾਣੇ ਤੋਂ ਤੂੰ ਲਿਆ ਐਵੇਂ ਯਾਰ ਤੁਸੀਂ ਐਵੇਂ ਲੱਗੇ ਰਹਿੰਦੇ ਹੋ ਤੁਹਾਨੂੰ ਦੈਟਸ ਓਵਰਲੈਪਿੰਗ ਨਾ ਉਹਨੇ ਤੁਹਾਡੇ ਤੋਂ ਪੁੱਛਿਆ ਹੀ ਨਹੀਂ ਤੁਸੀਂ ਐਵੇਂ ਸਲਾਹ ਦੇ ਜਾਂਦੇ ਉਹਨੂੰ ਉਹਨੇ ਪੁੱਛਿਆ 21 ਸਾਲ ਦਾ ਉਹ ਹੋ ਗਿਆ ਲੈਟ ਹਿਮ ਇੰਜੋਏ ਹਿਸ ਲਾਈਫ ਲੀਵ ਇਟ ਅਲੋਨ ਪਰ ਕਿਉਂਕਿ ਸਾਡੀਆਂ ਬਾਉਂਡਰੀਜ਼ ਨਹੀਂ ਆਹ ਡਿਸਟੈਂਸ ਨਹੀਂ ਹੈਲਦੀ ਨਹੀਂ ਗਾ ਇਸ ਕਰਕੇ ਅਸੀਂ ਉਹਨੂੰ ਕੰਟਰੋਲ ਕਰਨਾ ਬੱਚੇ ਵੀ ਪੇਰੈਂਟਸ ਨੂੰ ਕੰਟਰੋਲ ਕਰਦੇ ਆ ਕਿਉਂਕਿ ਉਹਨਾਂ ਦੀ ਵੀ ਅਨਹੈਲਦੀ ਬਾਉਂਡਰੀ ਆ ਔਰ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਜਿਹੜੇ ਬੱਚਿਆਂ ਦਾ ਬੱਚੇ ਕੰਟਰੋਲ ਕਰਦੇ ਆ ਪੇਰੈਂਟਸ ਨੂੰ ਜਦੋਂ ਤਾਂ ਉਹਨਾਂ ਨੂੰ ਪੇਰੈਂਟਸ ਤੋਂ ਕੋਈ ਚੀਜ਼ ਦੀ ਲੋੜ ਪੈਂਦੀ ਆ ਉਦੋਂ ਤਾਂ ਕਹਿੰਦੇ ਮੈਨੂੰ ਨਾਈਕੀ ਸ਼ੂਜ਼ ਲੈ ਕੇ ਦਿਓ ਯੂ ਆਰ ਮਾਈ ਫਾਦਰ ਯੂ ਆਰ ਸਪੋਜ਼ ਟੂ ਬਾਈ ਮੀ ਜਦੋਂ ਫਾਦਰ ਕਹਿੰਦਾ ਵੀ ਤੂੰ ਪੜ੍ਹ ਕਹਿੰਦਾ ਨੋ ਯੂ ਆਰ ਨਾਟ ਸਪੋਜ਼ ਟੂ ਟੈਲ ਮੀ ਦਿਸ ਆਈ ਨੋ ਵਟ ਆਮ ਡੂਇੰਗ ਇਹ ਹੈਲਦੀ ਅਨਹੈਲਦੀ ਰਿਲੇਸ਼ਨਸ਼ਿਪ ਆ ਬੱਚੇ ਦਾ ਫਾਦਰ ਦੇ ਨਾਲ ਕਿਉਂਕਿ ਬਾਉਂਡਰੀਜ਼ ਓਵਰਲੈਪ ਕਰ ਗਈਆਂ ਸੋ ਜੇ ਆਪਾਂ ਨੇ ਰੀਅਲ ਰਿਲੇਸ਼ਨਸ਼ਿਪ ਰੱਖਣਾ ਤਾਂ ਡਿਸਟੈਂਸ ਰੱਖੋ ਆਪਣੀ ਰਿਸਪੋਂਸੀਬਿਲਟੀਜ਼ ਆਪਣੀ ਰਿਸਪੋਂਸੀਬਿਲਟੀਜ਼ ਆ ਉਹਦੀ ਰਿਸਪੋਂਸੀਬਿਲਟੀਜ਼ ਉਹਦੀ ਰਿਸਪੋਂਸੀਬਿਲਟੀਜ਼ ਆ ਲੇਕਿਨ ਆਪਣੇ ਇਹ ਹੈ ਨਹੀਂ ਗਾ ਆਪਣੇ ਉਹ ਖਿਚੜੀ ਪਕਾ ਦੀ ਰਾਈਟ ਐਂਡ ਦੈਟ ਇਜ਼ ਵੈਰੀ ਵੈਰੀ ਹਾਰਮਫੁਲ ਬਹੁਤ ਜ਼ਿਆਦਾ ਹਾਰਮਫੁਲ ਆ ਸੋ ਮੇਨਟੇਨ ਯੂਰ ਰਿਲੇਸ਼ਨਸ਼ਿਪ ਉਹ ਤਾਂ ਹੋ ਸਕਦਾ ਜੇ ਆਪਾਂ ਨੂੰ ਰੀਅਲੀ ਅੰਡਰਸਟੈਂਡ ਹੋਵੇ ਕਿ ਜਿਹੜੇ ਡਿਸੀਜਨਸ ਆ ਜ਼ਿੰਦਗੀ ਦੇ ਕੁਛ ਕੁਛ ਚੀਜ਼ਾਂ ਬਹੁਤ ਇੰਪੋਰਟੈਂਟ ਆ ਕਿਹੜੀਆਂ ਕਿਹੜੀਆਂ ਇੰਪੋਰਟੈਂਟ ਆ ਡਿਸੀਜਨ ਮੇਕਿੰਗ ਸਕਿੱਲ ਇੰਪੋਰਟੈਂਟ ਆ ਆਪਾਂ ਨੂੰ ਹਰ ਰੋਜ਼ ਡਿਸੀਜਨ ਬਣਾਉਣਾ ਆਉਂਦਾ ਬਣਾਉਣਾ ਪੈਂਦਾ ਨੌਤਾਂ ਦਾ ਹਰ ਰੋਜ਼ ਡਿਸੀਜਨ ਬਣਾਉਣਾ ਪੈਂਦਾ ਆਪਾਂ ਨੂੰ ਹਰ ਰੋਜ਼ ਐਵਰੀ ਮੂਮੈਂਟ 'ਤੇ ਬਣਾਉਣਾ ਪੈਂਦਾ ਵੀ ਆਪਾਂ ਸੈਂਡਵਿਚ ਖਾਣਾ ਕਿ ਹੌਟ ਡੋਗ ਖਾਣਾ ਚਾਹ ਪੀਣੀ ਆ ਕਿ ਨਾ ਪੀਏ ਕਿ ਜੂਸ ਪੀ ਲਈਏ ਪਾਣੀ ਪੀ ਲਈਏ ਕਿ ਆਹ ਕਰ ਲਈਏ ਐਵਰੀ ਮੂਮੈਂਟ ਆਪਾਂ ਨੂੰ ਡਿਸਾਈਡ ਕਰਨਾ ਇਹ ਇੱਕ ਸਕਿੱਲ ਆ ਇਹਨੂੰ ਚੰਗੀ ਤਰ੍ਹਾਂ ਬੱਚੇ ਨੂੰ ਸਿਖਾ ਦੇਣੀ ਚਾਹੀਦੀ ਆ ਉਸ ਤੋਂ ਬਾਅਦ ਉਹਨੂੰ ਖੁੱਲ੍ਹਾ ਛੱਡ ਦਿਓ ਵੀ ਤੂੰ ਜ਼ਿੰਦਗੀ 'ਚ ਡਿਸੀਜਨ ਕਿਵੇਂ ਕਰਨੇ ਆ ਇੱਕ ਵਾਰੀ ਆ ਗਿਆ ਬੱਚੇ ਨੂੰ ਪਤਾ ਫਾਈਨ ਪਰ ਸਿਖਾਉਣਾ ਤਾਂ ਚਾਹੀਦਾ ਨਾ ਡਿਸੀਜਨ ਮੇਕਿੰਗ ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਆ ਦੁਨੀਆ ਦੇ ਵਿੱਚ ਉਹ ਹੈਗੀ ਆ ਰਿਸਪੋਂਸੀਬਿਲਿਟੀ ਇੱਕ ਬੱਚਾ ਛੋਟਾ ਹੁੰਦਾ ਉੱਠਦਾ ਨਹੀਂ ਉਹਨੂੰ ਉਹਦੇ ਕੋਨਸੀਕੁਐਂਸਿਸ ਮਿਲਣੇ ਚਾਹੀਦੇ ਆ ਤੁਸੀਂ ਉਹਨੂੰ ਛੱਡ ਨਹੀਂ ਸਕਦੇ ਤੁਸੀਂ ਇਹ ਨਹੀਂ ਕਰ ਸਕਦੇ ਕੋਈ ਨਹੀਂ ਛੋਟਾ ਉਹਨੂੰ ਕਹੋ ਨੋ ਯੂ ਹੈਵ ਟੂ ਡੂ ਇਟ ਹੈਸ ਟੂ ਰਿਸਪੋਂਸੀਬਿਲਟੀ ਥਰਡ ਮੇਜਰ ਚੀਜ਼ ਹੈਗੀ ਆ ਕੇਅਰਿੰਗ ਕਿ ਬੱਚੇ ਨੂੰ ਆਪਾਂ ਕੇਅਰਿੰਗ ਸਿਖਾਈ ਆ ਆਪਣੇ ਪ੍ਰਤੀ ਕੇਅਰ ਕਰਨੀ ਚੀਜ਼ਾਂ ਦੇ ਪ੍ਰਤੀ ਕੇਅਰ ਕਰਨੀ ਮਮ ਐਂਡ ਡੈਡ ਦੇ ਪ੍ਰਤੀ ਕੇਅਰ ਕਰਨੀ ਫੈਮਿਲੀ ਦੇ ਪ੍ਰਤੀ ਕੇਅਰ ਕਰਨੀ ਸੁਸਾਇਟੀ ਦੇ ਪ੍ਰਤੀ ਕੇਅਰ ਕਰਨੀ ਕੇਅਰਿੰਗ ਆ ਉਹਦਾ ਐਟੀਚਿਊਡ ਕਿ ਨਹੀਂ ਇਹ ਵੀ ਸਿਖਾਉਣਾ ਇਹ ਆਪੇ ਨਹੀਂ ਆਉਂਦਾ ਜੇ ਆਪਾਂ ਬੱਚੇ ਨੂੰ ਕੇਅਰਿੰਗ ਸਿਖਾਵਾਂਗੇ ਨਹੀਂ ਔਰ ਤੁਸੀਂ ਉਹਨੂੰ ਕਾਰ ਦੇ ਦਿਓਗੇ ਟ੍ਰਾਂਸਮਿਸ਼ਨ 'ਚੋਂ ਧੂੰਆਂ ਕੱਢ ਦੂ ਪਹੀਏ ਕਮਾ ਕਮਾ ਰਾਈਟ ਸੋ ਕੇਅਰਿੰਗ ਚੌਥਾ ਪਾਰਟ ਹੈਗਾ ਰਿਸਪੈਕਟ ਦਾ ਰਿਸਪੈਕਟ ਕਿਹਨੂੰ ਕਰਨੀ ਚਾਹੀਦੀ ਹੈ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਕਿ ਫਿਰ ਕਿਸੇ ਦਿਨ ਹੋਰ ਆਪਾਂ ਜੇ ਮਤਲਬ ਕਿ ਇਸ ਸੈਮੀਨਾਰ ਤੋਂ ਕਿਤੇ ਹੋਰ ਜੇ ਬੋਲਣਾ ਪਵੇ ਜਿਹੜਾ ਰਿਸਪੈਕਟ ਆ ਗੁਰੂ ਸਾਹਿਬ ਨੇ ਇਹ ਡਿਫਾਈਨ ਕੀਤੀ ਆ ਕਿ ਰਿਸਪੈਕਟ ਨੌਲੇਜ ਨੂੰ ਹੋਵੇ ਵਿਜ਼ਡਮ ਨੂੰ ਹੋਵੇ ਬੰਦੇ ਨੂੰ ਨਾ ਹੋਵੇ ਸੋ ਜਿਹੜੀ ਆਪਣੀ ਰਿਸਪੈਕਟ ਆ ਕਿਸੇ ਬੰਦੇ ਦੀ ਉਹਦੀ ਉਮਰ ਦੇ ਹਿਸਾਬ ਨਾਲ ਰਿਸਪੈਕਟ ਨਹੀਂ ਮੰਨੀ ਜਾਂਦੀ ਆਪਣੇ
ਉਹ ਰਿਸਪੈਕਟ ਮੰਨੀ ਜਾਂਦੀ ਆ ਵੀ ਇਹ ਸਿਆਣਾ ਕਿੰਨਾ ਵਾਈਜ਼ ਕਿੰਨਾ ਉਹਦੀ ਉਮਰ ਦਾ ਕੋਈ ਤਕਾਜ਼ਾ ਨਹੀਂ ਛੋਟਾ ਬੱਚਾ ਵੀ ਵਾਈਜ਼ ਗੱਲ ਕਰ ਸਕਦਾ ਵੱਡਾ ਵੀ ਮੂਰਖਤਾ ਭਰੀ ਗੱਲ ਕਰ ਸਕਦਾ ਸੋ ਜੇ ਰਿਸਪੈਕਟ ਕਰਨੀ ਸਿਖਾਉਣੀ ਆ ਬੱਚੇ ਨੂੰ ਉਹਦੇ ਬਾਰੇ ਗੱਲ ਤਾਂ ਕਰ ਲਓ ਵੀ ਕਿਹੜੀਆਂ ਚੀਜ਼ਾਂ ਦੀ ਅਸੀਂ ਚਾਹੁੰਦੇ ਹਾਂ ਵੀ ਤੂੰ ਰਿਸਪੈਕਟ ਕਰ ਕੀ ਤੂੰ ਆਪਣੀ ਬਾਡੀ ਨੂੰ ਰਿਸਪੈਕਟ ਕਰ ਕਿਉਂਕਿ ਇੱਕੋ ਹੀ ਮਿਲੂਗੀ ਇਹ ਤਾਂ ਹੈ ਨਹੀਂ ਕਿ ਵੀ ਕੈਨੇਡੀਅਨ ਟਾਇਰ ਤੋਂ ਜਾ ਕੇ ਜੇ ਬਾਂਹ ਵੱਢੀ ਗਈ ਤਾਂ ਜਾ ਕੇ ਬਾਂਹ ਲਾ ਲਾਂਗੇ ਨੋਟ ਗੋਨਾ ਹੈਪਨ ਆਪਾਂ ਇਹਦੇ 'ਤੇ ਵੀ ਕੋਈ ਨਹੀਂ ਇਸ ਤਰ੍ਹਾਂ ਕਰਕੇ ਹੋਰ ਵੀ ਹੋ ਜਾਣਗੀਆਂ ਪਰ ਕਿਉਂਕਿ ਟਾਈਮ ਥੋੜ੍ਹਾ ਲੈਟਸ ਸੇ ਕਿ ਆਪਾਂ ਆਹ ਚਾਰ ਚੀਜ਼ ਬੱਚਿਆਂ ਨੂੰ ਸਿਖਾ ਦਿੰਦੇ ਹਾਂ ਦੈਨ ਲੀਵ ਦੈਮ ਅਲੋਨ ਤੁਸੀਂ ਯੂ ਹੈਵ ਡਨ ਇਟ ਸੋ ਤੁਹਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀ ਸੀਗੀਆਂ ਐਜ਼ ਏ ਪੇਰੈਂਟ ਉਹ ਤੁਸੀਂ ਆਹ ਚਾਰ ਚੀਜ਼ਾਂ 'ਤੇ ਤੁਸੀਂ ਆਪਣੇ ਬੱਚੇ ਨੂੰ ਦੇ ਤੀਆਂ 21 ਸਾਲ ਦਾ ਹੋ ਗਿਆ ਗ੍ਰੈਜੂਅਲੀ ਤੁਸੀਂ ਉਹਨੂੰ ਟੀਚ ਕੀਤਾ ਲੀਵ ਦ ਕਿਡ ਅਲੋਨ ਨਾਓ ਉਹਨੂੰ ਕਰਕੇ ਬੇਟੇ ਜਦੋਂ ਤੁਸੀਂ ਡਿਸਕਸ਼ਨ ਕਰਨੀ ਹੁੰਦੀ ਆ ਆਮ ਆਲਵੇਜ਼ ਹੀਅਰ ਫੋਰ ਯੂ ਟੂ ਗਿਵ ਮਾਈ ਸੁਜੈਸ਼ਨਸ ਐਂਡ ਮਾਈ ਆਈਡੀਆਜ਼ ਦੈਟਸ ਆਲ ਅਦਰਵਾਈਜ਼ ਆਈ ਜਾਣ ਜਾਈ ਜਾਣ ਬੈਠਣਾ ਤੁਸੀਂ ਬੈਠੋ ਗੱਲ ਕਰੋ ਡਿਸਕਸ਼ਨ ਕਰੋ ਦੈਟਸ ਇਟ ਠੀਕ ਹੈ ਮੈਡਮ ਲੈਟ ਦੈਮ ਡਿਸਾਈਡ ਵਟ ਦੇ ਗੋਨਾ ਡੂ ਯੂ ਆਰ ਦੇਅਰ ਫੋਰ ਦੈਮ ਟੂ ਸਪੋਰਟ ਦੈਟਸ ਆਲ ਪਰ ਜ਼ਿੰਦਗੀ ਦੇ ਡਿਸੀਜਨ ਉਹਨਾਂ ਨੇ ਆਪ ਲੈਣੇ ਆ ਨੋਟ ਯੂ ਸੋ ਇਹਦਾ ਮਤਲਬ ਜਿਹੜਾ ਆਹ ਬਾਉਂਡਰੀਜ਼ ਵਾਲਾ ਹਿੱਸਾ ਇਹਦੇ 'ਤੇ ਇੱਕ ਸੈਕਿੰਡ ਇੱਥੇ ਮੈਂ ਪਾਰਟ ਲਿਖਿਆ ਹੋਇਆ ਕੰਟਰੋਲ ਜੇ ਤੁਹਾਡੀਆਂ ਬਾਉਂਡਰੀਜ਼ ਓਵਰਲੈਪ ਕਰ ਗਈਆਂ ਆਏ ਆਏ ਰਾਈਟ ਇੱਕ ਦੂਜੇ ਦੇ ਉੱਤੇ ਆ ਗਈਆਂ ਤੁਸੀਂ ਕੰਟਰੋਲ ਕਰਨਾ ਸ਼ੁਰੂ ਕਰ ਦੋਗੇ ਅਤੇ ਅਗਲਾ ਬੰਦਾ ਘੁੱਟ ਕੇ ਮਰੂਗਾ ਅੰਦਰੋਂ ਅੰਦਰੀ ਪੇਰੈਂਟਸ ਜਿਹੜੇ ਜਿਨ੍ਹਾਂ ਦੀਆਂ ਬਾਉਂਡਰੀਜ਼ ਆਪਣੇ ਬੱਚਿਆਂ ਨਾਲ ਓਵਰਲੈਪ ਕੀਤੀਆਂ ਹੋਈਆਂ ਉਹ ਹਰ ਇੱਕ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਬੱਚੇ ਨੂੰ ਫੋਨ ਕਰਦੇ ਰਹਿੰਦੇ ਆ ਇਰਰਿਸਪੈਕਟਿਵ ਹੈ ਉਹ ਬੱਚਾ ਕਿੰਨੇ ਸਾਲ ਦਾ ਸਾਲ ਹੈਜ਼ ਨਥਿੰਗ ਟੂ ਡੂ ਕਿਉਂਕਿ ਪੇਰੈਂਟ ਨੇ ਆਪਣੇ ਮਾਈਂਡ ਨੂੰ ਇਹ ਨਹੀਂ ਕੀਤਾ ਵੀ ਲੈਟ ਦੈਮ ਗਰੋ ਉਹਨਾਂ ਦੇ ਬੱਚਿਆਂ ਦੀ ਵੀ ਕੋਈ ਲਾਈਫ ਆ ਦੇ ਡੋਂਟ ਲੈਟ ਦੈਮ ਗਰੋ ਔਰ ਡਿਸਕਸ਼ਨ ਕਿਸ ਰੂਪ ਦੇ ਵਿੱਚ ਉਹ ਕਰਦੇ ਆ ਉਹ ਬੇਸਿਕਲੀ ਇਹ ਕਹਿੰਦੇ ਆ ਕੀ ਹੋਇਆ ਜੇ ਮੈਂ ਤੈਨੂੰ ਫੋਨ ਕਰਕੇ ਪੁੱਛ ਲਿਆ ਮੈਂ ਤਾਂ ਇਹੀ ਸੀਗਾ ਵੀ ਠੀਕ ਠਾਕ ਹਾਂ ਦੈਟਸ ਓਵਰਲੈਪਿੰਗ ਦ ਬਾਉਂਡਰੀ ਦੈਟਸ ਨਾਟ ਏ ਨੋਰਮਲ ਹੈਲਦੀ ਰਿਲੇਸ਼ਨਸ਼ਿਪ ਹਸਬੈਂਡ ਵਾਈਫ ਵੀ ਓਵਰਲੈਪ ਕਰਦੇ ਆਪਣਾ ਰਿਲੇਸ਼ਨਸ਼ਿਪ ਜੇ ਤੁਹਾਨੂੰ ਦਿਨ 'ਚ ਚਾਰ ਵਾਰੀ ਵਾਈਫ ਦਾ ਫੋਨ ਆਉਂਦਾ ਦੈਟਸ ਐਨ ਓਵਰਲੈਪਿੰਗ ਰਿਲੇਸ਼ਨਸ਼ਿਪ ਕਿੱਥੇ ਹੋ ਸਟੀਲ 'ਤੇ ਅਤੇ ਮੈਂ ਉੱਥੇ ਸੀ ਉੱਥੇ ਕੀ ਕਰਦੇ ਹੋ ਪਹਿਲਾਂ ਡਿਵੋਰਸ ਨਹੀਂ ਸੀ ਹੁੰਦੇ ਸੋ ਆਪਾਂ ਨੇ ਜਿਹੜੀ ਸਮਝਣ ਵਾਲੀ ਗੱਲ ਆ ਸਮਝਣ ਵਾਲੀ ਗੱਲ ਇਹ ਆ ਕਿ ਆਹ ਜਿਹੜੀਆਂ ਬਾਉਂਡਰੀਜ਼ ਆ ਇਹਨੂੰ ਤੁਸੀਂ ਥੋੜ੍ਹਾ ਜਿਹਾ ਹੋਰ ਗੌਰ ਨਾਲ ਸੋਚੋ ਕਿ ਤੁਸੀਂ ਤਾਂ ਨਹੀਂ ਬਾਉਂਡਰੀਜ਼ ਓਵਰਲੈਪ ਕੀਤੀਆਂ ਹੋਈਆਂ ਕੀ ਤੁਹਾਨੂੰ ਘੁੱਟਣ ਮਹਿਸੂਸ ਹੁੰਦੀ ਹੈ ਤੁਹਾਡੇ ਪੇਰੈਂਟਸ ਵੱਲੋਂ ਕੀ ਉਹ ਤੁਹਾਨੂੰ ਦੱਸਦੇ ਆ ਤੁਸੀਂ ਕਿਵੇਂ ਜ਼ਿੰਦਗੀ ਜਿਉਂ ਕਿ ਤੁਸੀਂ ਦੱਸਦੇ ਹੋ ਆਪਣੇ ਬੱਚਿਆਂ ਨੂੰ ਵੀ ਉਹ ਜ਼ਿੰਦਗੀ ਕਿਵੇਂ ਜਿਉਣ ਕਿ ਤੁਹਾਡਾ ਡਿਪੈਂਡੈਂਟ ਰਿਲੇਸ਼ਨਸ਼ਿਪ ਆ ਜੇ ਬਾਉਂਡਰੀ ਓਵਰਲੈਪ ਹੋ ਗਈ ਇੱਕ ਡਿਪੈਂਡੈਂਟ ਆ ਇੱਕ ਕੰਟਰੋਲਡ ਆ ਜੇ ਓਵਰਲੈਪਿੰਗ ਹੋ ਗਈ ਇੱਕ ਡਿਪੈਂਡੈਂਟ ਆ ਜਿਹੜਾ ਬੰਦਾ ਡਿਪੈਂਡੈਂਟ ਆ ਉਹਨੂੰ ਛੱਡ ਨਹੀਂ ਸਕੂਗਾ ਜਦੋਂ ਅਬਿਊਜ਼ ਹੁੰਦਾ ਜਿਹੜੇ ਹਸਬੈਂਡ ਵਾਈਫ ਦੀ ਅਬਿਊਜ਼ ਹੁੰਦੀ ਆ ਔਰ ਕੁੱਟਮਾਰ ਹੁੰਦੀ ਆ ਹਸਬੈਂਡ ਵਾਈਫ ਦੀ ਉਹਦੇ 'ਚ ਇੱਕ ਦੋਨਾਂ 'ਚੋਂ ਇੱਕ ਜਾਂ ਦੋਨੋਂ ਹੀ ਇੱਕ ਦੂਜੇ 'ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਜਾਂਦੇ ਆ ਉਹ ਸੈਪਰੇਟ ਵੀ ਨਹੀਂ ਹੋ ਸਕਦੇ ਲੜੀ ਵੀ ਜਾਣਗੇ ਕੁੱਟਮਾਰ ਵੀ ਹੋਊਗੀ ਪੁਲਿਸ ਵੀ ਸੱਦਣਗੇ ਕਲੇਸ਼ ਵੀ ਹੋਊਗਾ ਸਾਰਾ ਕੁਛ ਹੋਊਗਾ ਲੇਕਿਨ ਸੈਪਰੇਟ ਨਹੀਂ ਹੋਣਾ ਕਿਉਂਕਿ ਡਿਪੈਂਡੈਂਟ ਆ ਇੱਕ ਦੂਜੇ 'ਤੇ ਕਹੀ ਵੀ ਜਾਣਗੇ ਮੈਂ ਛੱਡ ਦੇਣਾ ਮੈਂ ਤਲਾਕ ਦੇ ਦੇਣਾ ਮੈਂ ਫਲਾਨਾ ਕਰ ਦੂੰ ਇਹ ਕਦੋਂ ਕਰਨਾ ਕਰਨਾ ਕੁਝ ਜਿਹੜਾ ਆ ਓਵਰਲੈਪਿੰਗ ਰਿਲੇਸ਼ਨਸ਼ਿਪ ਆ ਇਹ ਕਾਉਂਸਲਰਸ ਵਾਸਤੇ ਬੜੀ ਹੈਡੇਕ ਪੈਦਾ ਕਰਦਾ ਕਿਉਂਕਿ ਜਦੋਂ ਹੀ ਤੁਸੀਂ ਕਿਸੇ ਪੇਰੈਂਟ ਨੂੰ ਜਾਂ ਕਿਸੇ ਕਪਲ ਨੂੰ ਕਹਿੰਦੇ ਹੋ ਵੀ ਤੂੰ ਥੋੜ੍ਹਾ ਜਿਹਾ ਪਾਸੇ ਹੋ ਉਹ ਮੰਨਦਾ ਹੀ ਨਹੀਂ ਗਾ ਵੀ ਇਹ ਕਾਉਂਸਲਰ ਸਹੀ ਆ ਉਹ ਕਹਿੰਦਾ ਐਵੇਂ ਮਾਰੀ ਜਾਂਦਾ ਸਾਨੂੰ ਕੀ ਹੋਇਆ ਚੰਗੇ ਭਲੇ ਹੈਗੇ ਆ ਅਸੀਂ ਦੇ ਡੋਂਟ ਵਾਂਟ ਟੂ ਸੈਪਰੇਟ ਉਹ ਡਿਸਟੈਂਸ ਨਹੀਂ ਰੱਖ ਸਕਦੇ
ਜਿਹੜਾ ਵੀ ਡਿਪੈਂਡੈਂਟ ਰਿਲੇਸ਼ਨਸ਼ਿਪ 'ਚ ਹੋਊਗਾ ਉਹਦੇ ਉਹਦੇ ਡਾਇਲੋਗਸ ਕੁਛ ਇਸ ਤਰ੍ਹਾਂ ਹੋਣਗੇ। ਜੇ ਉਹਨਾਂ ਨੂੰ ਕਹੋ ਵੀ ਕਿਉਂਕਿ ਤੁਹਾਡਾ ਹਸਬੈਂਡ ਵਾਈਫ ਦਾ ਰਿਸ਼ਤਾ ਬਹੁਤਾ ਵਧੀਆ ਨਹੀਂ ਗਾ, ਤੁਸੀਂ ਇੱਕ ਘੰਟਾ 7 ਦਿਨਾਂ ਦੇ ਵਿੱਚ ਕੱਢਿਆ ਕਰੋ ਆਪਸੀ ਗੱਲਬਾਤ ਕਰਨ ਦੇ ਲਈ। ਜਿਹੜਾ ਬੰਦਾ ਜ਼ਿਆਦਾ ਡਿਪੈਂਡੈਂਟ ਆ ਉਹਨੇ ਪਤਾ ਇਮੀਡੀਏਟਲੀ ਕੀ ਕਹਿਣਾ, ਲੈ ਰੋਜ਼ ਤਾਂ ਅਸੀਂ ਗੱਲਾਂ ਕਰਦੇ ਹਾਂ, ਅਸੀਂ ਦੀ ਤਾਂ ਲੜਾਈ ਆ, ਗੱਲ ਲੜਾਈ ਅਸੀਂ ਤਾਂ ਪੈਂਦੇ ਹਾਂ, ਅਸੀਂ ਤਾਂ ਹਮੇਸ਼ਾ ਹੀ ਇਕੱਠੇ ਰਹਿੰਦੇ ਹਾਂ। ਪ੍ਰਸਾਈਸਲੀ ਤੁਸੀਂ ਇਕੱਠੇ ਨਾ ਰਹੋ ਤਾਂ ਜੇ ਤਾਂ ਹਫ਼ਤੇ 'ਚ ਇੱਕ ਦਿਨ ਕੀਤਾ ਵੀ ਇੱਕ ਦਿਨ ਇਕੱਠੇ ਰਹੋ। ਉਹਨਾਂ ਨੇ ਉਹ ਕਰਨਾ ਨਹੀਂ ਕਿਉਂਕਿ ਉਹਨਾਂ ਦਾ ਮਨ ਨਹੀਂ ਮੰਨਦਾ। ਜਿਹੜਾ ਬੰਦਾ ਬਹੁਤ ਜ਼ਿਆਦਾ ਡਿਪੈਂਡੈਂਟ ਹੁੰਦਾ ਦੂਜੇ 'ਤੇ, ਕਈ ਵਾਰੀ ਆਦਮੀ ਬਹੁਤ ਜ਼ਿਆਦਾ ਵਾਈਫ 'ਤੇ ਡਿਪੈਂਡੈਂਟ ਹੁੰਦਾ, ਕਈ ਵਾਰੀ ਵਾਈਫ ਬਹੁਤ ਜ਼ਿਆਦਾ ਹਸਬੈਂਡ 'ਤੇ ਡਿਪੈਂਡੈਂਟ ਹੁੰਦੀ ਆ। ਜਿਹੜਾ ਬੰਦਾ ਡਿਪੈਂਡੈਂਟ ਹੁੰਦਾ ਉਹ ਦੂਸਰੇ ਦੇ ਨਾਲ ਚਿੰਬੜਿਆ ਰਹਿੰਦਾ। ਤੁਸੀਂ ਇਮੈਜਿਨ ਕਰੋ, ਤੁਸੀਂ ਦੇਖਿਆ ਕਈ ਵਾਰੀ ਜਿਹੜੀਆਂ ਮਾਵਾਂ ਦੇ ਨਾਲ ਜਿਹਨਾਂ ਜਿਹੜੇ ਬੱਚੇ ਉਹ ਮਾਂ ਦੀ ਸਲਵਾਰ ਫੜ ਕੇ ਤੁਰੇ ਰਹਿੰਦੇ ਆ ਨਿੱਕੇ ਜੇ, ਦੋ ਦੋ ਤਿੰਨ ਤਿੰਨ ਸਾਲ ਦੇ, ਉਹ ਮਾਂ ਦੇ ਨਾਲ ਹੀ ਲੱਗੇ ਰਹਿੰਦੇ ਆ। ਤੁਸੀਂ ਨੋਟ ਕੀਤਾ ਕਈ ਵਾਰੀ ਉਹ ਬੱਚਾ, ਉਹਨੂੰ ਪਾਸੇ ਨਹੀਂ ਕਰ ਸਕਦੇ ਤੁਸੀਂ ਉਸ ਬੱਚੇ ਨੂੰ, ਉਹਨੂੰ ਜੇ ਤੁਸੀਂ ਪਾਸੇ ਲਿਜਾਓਗੇ ਵੀ ਉਹਨੇ ਚੀਕਾਂ ਮਾਰ ਦੇਣੀਆਂ, ਉਹਨੇ ਮਾਂ ਨੂੰ ਹੀ ਫੜੀ ਰੱਖਣਾ, ਮਾਂ ਚਾਹੇ ਕਿਚਨ 'ਚ ਹੋਵੇ ਚਾਹੇ ਮਾਂ ਜਿੱਥੇ, ਜੇ ਉਹਨੇ ਮਾਂ ਨੇ ਵਾਸ਼ਰੂਮ 'ਚ ਵੀ ਜਾਣਾ ਉਹਨੇ ਨਾਲ ਜਾਣਾ ਬਾਈ ਨੇ। ਤੁਹਾਨੂੰ ਖਿੱਚ ਆਉਂਦੀ ਆ ਨਾ ਉਸ ਬੱਚੇ 'ਤੇ, ਮਾਂ ਵੀ ਖਿੱਚ ਜਾਂਦੀ ਆ ਉਸ ਬੱਚੇ 'ਤੇ ਵੀ ਤੂੰ ਪਾਸੇ ਤਾਂ ਹੋ ਜਾ। ਇਮੈਜਿਨ ਹਸਬੈਂਡ ਵਾਈਫ 'ਚੋਂ ਇੱਕ ਬੰਦਾ ਦੂਸਰੇ 'ਤੇ ਡਿਪੈਂਡੈਂਟ ਆ ਅਤੇ 24 ਘੰਟੇ ਉਹਦੇ ਨਾਲ ਜੁੜਿਆ ਹੋਇਆ, ਸਾਹ ਹੀ ਨਹੀਂ ਆਉਂਦਾ ਉਸ ਰਿਲੇਸ਼ਨਸ਼ਿਪ 'ਚ। ਦੈਟਸ ਵਟ ਹੈਪਨਸ। ਹੁਣ ਜਦੋਂ ਤੁਸੀਂ ਅਗਲੇ ਨੂੰ ਕਹੋਗੇ ਵੀ ਤੂੰ ਥੋੜ੍ਹਾ ਜਿਹਾ ਪਾਸੇ ਹੋ, ਅਤੇ ਜਿਹੜਾ ਬੰਦਾ ਡਿਪੈਂਡੈਂਟ ਆ ਜਿਹਨੂੰ ਕੰਟਰੋਲ ਕਰਕੇ ਮਜ਼ੇ ਬੜੇ ਆਉਂਦੇ ਆ, ਹੁਣ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਬਿਲਕੁਲ ਫੋਨ ਨਹੀਂ ਕਰਨਾ, ਤੂੰ ਸਿਰਫ ਹਫ਼ਤੇ 'ਚ ਆਪਣੇ ਹਸਬੈਂਡ ਨੂੰ ਇੱਕੋ ਵਾਰੀ ਫੋਨ ਕਰਨਾ ਦਿਨ 'ਚ, ਔਰ ਉਹ ਵੀ ਤੂੰ 12 ਵਜੇ ਤੋਂ ਪਹਿਲਾਂ ਨਹੀਂ ਫੋਨ ਕਰ ਸਕਦੀ, ਤੂੰ ਕਰਨਾ ਹੈਗਾ 1 ਤੋਂ 2 ਵਜੇ। ਉਹ ਕਹੋਗੇ ਕਿਉਂ, ਮੈਂ ਕੀ ਕਰਦੀ ਹਾਂ, ਮੈਂ ਤਾਂ ਕੁਛ ਨਹੀਂ ਕਰਦੀ, ਮੈਂ ਤਾਂ ਸਿਰਫ ਇਹੀ ਪਤਾ ਕਰਨਾ ਕੋਈ ਮਾੜੀ ਗੱਲ ਥੋੜ੍ਹੀ ਆ, ਕੱਲ੍ਹ ਨੂੰ 100 ਐਕਸੀਡੈਂਟ ਹੋ ਸਕਦਾ, ਤੁਸੀਂ ਕਿਵੇਂ ਕਹੀ ਜਾਂਦੇ ਹੋ ਐਂ ਕਰਨਾ, ਲੈ ਇਹ ਕੋਈ ਗੱਲ ਆ, ਇਹ ਕੋਈ ਟੈਕਨੀਕਸ ਆ, ਇਹ ਤਾਂ ਕੋਈ ਟੈਕਨੀਕਸ ਨਹੀਂ ਹੋਈਆਂ, ਅਸੀਂ ਤਾਂ ਸੋਚਿਆ ਸੀਗਾ ਤੁਸੀਂ ਸਾਨੂੰ ਵਿਆਹਤਾ ਜੀਵਨ ਸਾਡੇ ਬਾਰੇ ਬਚਾਓਗੇ, ਤੁਸੀਂ ਤਾਂ ਮੇਰਾ ਫੋਨ ਕਰਨਾ ਹੀ ਬੰਦ ਕਰੀ ਜਾਂਦੇ ਹੋ, ਲੈ ਇਹ ਕੋਈ ਗੱਲ ਆ, ਅਸੀਂ ਤਾਂ ਨਹੀਂ ਮੰਨਦੇ। ਇਹ ਡਿਪੈਂਡੈਂਟ ਬੰਦੇ ਦਾ ਗੁੱਸਾ, ਉਹਨੇ ਛੱਡਣਾ ਨਹੀਂ ਚਾਹੁੰਦਾ ਉਹ ਆਪਣਾ ਕੰਟਰੋਲ, ਉਹ ਛੱਡਣਾ ਨਹੀਂ ਚਾਹੁੰਦਾ, ਉਹ ਕਹਿੰਦਾ ਮੈਂ ਤਾਂ ਫੋਨ ਕਰੂੰਗਾ 3 ਵਾਰੀ। ਯੂ ਸੀ ਮਾਈ ਪੁਆਇੰਟ? ਸੋ ਜਿਹੜਾ ਬੰਦੇ ਦਾ ਰਿਲੇਸ਼ਨਸ਼ਿਪ ਬਾਉਂਡਰੀਜ਼ ਓਵਰਲੈਪ ਕਰ ਗਈਆਂ, ਐਂ ਹੋ ਗਈਆਂ, ਇੱਕ ਬੰਦਾ ਉਹਨਾਂ 'ਚੋਂ ਡਿਪੈਂਡੈਂਟ ਆ, ਉਹਨੇ ਉਹਦਾ ਦੂਜੇ ਦਾ ਜੀਣਾ ਹਰਾਮ ਕਰ ਦੇਣਾ ਡਿਪੈਂਡੈਂਟ ਵਾਲੇ ਨੇ। ਮੇਰੀਆਂ ਜਰਾਬਾਂ ਕਿੱਥੇ ਆ, ਮੇਰੇ ਕੱਪੜੇ ਕਿੱਥੇ ਆ, ਤੂੰ ਧੋਤਾ ਨਹੀਂ, ਤੂੰ ਨਿਆਣੇ ਸਾਫ਼ ਕਰਦੀ ਰਹਿ ਗਈ, ਤੂੰ ਫਲਾਨਾ ਨਹੀਂ ਕੀਤਾ, ਰੋਟੀ ਨਹੀਂ ਬਣਾਈ, ਤੂੰ ਹੁਣ ਆ ਜਾ, ਤੂੰ ਹੁਣ ਚਲੇ ਜਾ। ਆਲ ਦਿਸ ਡਿਪੈਂਡੈਂਟ ਇਟਸ ਕ੍ਰੀਏਟਸ ਇਨੋਰਮਸ ਅਮਾਊਂਟ ਆਫ ਪ੍ਰੋਬਲਮਸ। ਇਸ ਕਰਕੇ ਥੋੜ੍ਹਾ ਜਿਹਾ ਪਾਸੇ ਹੋਣਾ ਚਾਹੀਦਾ, ਦੋ ਸੈਪਰੇਟ, ਤੁਹਾਡੀ ਆਪਣੀ ਇੱਕ ਇੰਡੀਪੈਂਡੈਂਟ ਆਈਡੈਂਟੀ ਹੋਣੀ ਚਾਹੀਦੀ ਆ, ਰਹਿਣਾ ਇਕੱਠੇ ਨੇ ਲੇਕਿਨ ਸੈਪਰੇਟ, ਆਪਣੇ ਨਿਗਾਹ ਆਪਣੇ ਓਵਰਲੈਪਿੰਗ ਆ। ਔਰ ਸਾਰੇ ਨਾਲੋਂ ਮਾੜੀ ਚੀਜ਼ ਆ ਮਦਰ ਡਾਟਰ ਦੀ ਓਵਰਲੈਪਿੰਗ ਆ, ਐਂਡ ਇਟ ਇਜ਼ ਕ੍ਰੀਏਟਿੰਗ ਹਿਊਜ ਕੌਨਫਲਿਕਟ ਇਨ ਆਵਰ ਕਮਿਊਨਿਟੀ, ਹਿਊਜ ਕੌਨਫਲਿਕਟ, ਬਹੁਤ ਜ਼ਿਆਦਾ ਕੌਨਫਲਿਕਟ ਆ ਹਰ ਰਿਲੇਸ਼ਨਸ਼ਿਪ ਦੀ। ਪਰ ਮੇਰੇ ਕੋਲ ਕੋਈ ਸੌਖਾ ਸਲਿਊਸ਼ਨ ਨਹੀਂ ਗਾ ਵੀ ਇਹ ਕੋਈ ਆਪਾਂ ਆ ਕਰ ਲਈਏ ਅਤੇ ਉਹਦੇ ਨਾਲ ਸੋਲਵ ਹੋ ਜੂਗੀ, ਇਟਸ ਨਾਟ ਗੋਇੰਗ ਟੂ ਵਰਕ। ਕਿਉਂਕਿ ਜਿਹੜਾ ਬੰਦਾ ਡਿਪੈਂਡੈਂਟ ਹੁੰਦਾ ਉਹ ਬੰਦਾ ਇਨਸਿਕਿਓਰ ਵੀ ਹੁੰਦਾ, ਇਸੇ ਕਰਕੇ ਤਾਂ ਉਹ ਡਿਪੈਂਡੈਂਟ ਆ, ਕਿਉਂਕਿ ਉਹ ਇਨਸਿਕਿਓਰ ਆ, ਉਹ ਖੜੇ ਨਹੀਂ ਹੁੰਦਾ ਉਹਦੇ ਤੋਂ, ਉਹਨੇ ਕਿਸੇ ਨਾ ਕਿਸੇ ਨੂੰ ਫੜੀ ਰੱਖਣਾ, ਤਾਂ ਡਿਪੈਂਡੈਂਟ ਆ ਉਹ। ਹੁਣ ਜੇ ਤੁਸੀਂ ਉਹਨੂੰ ਬਾਹਲਾ ਕਹਿੰਦੇ ਹੋ ਵੀ ਤੂੰ ਇਨਸਿਕਿਓਰ ਆ, ਉਹਨੇ ਉਹਦੀ ਵਿਚਾਰੇ ਦੀ ਸੈਲਫ ਅਸਟੀਮ ਹੀ ਨਹੀਂ, ਇਸ ਕਰਕੇ ਤਾਂ ਇਨਸਿਕਿਓਰ ਆ। ਤੁਸੀਂ ਉਹਨੂੰ ਕਹਿੰਦੇ ਵੀ ਤੂੰ ਇਨਸਿਕਿਓਰ ਆ, ਉਹ ਤਾਂ ਜਮਾਂ ਟੁੱਟ ਜੂ, ਮੁੜ ਕੇ ਆਉਣਾ ਨਹੀਂ ਉਹਨੇ ਤੁਹਾਡੇ ਕੋਲ ਕਾਉਂਸਲਿੰਗ ਲਈ। ਸੋ ਯੂ ਸੀ ਹਾਊ ਡਿਫੀਕਲਟ ਇਟ ਇਜ਼ ਸਮਟਾਈਮਸ ਟੂ ਟ੍ਰੀਟ ਪੀਪਲ। ਓਕੇ, ਇਸੇ ਕਰਕੇ ਉਹ ਡਿਪੈਂਡੈਂਟ ਆ ਕਿਉਂਕਿ ਉਹ ਇਨਸਿਕਿਓਰ ਆ, ਇਨਸਿਕਿਓਰ ਇਸ ਕਰਕੇ ਆ ਕਿਉਂਕਿ ਸੈਲਫ ਅਸਟੀਮ ਹੈ ਨਹੀਂ, ਸੈਲਫ ਅਸਟੀਮ ਇਸ ਕਰਕੇ ਹੈ ਨਹੀਂ ਗੀ ਕਿਉਂਕਿ ਉਹਨੂੰ ਪਰਵਰਿਸ਼ ਦੇ ਵਿੱਚ ਉਹਨੂੰ ਹਮੇਸ਼ਾ ਹੀ ਪੁੱਟ ਡਾਊਨ ਕੀਤਾ ਗਿਆ। ਹੁਣ ਜੇ ਆਪਾਂ ਸ਼ੁਰੂ ਤੋਂ ਹੀ ਉਹਨੂੰ ਸਿਖਾਉਣਾ ਚਾਹੁੰਦੇ ਹਾਂ ਤਾਂ ਉਹਨੇ ਅਫਕੋਰਸ ਉਹਨੇ ਐਂਗਰੀ ਹੋਣਾ ਆਪਣੇ ਨਾਲ ਵੀ ਤੁਸੀਂ ਮੇਰੀਆਂ ਵੀਕਨੈਸਿਸ ਦੱਸਦੇ ਹੋ, ਮੇਰੇ 'ਚ ਕੁਛ ਨਹੀਂ ਗਾ। ਜਿਹੜਾ ਬੰਦਾ ਡਿਪੈਂਡੈਂਟ ਹੁੰਦਾ ਉਹ ਬੜੀ ਛੇਤੀ ਐਂਗਰੀ ਹੁੰਦਾ, ਬੜਾ ਸੈਂਸਿਟਿਵ ਵੀ ਬੜਾ ਹੁੰਦਾ, ਰੋਣ ਵੀ ਛੇਤੀ ਲੱਗ ਜਾਂਦਾ ਉਹਨੂੰ, ਮਾੜਾ ਜਿਹਾ ਜੇ ਤੁਸੀਂ ਕੁਛ ਕਹਿਤਾ ਤਾਂ ਉਹਨੇ ਕਰਕੇ ਐਕਸਪਲੋਡ ਵੀ ਹੋ ਜਾਣਾ ਉਹਨੇ। ਹਾਂਜੀ, ਕੋਸ਼ਿਸ਼ ਕਰ
हाँ एक्सोजन कंट्रोल का भी कोशिश कर रहे पर वो भी हील मन नहीं चाहते तो सिचुएशन की हो या उधर च मेरा जितने तक ख्याल है उधर च फिर एक्सपेक्टेशंस दा बहुत ज़्यादा रौला पै जांदा वो सोचता मैं राइट हाँ आई जिंदगी चलनी चाहिए दिया अगला बंदा कहता नहीं मैं राइट हाँ आई जिंदगी चलनी चाहिए दिया वो उन्हें दी फिर ह्यूज पर्सनैलिटी कलैश आ उन्हें दिया फिर आह जड़िया चीज़ा आपने कीतिया सीगियां एक्सपेक्टेशंस लाइक्स डिसलाइक्स उन्हें दा जिंदगी जीण दा नजरिया तौर तरीका वो कहता मेरे हिसाब नाल राइट आ वह कहती है मेरे हिसाब नाल राइट आ वह फिर ह्यूज प्रॉब्लम्स आदि सो ईधर वे जे इधर बाउंड्रीज की प्रॉब्लम आता भी प्रॉब्लम आ जे एक्सपैक्टेशंस की प्रॉब्लम आता भी प्रॉब्लम आ जे आप बोलना ही बहुत हटना ही चुप ही नहीं करना जिन्ना मर्जी तुम कहो भी बस कर हूँ थैंक यू वो कहते ना मैं तो सुना के हटूँ हूँ तू बह जा मेरे को जा ही ना हूँ तू कि That in itself is a problem. तो जे अपने गल ही करनी है डिफाइन ही करी जाना पर कुछ करना नहीं दैट्स अनदर सो आ जिहड़ी चार ह्यूमन बीइंग्स दीआं कंपलैक्स प्रॉब्लम्स आ इनू अगर आप थोड़ा जिहा समझ लीए फिर आप मुश्किल नू अंडरसटैंड करके सॉल्व करन दे कन्नी आप तुर सकते हैं That's when it starts to make a difference. That's when we are actually making a difference. Phir thoda jada relationship hega vadhiya ban sakda. Not before, then only can do it. Parameters ki ya? Like what's the parameters? Kuch is tarike naal jadon assi questions puchde haan, assi eh determine karde haan ki wife independently kinni function karti hai husband to. Te husband wife to independently kinni function karda. कि इन दिया दोनों दिया अपनिया भी कोई एक्टिविटीज़ आ कि कोई एक्टिविटीज़ नहीं कि एक्टिविटीज़ ऐस करके नहीं क्योंकि दोनों एक दूसरे नू मतलब के छाड़ दे ही नहीं कि सरकमस्टांस ही ऐसे है कि वो छाड़ नहीं सकते कि उन दिया अपना बिलीफ सिस्टम ही ऐसा अभी जो कुछ करना सी दोनों ने करना नहीं कल्याण ने नहीं करना कि तुसी कोई अपनी हॉबी इंडिपेंडेंट कर सकते हो जिवें फॉर एग्जाम्पल तुसी टेनिस खेलना चाहते हो तुसी अपनी वाइफ नूं कहने भी मैं टेनिस खेलन चले हाँ कि वह थोनू खुश हो के भेजती है हुण इहनू इस उम्र च टेनिस चेता आ गया न्याणे ब्याहण वाले आ हुण टेनिस खेडण चले आ इज़ शी गोना डू दिस फर्ज कर लो कि वह उहनू कोई पोएट्री नहीं पसंद ड्रामा नहीं पसंद कोई मुशायरा नहीं पसंद कुछ नहीं उहनू पसंद तुसी कहने हो भी पोएट्री ते चलना वो कहते नहीं मैं नहीं जाना वो कहते चंगा फिर मैं चलिया इज शी हैप्पी अबाउट इट इस तरह ही ओदा वो थोनू पूछ सकती है भी तुसी मूवी देखने जाना तुसी कहो नहीं भी मैं मूवीज़ नहीं देखता मैंने हैडेक हो जाता आई डोंट लाइक मूवीज़ इज शी हैप्पी अबाउट वैन शी लीव्स आर यू हैप्पी अबाउट इट भी हाँ ठीक है चलो उन्हें जान दे आई विल हैव किड्स आई विल टेक केयर ऑफ द किड्स फाइनली आई हैव सम टाइम फॉर माई किड्स मैं अपने किड्स नाल सो नाउ यू हैव एस्टैबलिश्ड सम सैपरेशन अवे फ्रॉम योर वाइफ कई हसबेंड वाइफ के बच्चे है ही नहीं गा वो कुछ भी नहीं करते एक दूसरे तो अला लड़ी भी जाना पर रहना भी कट्ठे आ हर एक टाइम 24 घंटे कट्ठे रहेंदे और कट्ठे लड़ी जाना उन्होंने और बनती भी नहीं जे एक ने स्पोर्ट्स ला ली उन्हें आके क्लिक देने चाह के ड्रामे ला लेने उन्होंने गुस्सा आता भी तू ड्रामे क्यों लाए वो कहते चंगा बैडरूम से देख ला क्यों मेरे ड्रामे को क्रिटिसाइज़ करना वो कहता फिर तू चले जा वो कहती चंगा उठ के जाके बैडरूम च बह जाती है पर जे वो कहता मैं बाहर जाना ओके मैं भी चलती हाँ मैं भी चलती हाँ कितने चले हो कहते मैं घूमने चलिया कभी फिर मैं भी चलती हूँ हूँ तुम उन्हें किमें समझाओ कि मैं कला घूमने चलिया क्योंकि मैं कुछ सोचना वो कहोगे तो सोची चल मैं तेन की बहुत करती हाँ सोची चल ਇਹ ਡਿਪੈਂਡੈਂਟ ਕਪਲ ਦੀ ਨਿਸ਼ਾਨੀ ਆ ਉਹਨੇ ਛੱਡਣਾ ਨਹੀਂ ਇੱਕ ਦੂਜੇ ਨੂੰ ਕਰਨਾ ਵੀ ਸਾਰਾ ਕੁਛ ਆ ਰਹਿਣਾ ਵੀ ਨਹੀਂ ਕੰਟਰੋਲ ਹੈ ਟਰਸਟ ਤੇ ਫੇਥ ਕੀ ਡਿਫਰੈਂਸ ਹੈ ਹਾਂ ਟਰਸਟ ਤੇ ਫੇਥ ਵਿੱਚ ਕੀ ਡਿਫਰੈਂਸ ਹੈ ਹਸਬੰਡ ਵਾਈਫ ਦੇ ਲਾਈਕ ਵਾਟ ਇਜ਼ ਟਰਸਟ ਐਂਡ ਵਾਟ ਇਜ਼ ਫੇਥ ਲਿਸਟ ਟੂ ਮੀ ਇਟਸ ਲਿਟਲ ਕੰਫਿਊਜ਼ਿੰਗ ਮੇਰਾ ਖਿਆਲ ਬਹੁਤ ਸਿਮਿਲਰ ਆ ਟਰਸਟ ਐਂਡ ਫੇਥ ट्रस्ट हैगा कि डू यू ट्रस्ट योर वाइफ दैट इफ शी इज सिटिंग विद ए मैन शी इज़ नॉट हैविंग एन अफेयर डू यू नो दैट योर वाइफ माइट बी फेथफुल टू यू
So that's how you can put it in sentence form. No, but let's say मैं करोबार जा रहा हूँ, मानो कि अभी let's say 3 बजे बच्चे की क्लास है, लगे जाना. Make sure you take it, it's accountability. Now मैंने अंदरों वाला भी शायद वो लेके नहीं जाएगी. Yes. Is that trust or is that faith? Trust. Because I know कि वो probably अपनी responsibility नहीं करेगी. Trust. It's nothing to do with third person. Yeah. It's internally. Trust. Okay. Faith is with the person, ज़्यादातर faithfulness ते होता, भी वो marriage दे प्रति faithful है, that kind of a thing, वो तो इस faithfulness पर ते आ जाता, from that perspective. Okay. हाँ, थोड़ा question, was that answered your question was? वो तो जो discuss करता, अभी जो define करो जो overlap. ओवरलैप थोड़ा जहा सौखा ओवरलैप तो थोड़े थोनू मतलब कि इस तरह तुसी सोचो कि तुसी डेस्परेटली सैपरेट रहन एक दो मिनट वास्ते एक घंटे वास्ते 15 मिनट वास्ते तुसी सैपरेट कला रहना पसंद करते हो लेकिन थोनू मौका नहीं मिल रहा और तुसी किसे नू भी एक्सप्लेन करने की कोशिश करोगे वो कहेंगे तेनू तकलीफ की है तेनू मार दिया तुसी कहोगे नहीं वो तेनू फिर तेरे नाल लड़ दिया कहोगे नहीं तो फिर तेनू की तकलीफ आ यार मैं सैपरेट मैं थोड़ा जहा बहना चाहना यू विल बी अनएबल टू एक्सप्लेन दैट यू आर लोंगिंग फॉर दैट थोनू वो घुटन महसूस होनी शुरू हो जाती है दैट ओवरलैपिंग इन्नी पावरफुल आ लेकिन आप दस नहीं सकते कोई बंदा समझा नहीं सकता इट टेक्स अ बिट मोर वोकैबुलरी टू एक्सप्लेन कि मैं किवें फील करदा इस रिलेशनशिप च हालांकि कई बार कुछ भी नहीं होंदा पर येट दे फील सफोकेटेड सो वो जरा डिस्टेंस देना वो बहुत इंपॉर्टेंट आ क्योंकि हर एक इंसान इस तरह का नहीं हो सकता कि दोनों दिया हॉबीज एको जी हो सकता स्पोर्ट्स लाइक करो थोड़ी मतलब कि हो सकता मैं स्पोर्ट्स वाच करा वो ड्रामे वाच करे ओके सो दो सैपरेट चीज़ा हो गई टीवी एक का लेकिन सैपरेट चीज़ा हो गई सो यू मे बी एबल टू सिट डाउन वंस इन ए वाइल टू वाच ड्रामा एंड शी मे बी एबल टू सिट डाउन वंस इन ए वाइल टू वाच द स्पोर्ट बट दैट्स नॉट गोना बी द सेम काइंड ऑफ एन इश्यू है ना सो इस करके बहुत इंपॉर्टेंट आ कि जरा ये ओवरलैपिंग आ किसी भी रिलेशनशिप जो होंगी इट क्रिएट्स ह्यूज प्रॉब्लम हो जाती है एनी अदर यह तो डिपेंड करता भी तुम किमें डिफाइन करना अपना रिलेशनशिप कि कोई वो पैरामीटर्स नहीं गए यहाँ तुम एज ए कपल की अपनी कंपैटिबिलिटी पर भी हों हाउ दे वर्क एंड That's it. पर आ चार चीज़ें जो तुम याद रख लो दैन यू विल बी एबल टू फिक्स टू ए सर्टन एक्सटेंट योर ओन रिलेशनशिप हाँ जी ओके सो 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 होर कुछ एनी हाँ जनरली जनानिया की डिफाइनिंग मोमेंट अपनी फैमिली नाल होंदा जनरली नॉट ऑल द टाइम बट जनरली डिफाइनिंग मोमेंट उन्हां दा परिवार दे नाल होंदा हसबेंड दे नाल होंदा बच्चियां दे नाल होंदा क्योंकि उन्हां दी कॉन्सटेंट स्ट्रगल बच्चियां नूं ते परिवार नूं इकट्ठा रह के कम करके लॉन्ड्री करके ते सारा कुछ करके इकट्ठा रखना होंदा ऑल ऑफ ए सडन उन्हां दी जिंदगी दे विच बच्चे भी चले गए व्याह गए अपने अपने सैट हो गए हुण सिर्फ वो हसबेंड वाइफ ही आ नाउ जिहड़ी वाइफ आ वह नैसेसरली क्योंकि उन्हें इंडिपेंडेंटली कदे भी कुछ नहीं किया शी इज़ गोना बिकम डिपेंडेंट ऑन द हसबेंड क्योंकि दोनों ही आ तो हसबेंड क्योंकि पहले ही इंडिपेंडेंट सीगा उन्हूं वह डिपेंडेंसी चंगी नहीं लगनी कि तू की मेरे नाले नाल तुरी फिरदी बह जा उधर जाके नाउ देयर इज़ गोना बी वट दे कॉल ओल्ड एज क्राइसिस कम्स इन
ਇਹ ਜਾਣੀ ਜਦੋਂ ਆਪਾਂ ਬਜ਼ੁਰਗ ਹੁੰਦੇ ਹਾਂ ਇਹ ਉਦੋਂ ਦੀਆਂ ਪ੍ਰੋਬਲਮਾਂ, ਜਿਵੇਂ ਮਿਡ ਲਾਈਫ ਕ੍ਰਾਈਸਿਸ ਹੁੰਦੀਆਂ ਨਾ ਇਸੇ ਤਰ੍ਹਾਂ ਹੀ ਓਲਡ ਏਜ ਕ੍ਰਾਈਸਿਸ ਵੀ ਹੁੰਦੀਆਂ, ਕਿਉਂਕਿ ਹੁਣ ਉਹ ਦੋ ਜਣੇ ਆ, ਹਰ ਇੱਕ ਬੰਦੇ ਨੇ ਆਪਣਾ ਆਪਣਾ ਡਿਫਾਈਨ ਕੀਤਾ ਹੋਇਆ ਸੀਗਾ ਜਦੋਂ ਉਹ ਬੱਚਿਆਂ ਨੂੰ ਪਾਲ ਰਹੇ ਸੀ, ਹਰ ਇੱਕ ਨੂੰ ਪਤਾ ਸੀ ਆਪਣੀ ਆਪਣੀ ਰਿਸਪੋਂਸੀਬਿਲਟੀ, ਆਲ ਆਫ ਏ ਸਡਨ ਉਹ ਰਿਸਪੋਂਸੀਬਿਲਟੀਜ਼ ਖਤਮ ਹੋ ਗਈਆਂ, ਰਿਟਾਇਰ ਹੋ ਗਏ ਦੋਨੋਂ ਜਣੇ, ਹੁਣ ਟਾਈਮ ਬਹੁਤ ਆ, ਟਾਈਮ ਬਹੁਤ ਆ, ਐਂਡ ਨਾਓ ਦੇ ਆਰ ਬਾਈ ਦੇਅਰ ਵੈਰੀ ਨੇਚਰ ਦੇ ਆਰ ਡਿਪੈਂਡੈਂਟ ਔਨ ਈਚ ਅਦਰ, ਓਵਰਲੈਪਿੰਗ ਹੋ ਗਈਆਂ ਹੁਣ ਉਹ, ਐਂਡ ਮੈਨੀ ਪੀਪਲ ਐਂਡ ਅਪ ਡਿਵੋਰਸਿੰਗ ਐਟ ਦੈਟ ਲੇਟਰ ਏਜ, ਉਹਦਾ ਆਹ ਇੱਕ ਰੀਜ਼ਨ ਆ, ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਚੇਂਜ ਤਾਂ ਹੋ ਹੀ ਨਹੀਂ, ਆਦਮੀ ਤਾਂ ਬਾਈ ਪਹਿਲਾਂ ਤੋਂ ਹੀ ਬਾਈ ਨੇਚਰ ਆਊਟਸਾਈਡ ਸੀਗਾ, ਅਤੇ ਉਹ ਜਿਹੜੀ ਜਨਾਨੀ ਸੀ ਉਹ ਹੁਣ ਹੋਰ ਕਿਸੇ ਤਰ੍ਹਾਂ, ਉਹ ਜਾਂ ਤਾਂ ਆਊਟ ਗੋਇੰਗ ਪਰਸਨੈਲਿਟੀ ਹੋਵੇ ਤਾਂ ਉਹ ਕੋਈ ਜਿਹੜੇ ਉਹ ਨਿੱਕੇ ਨਿੱਕੇ ਜਿਹੇ ਕੋਰਸ ਹੁੰਦੇ ਆ ਫਲਾਵਰ ਅਰੇਂਜਮੈਂਟ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਸਿੱਖ ਲਵੇ, ਪਰ ਕਿਉਂਕਿ ਉਹ ਤਾਂ ਆਪਣੇ ਕਲਚਰ 'ਚ ਇਹ ਵੀ ਨਹੀਂ ਗਾ, ਇਸ ਕਰਕੇ ਉਹ ਫਿਰ ਆਦਮੀ ਦੇ ਨਾਲ ਹੀ ਉਹਦੀ ਅਟੈਚਮੈਂਟ ਜ਼ਿਆਦਾ ਹੁੰਦੀ ਹੈ, ਜੇ ਬਾਹਰ ਜਾਂਦਾ ਤਾਂ ਉਹ ਵੀ ਬਾਹਰ ਚਲੇ ਜਾਂਦੀ ਹੈ, ਜੇ ਉਹ ਅੰਦਰ ਆਉਂਦਾ ਤਾਂ ਉਹ ਵੀ ਅੰਦਰ ਆ ਜਾਂਦੀ ਹੈ, ਐਂਡ ਦੈਟਸ ਵੇਅਰ ਇਟ ਕ੍ਰੀਏਟਸ ਅ ਬਿਟ ਆਫ ਟੈਨਸ਼ਨ, ਸੋ ਪ੍ਰੋਡੋਮੀਨੈਂਟਲੀ ਤਾਂ ਹੀ ਉਹ ਕਹਿੰਦੇ ਆ ਨਾ ਵੀ ਤੁਸੀਂ ਆਪਣੀਆਂ ਇਹ ਬਾਉਂਡਰੀਜ਼ ਨੂੰ ਡਿਫਾਈਨ ਕਰੋ, ਵੀ ਮਾਂ ਇੰਨਾ ਵੀ ਜ਼ਿਆਦਾ ਬੱਚਿਆਂ ਨਾਲ ਨਾ ਇਨਵਾਲਵ ਹੋ ਜੇ ਕਿ ਓਵਰਲੈਪਿੰਗ ਉਹਦੀ ਬਾਉਂਡਰੀਜ਼ ਹੋ ਜਾਣ, ਹੈ ਨਾ, ਆਪਾਂ ਹੁਣੇ ਤਾਂ ਬਾਉਂਡਰੀ ਦੀ ਗੱਲ ਕੀਤੀ ਆ, ਤਾਂ ਫਿਰ ਇਹਦਾ ਮਤਲਬ ਮਾਂ ਦੀਆਂ ਉਹ ਬੱਚਿਆਂ ਦੇ ਨਾਲ ਬਾਉਂਡਰੀਜ਼ ਓਵਰਲੈਪ ਹੋ ਗਈਆਂ, ਰਾਈਟ, ਸੋ ਇਟ ਸ਼ੁਡਨਟ ਹੈਪਨ, ਸੋ ਇਸ ਕਰਕੇ ਉਹ ਹੈਗਾ, ਐਨੀ ਅਦਰ ਹੋਰ ਕੋਈ ਇਨਸਾਈਟ, ਹੈਲਪਫੁਲ ਸੀ ਇਨ ਵਟ ਵੇਜ਼, ਕਿਵੇਂ ਹੈਲਪਫੁਲ ਸੀਗਾ, ਲਾਈਕ ਹਾਊ ਵਾਜ਼ ਇਟ ਹੈਲਪਫੁਲ?